अच्छा ਤੁਸੀਂ ਕਿੰਨੇ ਕੇ ਬੰਦੇ ਭੇਜਦੇ ਹੋਣੇ ਹੱਦ ਤੱਕ ਮਤਲਬ ਗਿਣਤੀ ਗਿਣਤੀ ਨਹੀਂ ਇਸ ਇਸ ਦੀ ਕੋਈ ਹਜ਼ਾਰਾਂ ਚ ਭੇਜਦੇ ਵੱਧ ਹੋਣਗੇ ਲੱਖਾਂ ਚ ਲੱਖਾਂ ਚ ਬੰਦੇ ਭੇਜਦੇ ਉਹ ਫਿਰ ਮਾਰਕੀਟ ਦੇ ਵਿੱਚ ਨਾ ਕਿਤੇ ਜਦੋਂ ਐਡ ਚੱਲ ਰਹੀ ਹੁੰਦੀ ਆ ਫਿਰ ਕੁਝ ਨਵਾਂ ਕਰਨਾ ਪੈਂਦਾ ਪਰ ਤੁਸੀਂ ਤਾਂ ਸ਼ਾਹਰੁਖ ਖਾਨ ਵੀ ਲਿਆਏ ਲੋਕ ਇਹ ਕਹਿੰਦੇ ਪਹਿਲਾਂ ਭੱਟੀ ਸਾਹਿਬ ਹੀ ਮਾਰਨੀ ਸੀ ਇਹ ਸ਼ਾਹਰੁਖ ਖਾਨ ਵੀ ਲਿਆਏ ਇੰਡਸਟਰੀ ਦੇ ਦੋ ਕਿੰਗ ਤੁਸੀਂ ਇਕੱਠੇ ਕਰ ਲਏ ਸਭ ਤੋਂ ਵੱਧ ਕਮਾਈ ਕਿਹੜੀ ਕੰਟਰੀ ਚ ਲੱਗਦੀ ਹੈ ਤੁਹਾਨੂੰ ਮੈਂ ਸੁਣਿਆ ਅਮਰੀਕਾ ਚ ਬੜਾ ਨੋਟ ਆ ਕਹਿੰਦੇ ਟ੍ਰੱਕਾਂ ਚ ਟ੍ਰੱਕਾਂ ਚ ਜਿਹੜਾ ਤੁਸੀਂ ਇਸੇ ਸਟੂਡੈਂਟ ਨੂੰ ਜਾਂ ਜਿਹੜਾ ਵੀ ਵਰਕ ਪਰਮਿਟ ਤੇ ਜਾ ਰਿਹਾ ਉਹਨੂੰ ਭੇਜ ਦਿਓ ਕਿ ਉੱਥੇ ਜਾ ਕੇ ਜੋ ਵੀ ਕਰਾਣੇ ਹੋ ਜਾਂ ਸਿਰਫ ਭੇਜਣ ਤੱਕ ਦਾ ਹੁੰਦਾ। ਦੇਖੋ ਡਿਪੈਂਡ ਫਿਰ ਮੈਂ ਇਹ ਕਹਾਂ ਜੇ ਸਕਿੱਲ ਹੈਗੀ ਤੇ। ਅੱਛਾ। ਕੰਮ ਬਹੁਤ ਹੈ। ਮੇਰੇ ਕੋਰਸ ਦੇ ਨਾਮ ਤੇ ਵੀ ਹੁਣ ਬੜੀ ਠੱਗੀ ਹੋਈ ਹੈ ਪੰਜਾਬ ਦੇ ਵਿੱਚ। ਏਜੰਟਾਂ ਨਾਲ ਬਹੁਤ ਠੱਗੀ ਹੈ। ਜਿਨ੍ਹਾਂ ਨੇ ਕਿੱਥੇ ਕੀਤੇ ਸੀ 25 25 50 50 ਕੇ ਇਸ ਵਾਰ ਪੈਸੇ ਦਿੱਤੇ ਸੀ ਅੱਧੇ ਗਏ ਪੈਸੇ। ਇਹ ਮਤਲਬ ਕੋਰਸ ਮਤਲਬ ਇਦਾਂ ਦੀ ਕੀ ਚੀਜ਼ ਹੈ ਜਿਹੜੀ ਕਿ ਮਾਰ ਹੀ ਪੈ ਗਈ ਪੂਰੀ। ਤੂੰ ਬਹੁਤ ਜਗ੍ਹਾ ਤੇ ਦੇਖਿਆਣਾ ਜੀ ਸੀ ਕਹਿੰਦੇ ਪੈਸੇ ਨਹੀਂ ਲੈਣੇ ਪੈਸੇ ਕਿਉਂ ਨਹੀਂ ਦਿੰਦੇ ਉਹ 2 ਲੱਖ ਰੁਪਏ ਧੇਨ ਲੱਖ ਰੁਪਏ ਬਾਹਰ ਹੋਇਆਣਾ ਉਹਨੂੰ ਕਿ ਲੋੜ ਪੈਸੇ ਲੈਣ ਦੀ ਉਹ ਬਾਅਦ ਚ ਤੁਹਾਨੂੰ ਬਦਲਾਦਾ ਜਿਹੜਾ ਕੋਰਸ ਤੁਹਾਨੂੰ ਲੈ ਕੇ ਦਿੱਤਾ ਜਿਹੜਾ ਸ਼ਹਿਰ ਤੁਹਾਨੂੰ ਲੈ ਕੇਦਾ ਉਹ ਤੁਹਾਡੇ ਕਿਸੇ ਕੰਮ ਦਾ ਨਹੀਂ ਮਤਲਬ ਮੈਂ ਤੇ ਇਹ ਸੋਚਦਾ ਜੇ ਉਸ ਬੰਦੇ ਦਾ ਵੀਜ਼ਾ ਲਵਾਤਾ ਤੇ ਮੈਂ ਜ਼ਰੂਰ ਤੁਹਾਡੇ ਮੋਢੇ ਉਨੂੰ ਲੈ ਕੇ ਆਉਂਗਾ ਪ੍ਰੋਮਿਸ ਆ 100% ਇੱਥੇ ਬੈਠ ਕੇ ਬੋਲੀ ਦੋ ਸਾਰੀ ਸਟੋਰੀ ਬੰਦਾ ਆਪ ਦੱਸੇਗਾ ਪਰਮਾਤਮਾ ਅੱਗੇ ਕੋਲ 10 ਪੀਓ ਦਾ ਵੀਜ਼ਾ ਲੱਗ ਗਿਆ ਮਤਲਬ ਸਾਰੇ ਏਜੰਟ ਕੱਲੀ ਵੱਧੂ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਸਲਾਹ ਨਹੀਂ ਦਿੰਦੇ ਕਿ ਜਾਣਾ ਚਾਹੀਦਾ ਹੈ ਜਾਂ ਨਹੀਂ ਜਾਣਾ ਚਾਹੀਦਾ। ਤੇ ਕੀ ਕਹਿੰਨੇ ਹੋ ਰਿਸ਼ਤੇਦਾਰਾਂ ਨੂੰ? ਦੇਖੋ ਇੱਕ ਸੈਂਸਿਟਿਵ ਸਵਾਲ ਹੈ। ਕੋਈ ਗੱਲ ਨਹੀਂ। ਲੜਕਾ ਕਰਦੇ। ਤੁਸੀਂ ਬੜੇ ਦਿਨਾਂ ਬਾਅਦ ਆਉਂਦੇ ਹੋ ਨਾ ਇਸ ਕਰਕੇ ਗਿਰਦੇ ਫਿਰਦੇ ਆ। ਆਦਤ ਨਹੀਂ ਰਹੀ ਇਹਨਾਂ ਨੂੰ। ਵਧੀਆ ਜੀ। ਓਕੇ। ਹੋਰ ਚੜਾਓ। ਜੀ ਵਧੀਆ ਜੀ ਵਧੀਆ ਤੁਸੀਂ ਦੱਸੋ। ਵਧੀਆ ਤੁਹਾਡੇ ਦਰਸ਼ਨ ਹੋਏ। ਘੱਟੋ ਘੱਟ 2-3 ਮਹੀਨਿਆਂ ਬਾਅਦ ਜ਼ਿਆਦਾ ਹੀ ਹੋ ਗਿਆ ਟਾਈਮ। ਤੁਸੀਂ ਬੁਲਾਉਂਦੇ ਨਹੀਂ ਕੀ ਕਰੀ? ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਡੇ ਨਾਲ ਅੱਜ ਨੇ ਰਵਨੀਤ ਭਾਜੀ ਈਐਸਐਸ ਗਲੋਬਲ ਜਲੰਧਰ ਤੋਂ ਭਾਜੀ ਤੁਹਾਡਾ ਬਹੁਤ ਸਵਾਗਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਭਾਜੀ ਪਹਿਲਾ ਕੁਐਸਚਨ ਮੇਰਾ ਤੁਹਾਡੇ ਤੋਂ ਤੁਸੀਂ ਦੋ ਦੋ ਫੋਨ ਰੱਖੇ ਆ ਇਹ ਸਾਰੇ ਇਮੀਗ੍ਰੇਸ਼ਨ ਵਾਲੇ ਦੋ ਦੋ ਫੋਨ ਕਿ ਰੱਖਦੇ ਆ ਐਦਾ ਤਾਂ ਨਹੀਂ ਕਿਤੇ ਇਹ ਕੁਐਸਚਨ ਤਾਂ ਪੁੱਛਿਆ ਭਾਜੀ ਇੱਕ ਚੱਕਣ ਵਾਲਾ ਇੱਕ ਨਾਟਕਾ ਵਾਲਾ ਏ ਰੀਜ਼ਨ ਆਇਆ ਕੋਈ ਹੋਰ ਰੀਜ਼ਨ ਆ ਨਹੀਂ ਇਦਾਂ ਨਹੀਂ ਹੈਗਾ ਏ ਰੀਜ਼ਨ ਨਹੀਂ ਹੈਗਾ ਇੱਕ ਦੇਖੋ ਇੱਕ ਨੰਬਰ ਤੇ ਉਹ ਆ ਜਿਹੜਾ ਸ਼ੁਰੂ ਤੋਂ ਚੱਲਦਾ ਸੀ ਜਦੋਂ ਕਾਰੋਬਾਰ ਚ ਵੀ ਨਹੀਂ ਸੀ ਉਸ ਤੋਂ ਵੀ ਪਹਿਲਾਂ ਦਾ ਚੱਲਦਾ ਸੀ ਅੱਛਾ ਅੱਛਾ ਇੱਕ ਨੰਬਰ ਆ ਕਿ ਜਿੱਦਾਂ ਹੁਣ ਬੱਚੇ ਹਰ ਦੇਸ਼ ਚ ਹੈਗੇ ਆ ਸੋ ਕੋਈ ਸਵੇਰੇ ਵੀ ਫੋਨ ਕਰਦਾ ਰਾਤ ਨੂੰ ਕਰਦਾ ਕੋਈ WhatsApp ਮੈਸੇਜ ਛੱਡਦਾ ਸੋ ਇਸ ਫੋਨ ਕਰਕੇ ਉਹਨੂੰ ਸੈਪਰੇਟ ਤਾਂ ਰੱਖਿਆ ਕਿ ਪਤਾ ਲੱਗ ਸਕੇ ਵੀ ਕਿਹਦੀ ਕਾਲ ਕਿਸ ਵੇਲੇ ਐਮਰਜੈਂਸੀ ਤੇ ਤਦ ਉਹਨੂੰ ਉਸੇ ਕੇ ਰੈਪਲਾਈ ਕਰ ਸਕੇ ਬਾਕੀ ਜੇ ਕਿਸੇ ਦਾ ਨਾਂ ਚੱਕਿਆ ਜਾਵੇ ਜਾਂ ਨਾਂ ਮੈਸੇਜ ਦਾ ਰੈਪਲਾਈ ਕੀਤਾ ਜਾਵੇ ਉਹਨੂੰ ਥੋੜੀ ਦੇਰ ਬਾਅਦ ਆਪਣੇ ਆਪ ਕਾਲ ਕਰ ਲਿਆ ਤੁਹਾਡੇ ਕੋਲ ਮਤਲਬ ਦਾ ਕੰਮ ਹੀ ਨਾ ਜ਼ਿਆਦਾ ਤੁਸੀਂ ਸਾਰੀ ਇੰਡਸਟਰੀ ਇੱਕ ਪਾਸੇ ਤੇ ਕਹਿੰਦੇ ਈਐਸਐਸ ਗਲੋਬਲ ਇੱਕ ਪਾਸੇ ਤੁਸੀਂ ਆਪਣੇ ਵੱਲ ਜ਼ਿਆਦਾ ਵਜਨ ਪਾਇਆ ਹੋਇਆ ਇੰਡਸਟਰੀ 'ਚ ਦੇਖੋ ਇਹ ਤੇ ਮਾਰਕੀਟ 'ਚ ਆਪਣੇ ਆ ਵੀ ਕੰਪੈਰੀਜ਼ਨ ਕਰਦੇ ਸੀ ਕਦੇ ਇਹ ਸੋਚ ਕੇ ਤੇ ਨਹੀਂ ਕਰਦੇ ਵੀ ਅਸੀਂ ਇੱਕ ਪਾਸੇ ਤੇ ਬਾਕੀ ਸਾਰੇ ਇੱਕ ਪਾਸੇ ਨਹੀਂ ਮਤਲਬ ਕਹਿੰਦੇ ਜਿੰਨੀ ਇੰਡਸਟਰੀ ਪੂਰੀ ਐਡ ਲਗਾਉਂਦੀ ਆ ਬਜਟ ਆ ਉਨਾ ਮਾਰਕੀਟਿੰਗ ਬਜਟ ਇਕੱਲਾ ਈਐਸਐਸ ਗਲੋਬਲ ਦਾ ਇਹ ਸੱਚ ਹਾਂ ਸੱਚ ਆ ਮਾਜੀ ਦੇਖੋ ਇੱਕ ਬੰਦਾ 2 ਸਾਲ 3 ਸਾਲ 4 ਸਾਲ ਪਹਿਲਾਂ ਕੰਮ ਕਰ ਸ਼ੁਰੂ ਕਰਕੇ ਤੇ ਸਾਡੇ ਨਾਲ ਕੰਪੈਰੀਜ਼ਨ ਕਰੇਗਾ ਤੂੰ ਨੂੰ ਸ਼ਾਇਦ ਇਹ ਚੀਜ਼ ਸੱਚ ਲੱਗੇ ਕਿ ਜਿੰਨਾ ਉਹਦਾ ਬਜਟ ਆ ਉਸ ਤੋਂ ਬਹੁਤ ਜ਼ਿਆਦਾ ਵੱਧ ਬਜਟ ISS ਦਾ ਇਹ ਉਹ ਵੀ ਤੇ ਦੇਖੇ ਨਾ ISS ਗਲੋਬਲ ਦੇ ਬ੍ਰਾਂਚਾ ਵੀ ਤੇ 13 ਨਾ ਹੂੰ ISS ਗਲੋਬਲ ਇੱਕ ਜਲੰਧਰ ਸ਼ਹਿਰ ਚ 12 12 ਵੀ ਬ੍ਰਾਂਚਾਂ ਵਾਲੇ ਵੀ ਹੈਗੇ ਨੇ ਪਰ ਇੰਨਾ ਬਜਟ ਨਹੀਂ ਸਪੈਂਡ ਕਰਦੇ ਹੋਏਗਾ ਉਹਨਾਂ ਦਾ ਵੀ ਬਜਟ ਪਰ ਸ਼ਾਇਦ ਉਹਨਾਂ ਨੇ ਕੋਈ ਧਿਆਨ ਨਹੀਂ ਦਿੰਦਾ ਉਹ ਸ਼ਾਇਦ ਸਾਡੀ ਗੱਲ ਜਿਹੜੀ ਉਹ ਥੋੜੀ ਜ਼ਿਆਦੀ ਸਿੱਧੀ ਹੁੰਦੀ ਆ ਉਹ ਬੰਦੇ ਨੂੰ ਲੱਗਦਾ ਵੀ ਇਹਨੇ ਦੀ ਐਡ ਜ਼ਿਆਦੀ ਆ ਪਰ ਤੁਸੀਂ ਤਾਂ ਸ਼ਾਹਰੁਖ ਖਾਨ ਵੀ ਲਿਆ ਉਹ ਫਿਰ ਮਾਰਕੀਟ ਦੇ ਵਿੱਚ ਨਾ ਕਿਤੇ ਜਦੋਂ ਐਡ ਚੱਲ ਰਹੀ ਹੁੰਦੀ ਆ ਫਿਰ ਕੁਝ ਨਵਾਂ ਕਰਨਾ ਪੈਂਦਾ ਲੋਕੀ ਕਹਿੰਦੇ ਪਹਿਲਾਂ ਭੱਟੀ ਸਾਹਿਬ ਹੀ ਮਾਰਣੀ ਸੀ ਇਹ ਸ਼ਾਹਰੂਖ ਖਾਨ ਵੀ ਲੈ ਆਏ ਇੰਡਸਟਰੀ ਦੇ ਦੋ ਕਿੰਗ ਤੁਸੀਂ ਇਕੱਠੇ ਕਰ ਲਏ ਨਹੀਂ ਦੇਖੋ ਇਹ ਤੇ ਹੈ ਜੇ ਭੱਟੀ ਸਾਹਿਬ ਦਾ ਫਿਰ ਇਨੀ ਦੇਰ ਦਾ ਇਸ ਮਾਰਕੀਟ ਦੇ ਵਿੱਚ ਰਤਬਾ ਆ ਇੰਡਸਟਰੀ ਦੇ ਵਿੱਚ ਫਿਰ ਕੁਝ ਤੇ ਐਡ ਜਿਹੜੀ ਆ ਉਹ ਉਸ ਲੈਵਲ ਦੀ ਹੁੰਦੀ ਨਾ ਜਿਹੜੀ ਈਐਸਐਸ ਦੇ ਬ੍ਰਾਂਡ ਨੂੰ ਰਿਪਰੈਜ਼ੈਂਟ ਕਰੇ ਨਹੀਂ ਵਧੀਆ ਅੱਛਾ ਇਹ ਦੱਸੋ ਪਹਿਲਾਂ ਹੁਣ ਤੁਹਾਡੇ ਤੁਸੀਂ ਇੰਡਸਟਰੀ ਦੇ ਵਿੱਚ ਰਹਿੰਦੇ ਹੋ ਤੁਸੀਂ ਬਿਹਤਰ ਦੱਸ ਸਕਦੇ ਹੋ ਇਸ ਟਾਈਮ ਚੱਲ ਕੀ ਰਿਹਾ ਮਤਲਬ ਮਾਹੌਲ ਕੀ ਹੈ ਇੰਡਸ ਬਹੁਤ ਜਿਆਦਾ ਜਿਹੜਾ ਕਹਿੰਨਾ ਕਨਫਿਊਜ਼ਨ ਆ ਪੰਜਾਬੀ ਚ ਕਹ ਲਈਏ ਸਾਨੂੰ ਵੀ ਨਹੀਂ ਪਤਾ ਹੁੰਦਾ ਵੀ ਸਵੇਰੇ ਕਿਹੜਾ ਨਵਾਂ ਰੂਲ ਆ ਜਾਣਾ ਹਮ ਅੱਜ ਜੇ ਆਪਾਂ ਪਲੈਨਿੰਗ ਕਰਦੇ ਆਂ ਵੀ ਅਗਲੇ ਮਹੀਨੇ ਆਪਾਂ ਇਸ ਚੀਜ਼ ਬਾਰੇ ਗੱਲਬਾਤ ਕਰਨੀ ਆ ਕਿਉਂਕਿ ਇਹ ਚੀਜ਼ ਲੱਗਦਾ ਸਾਨੂੰ ਵੀ ਚੱਲੇਗੀ ਅਗਲੇ ਮਹੀਨੇ ਬਟ ਉਸੇ ਹਫਤੇ ਹੀ ਕੋਈ ਨਾ ਕੋਈ ਨਵਾਂ ਕਾਨੂੰਨ ਆ ਜਾਂਦਾ ਫਿਰ ਉਸ ਚੀਜ਼ ਤੇ ਦੁਬਾਰਾ ਬੈਠਣਾ ਪੈਂਦਾ ਵੀ ਹੁਣ ਕਿਹੜੀ ਚੀਜ਼ ਆ ਜਿਹੜੀ ਬੱਚਿਆਂ ਦੇ ਫੇਵਰ ਦੇ ਵਿੱਚ ਹਮ ਹਮ ਕਿਉਂਕਿ ਇਸ ਟਾਈਮ 2023 ਸਾਲ ਤੇ ਜਿਹੜਾ 2024 ਦੇ ਅੱਜ ਦੂਜਾ ਮਹੀਨਾ ਜਾਣ ਡਿਆ ਇੰਨੇ ਕ ਰੂਲ ਚੇਂਜ ਹੋ ਰਹੇ ਆ ਕਿਸੇ ਨੂੰ ਕੁਝ ਨਹੀਂ ਪਤਾ ਵੀ ਕੀ ਹੋਣਾ ਹਰ ਪਾਸੇ ਜਿਦਾ ਕਹ ਲਓ ਵੀ ਅਸੀਂ ਤੇ ਜਿਹੜੀ ਚੀਜ਼ ਸੋਚਦੇ ਆ ਪਰ ਮਾਰਕੀਟ ਚ ਬਹੁਤ ਜਿਆਦੀ ਇਸ ਚੀਜ਼ ਦੀ ਟੈਨਸ਼ਨ ਆ ਪਤਾ ਨਹੀਂ ਕੀ ਹੋਣਾ ਅੱਧੇ ਅੱਧੇ ਏਜੰਟ ਤੇ ਇਹ ਕਹਿਣ ਲੱਪੇ ਭਾਈ ਕਾਰੋਬਾਰ ਕੋਈ ਹੋਰ ਕਰ ਲੀਏ ਇਹ ਕਾਰੋਬਾਰ ਲੱਗਦਾ ਨਹੀਂ ਹੁਣ ਚੱਲਣਾ ਨਹੀਂ ਪਰ ਇਦਾਂ ਵੀ ਤਾਂ ਹੁੰਦਾ ਨਾ ਜਿੱਦਣ ਨੂੰ ISS ਗਲੋਬਲ ਜਾਂਦਾ ਕਹਿੰਦੇ ਇੰਡਸਟਰੀ ਉਸੇ ਵਾਲੀ ਸ਼ੁਰੂ ਹੋ ਜਾਂਦੀ ਆ ਪਹਿਲਾਂ ਤੁਸੀਂ ਕੈਨੇਡਾ ਕਰਦੇ ਰਹੇ ਸਾਰੇ ਕੈਨੇਡਾ ਕੈਨੇਡਾ ਤੁਸੀਂ ਜੇ ਯੂਕੇ ਕਰਨ ਲੱਗੇ ਸਾਰੇ ਯੂਕੇ ਹੁਣ ਤੁਸੀਂ ਵਰਕ ਪਰਮਿਟ ਚ ਆ ਗਏ ਤੇ ਸਾਰੀ ਇੰਡਸਟਰੀ ਤੁਸੀਂ ਵਰਕ ਪਰਮਿਟ ਵਾਲਖੇਚ ਲਈ ਇਹ ਇਹ ਇਦਾਂ ਕਿਉਂ ਕਰਦੇ ਹੋ ਤੁਸੀਂ ਮਤਲਬ ਵਰਕ ਪਰਮਿਟ ਦਾ ਗੱਲ ਕਹਿ ਕੇ ਤਾਂ ਤੁਸੀਂ ਉਹ ਗੱਲ ਕਰਤੀ ਮੈਨੂੰ ਲੱਗਦਾ ਜਦੋਂ ਦਾ ਅਸੀਂ ਵਰਕ ਪਰਮਿਟ ਕਰਨ ਲੱਗੇ ਲੋਕਾਂ ਨੇ 20 30 ਨਵੇਂ ਲਾਇਸੈਂਸ ਹੀ ਲੈ ਲਏ ਲੋਕ ਜੇ ਦੇਖੋ ਕੋਈ ਪਹਿਲਾਂ ਕੋਈ ਲਾਇਸੈਂਸ ਨਹੀਂ ਸੀ ਪਿਛਲੇ 2 3 ਮਹੀਨੇ ਜ ਸਾਨੂੰ ਪਤਾ ਲੱਗਾ ਵੀ 30 40 ਮਾਰਕੀਟ ਚ ਨਵੇਂ ਏਜੰਟਾਂ ਨੇ ਵਰਕ ਪਰਮਿਟ ਦੇ ਲਾਇਸੈਂਸ ਲੈ ਕੇ ਸਾਰੇ ਲਾਇਸੈਂਸ ਨਾਲ ਐਡ ਕਰਦੇ ਬਿਨਾ ਲਾਇਸੈਂਸ ਤੋਂ ਵੀ ਐਡ ਕਰੀ ਜਾਂਦੇ ਨਹੀਂ ਬਿਨਾ ਲਾਇਸੈਂਸ ਤੋਂ ਬਹੁਤ ਐਡ ਹੁੰਦੀ ਗੌਰਮੈਂਟ ਸਟ੍ਰਿਕਟ ਨਹੀਂ ਆਈ ਗੈਸ ਰਾਈਟ ਸਰ ਦੇਖੋ ਹਰ ਚੀਜ਼ ਦੀ ਚ ਬਟ ਫਿਰ ਵੀ ਜਿਨ੍ਹਾਂ ਨੇ ਬਿਨਾਂ ਲਾਇਸੈਂਸ ਤੋਂ ਕੰਮ ਕਰਨਾ ਉਹ ਕਰਦੇ ਅੱਜ ਵੀ ਪਰ ਇਹਦੇ ਨਾਲ ਕਿਤੇ ਨਾ ਕਿਤੇ ਫਰੋਡ ਤਾਂ ਵੱਧ ਰਿਹਾ ਹੋਣਾ ਨਾ ਬਿਲਕੁਲ ਵੱਧ ਆ ਭਾਜੀ ਸਭ ਤੋਂ ਚੀਜ਼ ਤੇ ਨੌਲੇਜ ਲਾਇਸੈਂਸ ਤੇ ਇੱਕ ਸਰਟੀਫਿਕੇਟ ਆ ਗਵਰਨਮੈਂਟ ਦਾ ਵੀ ਤੁਸੀਂ ਇਹ ਕੰਮ ਕਰ ਸਕਦੇ ਹੋ ਬਟ ਉਸ ਕੰਮ ਦੀ ਨੌਲੇਜ ਥੋੜੀ ਸਰਕਾਰਾਂ ਨੇ ਚੈੱਕ ਕਰਨੀ ਤੁਸੀਂ ਵੀ ਦੇਖੋ ਇੱਕ ਬੰਦੇ ਨੂੰ ਇੰਨੇ ਸਾਲ ਹੋ ਗਏ ਕੰਮ ਕਰਦੇ ਨੂੰ ਉਹਨੇ ਉਸੀ ਦਾ ਚੰਗਾ ਮਾੜਾ ਦੇਖ ਕੇ ਉਹ ਚੀਜ਼ ਗਾਈਡ ਕੀਤੀ ਤੇ ਦੂਸਰਾ ਬੰਦਾ ਇਸ ਕਰਕੇ ਗਾਈਡ ਕਰਦਾ ਵੀ ਈਐਸਐਸ ਵਾਲੇ ਵਰਕ ਪਰਮਿਟ ਕਰਨ ਦੇ ਅਸੀਂ ਵੀ ਵਰਕ ਪਰਮਿਟ ਕਰ ਲੈਣੇ ਪਰ ਤੁਸੀਂ ਵਰਕ ਪਰਮਿਟ ਚ ਕਿਉਂ ਆ ਗਏ ਮੇਟਾ ਸਟੂਡੈਂਟ ਵੀਜ਼ਾ ਮਤਲਬ ਤੁਸੀਂ ਸੰਤੋਸ਼ਟ ਨਹੀਂ ਹੋਏ ਸਟੂਡੈਂਟ ਕਰਕੇ ਜਿਹੜਾ ਤੁਸੀਂ ਹੁਣ ਵਰਕ ਚ ਆ ਗਏ ਨਹੀਂ ਇਹ ਇੱਕ ਬਹੁਤ ਵੱਡੀ ਅੱਛਾ ਮੈਨੂੰ ਇੱਕ ਇੱਕ ਚੀਜ਼ ਸੱਚਾ ਦੱਸਿਓ ਤੁਸੀਂ ਸਟੂਡੈਂਟ ਦਾ ਅੱਛਾ ਨੰਬਰ ਮੈਂ ਦੇਖਦਾ ਤੁਹਾਡਾ ਆਂਦਾ ਇਮਾਨਦਾਰੀ ਨਾਲ ਦੱਸਣਾ ਕਿੰਨੇ ਕੇ ਵੀਜ਼ਾ ਲਗਵਾ ਦਿੰਦੇ ਮਹੀਨੇ ਦੇ ਸਟੂਡੈਂਟ ਦੇ ਸੀਰੀਅਸ ਸਟੂਡੈਂਟ ਦੀ ਗੱਲ ਕਰ ਤੁਹਾਨੂੰ ਕਿੰਨੇ ਕ ਲੱਗਦੇ ਜਾਂ ਤੁਸੀਂ ਜਿੱਦਾਂ ਕਹਿੰਦਾ ਸਾਰੇ ਏਜੰਟ IISS ਨੂੰ ਦੇਖਦੇ ਆ ਉਹਨਾਂ ਨੂੰ ਕਿੰਨੇ ਕ ਲੱਗਦੇ ਲਗਾ ਲਓ ਮਤਲਬ ਕੋਈ ਗਿਣਤੀ ਦਾ ਮਤਲਬ ਜੇ ਕਹਾਂ ਦੇ ਰੋਜ਼ ਹੀ ਤੁਹਾਡੀ ਪੋਸਟਾ ਦੇਖਦਾ 20 30 50 ਇਦਾਂ ਸਮਥਿੰਗ ਦੇਖਦਾ ਇਸ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਤੁਸੀਂ ਮਹੀਨੇ ਦਾ ਲਗਾ ਦਿੰਦੇ ਹੋ ਨੇ 1500 2000 ਵੀਦਾ ਨਹੀਂ 1500 2000 ਤੇ ਤੁਸੀਂ ਜਿਆਦਾ ਕਿਹਾ ਨੰਬਰ ਬਟ ਪਰਮਾਤਮਾ ਦੇ ਨਾਲ ਬਹੁਤ ਵੀਜ਼ੇ ਲੱਗਦੇ ਆ ਇਹ ਨੰਬਰ ਇੱਕ ਐਗਜ਼ੈਕਟ ਨਹੀਂ ਹੈਗਾ ਕਿ ਜਿਹੜਾ ਆਪਾਂ ਕਹਿ ਦਈਏ ਵੀ ਇਸ ਮਹੀਨੇ ਨੇ ਲੱਗੇ ਜਾਂ ਇਸ ਮਹੀਨੇ ਨੇ ਲੱਗੇ ਬਟ ਜੇ ਗੱਲ ਕਰੀਏ ਰੋਜ਼ ਦੇ ਤੁਹਾਡੇ ਵਾਲੀ ਗੱਲ ਆ 5 ਤੋਂ 10 ਵੀਜ਼ੇ ਆਉਂਦੇ ਆਉਂਦੇ ਪਰ ਤੁਹਾਨੂੰ ਦੇਖ ਦੇ ਕੇ ਫਿਰ ਬਾਕੀਆਂ ਨੂੰ ਵੀ ਪ੍ਰੋਮੋਸ਼ਨ ਆ ਉਦਾਂ ਦੀ ਕਰਨੀਆਂ ਪੈਂਦੀਆਂ ਤੁਸੀਂ ਦਿਖਾ ਦਿੰਦੇ ਹੋ ਸਾਡੇ 50 ਵੀਜ਼ੇ ਆ ਇਹ ਸਾਡੇ 100 ਵੀਜ਼ੇ ਅੱਛਾ ਇਹ ਸੱਚ ਹੁੰਦੇ ਆ ਜਿਹੜੇ ਤੁਸੀਂ ਦਿਖਾਦੇ ਹੋ ਪਾਸਪੋਰਟ ਜਾਂ ਉਦਾਂ ਹੀ ਸਾਡੇ ਤੇ ਸੱਚ ਹੁੰਦੇ ਆ ਪਰ ਮਾਰਕੀਟ 'ਚ ਸੱਚ ਨਹੀਂ ਨਾ ਹੈਗਾ ਉਹ ਜਿਹੜੀ ਰੀਲ ਚੱਲਦੀ ਲੰਬੀ ਸਾਰੀ ਦਿਖਾਈ ਜਾਂਦੀ ਹੈ ਜਿਹਦੇ 'ਚ 50 ਵੀਜ਼ੇ ਹੁੰਦੇ ਪਤਾ ਨਹੀਂ 100 ਵੀਜ਼ੇ 6 ਵੀ ਨਹੀਂ ਜਾਂ ਹ 6 ਜਣੇ ਕੋ ਇਕੱਠੇ ਕੀਤੇ ਹੁੰਦੇ ਸੋ ਉਸ ਹਿਸਾਬ ਨਾਲ ਜਿਹੜਾ ਮਾਰਕੀਟ ਦੇ ਵਿੱਚ ਚੱਲਦਾ ਵੀ ਇਕੱਠੇ ਕਰਕੇ ਵੀਜ਼ੇ ਜ਼ਿਆਦਾ ਦਿਖਾਈ ਜਾਂਦੇ ਆ ਤੁਸੀਂ ਇਕੱਠੇ ਕਰਕੇ ਦਿਖਾਉਂਦੇ ਸਾਡੇ ਕੋ ਆਪਣੀ ਬਹੁਤ ਇਕੱਠੇ ਕਰਕੇ ਮਹਾਰਾਜ ਨੇ ਕਿਰਪਾ ਹੀ ਉਹ ਵੱਡੀ ਕਰੀ ਹੋਈ ਹੈ ਚਲੋ ਮਹਾਰਾਜ ਦੀ ਕਿਰਪਾ ਸਾਰੇ ਤੇ ਰੱਖੇ ਸਹੀ ਤਰ੍ਹਾਂ ਕੰਮ ਕਰੋ ਦੇਖੋ ਵੀਜ਼ੇ ਆਪਣੇ ਆਪ ਆਉਂਦੇ ਰਹਿੰਦੇ ਤੁਹਾਨੂੰ ਇਕੱਠੇ ਕਰਨ ਦੀ ਲੋੜ ਨਹੀਂ ਪੈਣੀ ਕਿਸੇ ਜੀ ਜਦੋਂ ਤੁਸੀਂ ਸਟੱਡੀ ਵੀਜ਼ਾ ਕਰੇ ਰਹੇ ਸੀ ਵਧੀਆ ਕਰ ਰਹੇ ਸੀ ਵਰਕ ਚਾਣ ਦੀ ਕੀ ਲੋੜ ਪੈਗੀ ਦੇਖੋ ਸਮੇਂ ਦੀ ਡਿਮਾਂਡ ਆ ਹਰ ਪ੍ਰੋਡਕਟ ਮਾਰਕੀਟ ਚ ਕਿਸੇ ਨਾ ਕਿਸੇ ਟਾਈਮ ਤੇ ਆਂਦਾ ਤੁਸੀਂ ਦੇਖਿਆ 6 ਮਹੀਨੇ ਪਹਿਲਾਂ ਯੂਕੇ ਵਰਕ ਪਰਮਿਟ ਦਾ ਬਹੁਤ ਰੌਲਾ ਸੀ ਅੱਜ ਕੈਨੇਡਾ ਵਰਕ ਪਰਮਿਟ ਦੀ ਐਡ ਕਰ ਰਹੇ ਆ ਯੂਰਪ ਵਰਕ ਪਰਮਿਟ ਦੀ ਐਡ ਕਰ ਰਹੇ ਆ ਸੋ ਜ਼ਰੂਰੀ ਨਹੀਂ ਹੈਗਾ ਕਿ ਜੇ ਸਟੂਡੈਂਟ ਕਰਦੇ ਸੀ ਜੇ ਸਟੂਡੈਂਟ ਹੀ ਕਰਨਾ ਹੈ ਅੱਜ ਸਮੇਂ ਦੀ ਡਿਮਾਂਡ ਆ ਹਰ ਕੋਈ ਬੰਦਾ ਕੰਮ ਤੇ ਵੀ ਜਾਣਾ ਚਾਹੁੰਦਾ ਬਾਹਰ ਕਈ ਵਾਰੀ ਕੋਈ ਨਹੀਂ ਵੀ ਬੰਦਾ ਪੜ੍ਹਨਾ ਚਾਹੁੰਦਾ ਜਾਂ ਕਿਸੇ ਦਾ ਗੈਪ ਪੈ ਚੁੱਕਾ ਹੁੰਦਾ ਸੋ ਜੇ ਵਰਕ ਪਰਮਿਟ ਦੀ অপਸ਼ਨ ਹੈਗੀ ਡੈਫੀਨਿਟਲੀ ਬੱਚੇ ਨੂੰ ਵਰਕ ਪਰਮਿਟ ਤੇ ਵੀ ਜਾਣਾ ਚਾਹੀਦਾ ਤੇ ਤੁਸੀਂ ਵਰਕ ਪਰਮਿਟ ਜਿਹੜਾ ਕਰਦੇ ਹੋ ਕਿਹੜੀ-ਕਿਹੜੀ ਕੰਟਰੀ ਦਾ ਕਰਦੇ ਕੈਨੇਡਾ ਦਾ ਵਰਕ ਪਰਮਿਟ ਅਸੀਂ ਕਰਦੇ ਆ ਜੀ ਯੂਰਪ ਵਰਕ ਪਰਮਿਟ ਕਰਦੇ ਆ ਸੀ ਕੁਝ ਨਵੇਂ ਆਪਸ਼ਨਸ ਵੀ ਹੋਰ ਲੈ ਕੇ ਆ ਰਹੇ ਆ ਜਲਦੀ ਉਹਦੇ ਬਾਰੇ ਵੀ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਐਡ ਕਰਾਂਗੇ ਕੈਨੇਡ ਕੈਨੇਡਾ ਵਰਕ ਪਰਮਿਟ ਲਈ ਚਾਹੀਦੀ ਹੁੰਦੀ ਉਧਰ ਆਫਰ ਉਹ ਕੀ ਨਾਮ ਲੰਦਿਆਂ ਦਾ ਐਲ ਐਮ ਆਈ ਐਲ ਐਮ ਆਈ ਜਿਹੜੀ ਉਹ ਅੱਜਕੱਲ ਮਾਰਕੀਟ ਵਿੱਚ ਵਰਡ ਐਲ ਐਮ ਆਈ ਚੱਲਦਾ ਫਿਰਦਾ ਐਲ ਐਮ ਆਈ ਤੇ ਹੈ ਕੀ ਐਲ ਐਮ ਆਈ ਐਲ ਐਮ ਆਈ ਦੇਖੋ ਕੈਨੇਡਾ ਦੇ ਵਿੱਚ ਜੇ ਆਪਾਂ ਕੰਮ ਦੇ ਤੌਰ ਤੇ ਜਾਣਾ ਤੇ ਜਦੋਂ ਕਿਸੇ ਉਧਰ ਸਪான்ਸਰ ਤੋਂ ਆਪਾਂ ਲੈਟਰ ਲੈਣੇ ਆ ਕਿਸੇ ਓਨਰ ਕੋ ਜਿਹਨੇ ਸਾਨੂੰ ਸਾਡ ਕੰਮ ਤੇ ਰੱਖਣਾ ਹੁੰਦਾ ਉਹਨੂੰ ਐਲ ਐਮ ਆਈ ਕਹਿੰਦੇ ਅੱਛਾ ਇਹ ਪੇਡ ਹੁੰਦੀ ਆ ਫਰੀ ਹੁੰਦੀ ਯੂਕੇ ਦੇ ਵਿੱਚ ਕੋਸਟ ਲੈਟਰ ਦਾ ਰੋਲਾ ਪਿਆ ਸੀ ਹਾਂ ਹਾਂ ਇਹ ਪੇਡ ਹੁੰਦੀ ਆ ਇਹ ਫਰੀ ਹੁੰਦੀ ਆ ਦੇਖੋ ਇਹ ਸਵਾਲ ਪੜਦੇ ਤੇ ਸਾਹਮਣੇ ਤੇ ਵੈਸੇ ਨਹੀਂ ਕਰਨਾ ਚਾਹੀਦਾ ਦੇਖੋ ਉਧਰ ਪੈਸੇ ਤੇ ਲੱਗਦੀ ਹੈ ਬਿਨਾ ਪੈਸੇ ਤੇ ਕੋਈ ਨਹੀਂ ਦਿੰਦਾ ਇਹ ਇੰਨੀ ਇੰਨੀ ਦੁਨੀਆ ਕੈਨੇਡਾ ਚ ਬੈਠੀ ਆ ਜਿਹੜੀ ਕੰਮ ਲੱਭ ਰਹੀ ਆ ਉਹਨਾਂ ਨੂੰ ਕਿਉਂ ਨਹੀਂ ਦੇ ਦਿੰਦੇ ਜਿਹੜੇ ਬੰਦੇ ਇਧਰੋਂ ਜਾਂਦੇ ਆ ਇਹਨਾਂ ਨੂੰ ਐਲ ਐਮ ਆਈ ਚਾਹੀਦੀ ਹੁੰਦੀ ਹੈ ਜਾਂ ਜਿਹੜੇ ਉੱਥੇ ਬੈਠੇ ਨੇ ਉਹਨਾਂ ਨੂੰ ਚਾਹੀਦੀ ਹੁੰਦੀ ਹੈ ਅੱਜ ਦੀ ਡੇਟ 'ਚ ਐਲ ਐਮ ਆਈ ਸ਼ਾਇਦ ਸਾਰਿਆਂ ਦੀ ਜ਼ਰੂਰਤ ਬਣ ਗਈ ਆ ਕਿਉਂਕਿ ਜਿੰਨੇ ਵੀ ਪੀ ਆਰ ਦੇ ਡਰਾ ਆ ਰਹੇ ਆ ਉਹ ਕੋਈ ਵੀ ਬਿਨ ਐਲ ਐਮ ਆਈ ਤੋਂ ਨਹੀਂ ਆ ਰਹੇ ਔਰ ਨਾ ਹੀ ਐਲ ਐਮ ਆਈ ਤੋਂ ਬਿਨਾ ਕਿਸੇ ਦਾ ਸਕੋਰ ਪ੍ਰੂਵ ਹੋ ਰਿਹਾ ਇਹ ਤੇ ਸ ਜਿਹੜੇ ਬੰਦੇ ਇਥੋਂ ਭੇਜਣ ਤੱਕ ਦੇਖਦੇ ਆ ਜੇ ਕਿਸੇ ਨੂੰ ਪੀਆਰ ਤੱਕ ਦਾ ਪਤਾ ਨਾ ਉਹ ਬਿਨ ਐਲਐਮਆਈ ਤੋਂ ਪੀਆਰ ਨਹੀਂ ਹੋ ਸਕਦਾ ਐਲਐਮਆਈ ਨਾਲ ਜਿਹੜਾ ਆਪਾਂ ਵੀਜ਼ਾ ਅਪਲਾਈ ਕਰਦੇ ਆ ਇਹਦੇ ਨਾਲ ਵਰਕ ਪਰ ਇਹ ਵਰਕ ਪਰਮਿਟਲੀ ਹੁੰਦਾ ਜਾਂ ਇਹ ਵਰਕ ਪਰਮਿਟ ਅੱਛਾ ਤੇ ਇਹ ਤੋਂ ਬਾਅਦ ਇਹਦੀ ਪੀਆਰ ਹੁੰਦੀ ਉੱਥੇ ਜਾ ਕੇ ਇਸ ਤੋਂ ਬਾਅਦ ਦੇਖੋ ਬੰਦੇ ਨੇ ਪੀਆਰ ਤੇ ਪੁਆਇੰਟ ਬੇਸ ਹੀ ਆ ਜਾਂ ਤੇ ਬੰਦਾ ਆਪਣਾ ਸ਼ਹਿਰ ਚੇਂਜ ਕਰਦਾ ਕਿਸੇ ਪੀਐਨਪੀ ਦੀ ਅਪਰੂਵਲ ਲੈਂਦਾ ਜਾਂ ਬੰਦਾ ਐਲਐਮਆਈ ਤੇ ਜਾਂਦਾ ਤੇ ਸਾਲ ਬਾਅਦ ਉਹਦੇ ਬੇਸ ਤੇ ਪੀਆਰ ਅਪਲਾਈ ਕਰਦਾ ਜੇ ਆਪਾਂ ਕਹੀ ਐਲਐਮ ਆਏਗੀ ਉਹ ਸਿੱਧੀ ਤੁਹਾਨੂੰ ਪੀਆਰ ਦਾ ਵਾਦਾ ਕੀ ਪਰ ਹਾਂ ਜਿਹਨੂੰ ਪਤਾ ਹੈ ਉਹ ਤੁਹਾਨੂੰ ਗਾਈਡ ਕਰ ਸਕਦਾ ਉਸ ਬਾਰੇ ਕਿੰਨੇ ਪੁਆਇੰਟ ਚਾਹੀਦੇ ਹੁੰਦੇ ਨੇ ਅੱਜ ਲਾਸਟ ਡਰਾ ਜਿਹੜਾ ਗਿਆ 535 ਦਾ ਗਿਆ ਜੀ 535 ਦਾ ਤੁਹਾਡੀ ਨਾਮ ਇੱਕ ਵੀਡੀਓ ਦੇਖਦਾ ਹੁੰਦਾ ਸੀਗਾ ਕੈਨੇਡਾ ਵਰਕ ਪਰਮਿਟ ਲੈ ਕੇ ਤੁਸੀਂ ਉਹਦੇ 'ਚ ਬੋਲਦੇ ਸੀ ਕਿ ਕੈਨੇਡਾ 'ਚ ਕੰਮ ਹੈਗਾ ਤੇ ਲੋਕੀ ਨੀਚੇ ਕਮੈਂਟਾਂ 'ਚ ਕਹਿੰਦੇ ਸੀ ਨਹੀਂ ਹੈਗਾ ਤੁਸੀਂ ਹਜੇ ਵੀ ਉੱਥੇ ਸਟੈਂਡ ਕਰਦੇ ਹੋ ਕਿ ਨਹੀਂ ਹੈਗਾ ਜਾਂ ਹੈਗਾ ਕੀ ਕਰਨਾ ਚਾਹੁੰਦੇ ਹੋ ਦੇਖਣ ਵਾਲੇ ਨੇ ਨਾ ਹਮੇਸ਼ਾ ਗਲਤ ਚੀਜ਼ ਦੇਖਣੀ ਹੁੰਦੀ ਜਿਹਦੀ ਜਿੱਦਾਂ ਦੀ ਦਿਮਾਗ 'ਚ ਚੀਜ਼ ਚੱਲ ਰਹੀ ਹੁੰਦੀ ਆ ਪੋਜ਼ਿਟਿਵ ਵਾਲਾ ਪੋਜ਼ਿਟਿਵ ਦੇਦਾ 네ਗੇਟਿਵ ਵਾਲਾ ਤੁਸੀਂ ਕਹਿੰਦਾ ਥੱਲੇ ਕਮੈਂਟ ਆਉਂਦੇ ਉੱਥੇ ਕੰਮ ਹੈ ਨਹੀਂ ਬਹੁਤ ਸਾਰੇ ਇਦਾਂ ਦੇ ਕਮੈਂਟ ਵੀ ਹੁੰਦੇ ਕਿ ਤੁਸੀਂ ਸਹੀ ਕਹਿ ਰਹੇ ਹੋ ਕੰਮ ਬਹੁਤ ਆ ਬੰਦਾ ਨਹੀਂ ਕਰਨ ਵਾਲਾ ਮਿਲਦਾ ਹਮ ਸਭ ਤੋਂ ਵੱਡੀ ਸਮੱਸਿਆ ਜਿਹੜੀ ਉਸ ਦਿਨ ਸੀ ਤੇ ਅੱਜ ਵੀ ਕਹਿੰਨਾ ਕਿ ਤੁਹਾਡੇ ਕੋਲ ਕੋਈ ਸਕਿੱਲ ਹੈਗੀ ਹੈ ਦੂਸਰੀ ਚੀਜ਼ ਪਾਰਟ ਟਾਈਮ ਕੰਮ ਦੀ ਪ੍ਰੋਬਲਮ ਫੁੱਲ ਟਾਈਮ ਕੰਮ ਦੀ ਉੱਥੇ ਕੋਈ ਪ੍ਰੋਬਲਮ ਨਹੀਂ ਪ੍ਰੋਬਲਮ ਕਿੱਥੋਂ ਸ਼ੁਰੂ ਹੁੰਦੀ ਹੈ ਜਦੋਂ ਇੱਕ ਸਟੂਡੈਂਟ ਸਟੱਡੀ ਕਰਦਾ ਹਫ਼ਤੇ ਚ ਤਿੰਨ ਜਾਂ ਚਾਰ ਦਿਨ ਉਹਨੂੰ ਕੰਮ ਕਰਨ ਨੂੰ ਮਿਲਦੇ ਸਿਰਫ 20 ਘੰਟੇ ਕਦੇ ਉਹ ਮੰਗਲਵਾਰ ਫ੍ਰੀ ਹੁੰਦਾ ਕਦੇ ਉਹ ਵੀਰਵਾਰ ਫ੍ਰੀ ਹੁੰਦਾ ਕਦੇ ਉਹ ਸ਼ਨੀਵਾਰ ਫ੍ਰੀ ਹੁੰਦਾ ਜੇ ਤੁਸੀਂ ਮਾਲਕ ਹੋ ਛਾ ਤੁਸੀਂ ਵੀ ਨਾ ਉਸ ਬੰਦੇ ਨੂੰ ਕੰਮ ਦੋ ਐਂਡ ਇੱਕ ਖਾਸ ਏਰੀਆ ਦੇ ਵਿੱਚ ਜਦੋਂ ਇੰਨੇ ਵੱਡੇ ਸਟੂਡੈਂਟ ਹੋ ਜਾਂਦੇ ਆ ਤੇ ਉੱਥੇ ਪਾਰਟ ਟਾਈਮ ਕੰਮ ਦੀ ਦਿੱਕਤ ਹੈ ਅੱਜ ਵੀ ਤੁਸੀਂ ਜੀਟੀਏ ਏਰੀਏ ਤੋਂ ਵਿੱਚੋਂ 100 200 ਕਿਲੋਮੀਟਰ 300 ਕਿਲੋਮੀਟਰ ਬਾਹਰ ਚਲ ਜਾਓ ਕਿਸੇ ਵੀ ਟਾਊਨ 'ਚ ਜਾਓ ਉੱਥੇ ਮਾਲਕ ਅੱਜ ਵੀ ਕਹਿੰਦਾ ਮੈਨੂੰ ਕੰਮਲੇ ਬੰਦੇ ਚਾਹੀਦੇ ਆ ਬਟ ਬੰਦੇ ਉੱਥੇ ਟਿਕਦੇ ਨਹੀਂ ਕਿਉਂ ਉਹੀ ਮਾਮਾ ਮਾਸੀ ਚਾਚਾ ਤਾਇਆ ਭੈਣ ਜਿਹੜਾ ਤੁਸੀਂ ਐਸੇ ਸਟੂਡੈਂਟ ਨੂੰ ਜਾਂ ਜਿਹੜਾ ਵੀ ਵਰਕ ਪਰਮਿਟ ਤੇ ਜਾ ਰਿਹਾ ਉਹਨੂੰ ਭੇਜਦੇ ਹੋ ਕਿ ਉੱਥੇ ਜਾ ਕੇ ਜੋ ਵੀ ਲਵਾਨੇ ਹੋ ਜਾਂ ਸਿਰਫ ਭੇਜਣ ਤੱਕ ਦਾ ਹੁੰਦਾ ਦੇਖੋ ਡਿਪੈਂਡ ਫਿਰ ਮਹੀਗਾ ਜੇ ਸਕਿੱਲ ਹੈਗੀ ਤੇ ਅੱਛਾ ਕੰਮ ਬਹੁਤ ਹੈ ਕੰਮ ਦੀ ਕੋਈ ਕਮੀ ਨਹੀਂ ਗਈ ਪਰ ਤੁਸੀਂ ਆਪਦੇ ਅੰਦਰ ਝਾਤੀ ਮਾਰ ਕੇ ਦੇਖਣੀ ਵੀ ਜੇ ਆਪਾਂ ਪੈਸੇ ਦੇ ਕੇ ਵਰਕ ਪਰਮਿਟ ਖਰੀਦ ਰਹੇ ਹਾਂ ਕੀ ਸਾਡੀ ਇਸ ਸਕਿੱਲ ਦੇ ਬੇਸ ਤੇ ਮਿਲਿਆ ਜਾਂ ਬਾਹਰ ਜਾਣ ਤੱਕ ਦਾ ਸੀ ਸਕਿੱਲ ਮਤਲਬ ਕਿਹੜੀ ਕਿਹੜੀ ਕੈਟਾਗਰੀ ਮਤਲਬ ਕਿਸੇ ਵੀ ਤਰ੍ਹਾਂ ਦਾ ਜੀ ਦੇਖੋ ਆਪਾਂ ਇੱਥੇ ਗੱਲ ਦੇਖਦੇ ਹਾਂ ਰੋਜ਼ ਬੰਦੇ KFC, Subway, McD ਜਾਂਦੇ ਆ ਜੇ ਵਾਕਿਆ ਕਿਸੇ ਨੇ ਉੱਥੇ ਕਿਉਂ ਨਹੀਂ ਉਹਨੂੰ ਜੌਬ ਮਿਲੇਗੀ ਬਿਲਕੁਲ ਤਾਂ ਲਈ ਚਾਹ ਮਗਾ ਦੀਏ ਪੀਓਗੇ ਚਾਹ ਮੈਨੂੰ ਤਾਂ ਲੱਗਾ ਏ ਦੇਰ ਬਾਅਦ ਆਏ ਚਾਹ ਨਹੀਂ ਬਚੀਆਂ ਨਹੀਂ ਨਹੀਂ ਚਾਹ ਮਗਾ ਦੇ ਯਾਰ ਐਕਚੁਅਲੀ ਚਾਹ ਰੈਡੀ ਸੀਗੀ ਲੜਕਾ ਪੁੱਛ ਰਿਆ ਸੀਗਾ ਕਿ ਚਾਹ ਲੈ ਕੇ ਆਵਾਂ ਜਾਂ ਨਾ ਆ ਨਹੀਂ ਮੈਨੂੰ ਲੱਗਾ ਨਾਰਾਜ਼ ਹੋ ਗਏ ਤੈਨੂੰ ਨਹੀਂ 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 ਕਿਦਾਂ ਨਾਰਾਜ਼ ਹੋਦਾ ਤੇ ਆਪਾਂ ਗੱਲ ਕਰ ਰਹੇ ਸੀਗੇ ਕਿ ਉੱਥੇ ਜਿਹੜੀ ਕਿਹੜੀ ਕਿਹੜੀ ਸਕਿੱਲ ਦੇ ਵਿੱਚ ਬੰਦਾ ਜਾਵੇ ਤੁਸੀਂ ਕਿਹਾ KFC 버거 किंग ਇਹਨਾਂ ਤੋਂ ਇਲਾਵਾ ਇੱਕ ਐਗਜ਼ਾਮਪਲ ਆ ਜੀ ਦੇਖੋ ਕੋਈ ਕਾਰਪੈਂਟਰ ਦਾ ਕੰਮ ਕੀਤਾ ਤੁਸੀਂ ਦੇਖਿਆ ਹੋਣਾ ਕੈਨੇਡਾ ਦੇ ਵਿੱਚ ਸਾਰੇ ਘਰ ਲੱਕੜ ਦੇ ਬੰਦੇ ਆ ਮੋਸਟਲੀ ਬਾਹਰ ਜਿਹੜੀ ਕੰਸਟਰਕਸ਼ਨ ਆ ਉਹ ਸਾਰੀ ਵੁੱਡਨ ਦੀ ਐ ਕਿਉਂ ਕਿ ਕਿਉਂਕਿ ਠੰਡ ਕਰਕੇ ਸਾਰੀਆਂ ਚੀਜ਼ ਜੋ ਉਹਨਾਂ ਦੀਆਂ ਗਵਰਨਮੈਂਟ ਦੀਆਂ 카ਰਪੈਂਟਰ ਦੀ ਬਹੁਤ ਡਿਮਾਂਡ ਆ ਬਟ ਇੱਥੇ ਐਕਚੁਅਲ 'ਚ ਆਪਾਂ ਨੂੰ 카ਰਪੈਂਟਰ ਕਿੰਨੇਗਾ ਮੈਨੂੰ ਲੱਗਦਾ ਜੇ ਤੁਹਾਡੇ 10000 ਦੋਸਤਾਂ ਮੈਨੂੰ ਲੱਗਦਾ ਉਹ ਚ ਇੱਕ ਵੀ 카ਰਪੈਂਟਰ ਹੋਏਗਾ ਹੂੰ ਕਿਉਂਕਿ ਜੇ ਕਿਸੇ ਦਾ ਫਾਦਰ ਕੰਮ ਕਰ ਦੇਗਾ ਬੱਚਾ ਨਹੀਂ ਕੰਮ ਕਰਦਾ ਪਿਆ ਸੋ ਕੰਮ ਦੀ ਕੋਈ ਵੀ ਸਕਿੱਲ ਹੈਗੀ ਆ ਜੇ ਐਕਚੁਅਲ 'ਚ ਹੈਗੀ ਤਾਂ ਜ਼ਰੂਰ ਜਾ ਸਕਦੇ ਆ ਆਪਣੇ ਕਿੰਨੇ ਵੀਰ ਹੈਗੇ ਜਿਹੜੇ ਅਰਬ ਕੰਟਰੀਜ਼ ਦੇ ਵਿੱਚ ਟਰਾਲੇ ਚਲਾਉਂਦੇ ਉਸਾਰੇ ਜਾ ਸਕਦੇ ਆ ਪਰ ਮੈਂ ਐਡ ਚ ਤਾਂ ਇਹ ਦੇਖਿਆ ਨਹੀਂ ਜਿੰਨੀ ਵੀ ਇਮੀਗ੍ਰੇਸ਼ਨ ਦੀ ਐਡਾਂ ਚੱਲਦੀਆਂ ਕਿ ਤੁਹਾਡੇ ਕੋਲ ਸਕਿੱਲ ਹੈਗੀ ਆ ਜਾਓ ਜਾਂ ਇਹ ਕੀਤਾ ਹੈ ਜਾਓ ਉਹ ਕਹਿੰਦੇ ਤੁਹਾਡੇ ਕੋਲ ਪੰਜ ਬੈਂਡ ਹੈਗੇ ਜਾਂ ਚਾਰ ਬੈਂਡ ਹੈਗੇ ਜਾਂ ਪਾਸਪੋਰਟ ਹੈਗਾ ਤੁਸੀਂ ਚਲੋ ਸਵਾਲ ਉਹੀ ਦੁਆਰਾ ਪਹੁੰਚਣ ਤੱਕ ਮਤਲਬ ਉਹ ਕੰਮ ਤੱਕ ਦੀ ਜੇ ਤੇ ਪਹੁੰਚਣ ਤੱਕ ਮਤਲਬ ਉਹਦੀਆਂ ਸ਼ਰਤਾਂ ਦੱਸ ਦਿੱਤੀਆਂ ਜੇ ਕੰਮ ਕਰਨਾ ਹੈ ਤੇ ਉਹਦੀਆਂ ਸ਼ਰਤਾਂ ਆ ਤੁਹਾਡੇ ਕੋਲ ਦੋਈ ਤਰ੍ਹਾਂ ਦੇ ਬੰਦੇ ਆਉਂਦੇ ਹੋ ਦੋਵੇਂ ਤਰ੍ਹਾਂ ਦੇ ਫਿਰ ਤੁਸੀਂ ਜ਼ਿਆਦਾਤਰ ਤੁਹਾਡੇ ਕੋਲ ਮਤਲਬ ਪੰਜਾਬ ਦੇ ਲਗ ਲਗ ਤੁਹਾਡੀ ਬ੍ਰਾਂਚਾਂ ਨੇ ਪੰਜਾਬ ਹਰਿਆਣਾ ਦੀ ਮਾਰਕੀਟ ਤੁਸੀਂ ਕਰ ਰਹੇ ਇਹਦਾ ਇਹ ਪੰਜਾਬ ਦੇ ਵਿੱਚ क्रेज ਹੈਗਾ ਕਿ ਹਰਿਆਣੇ 'ਚ ਵੀ ਦਿੰਦੀਆਂ ਦੇਖੋ ਹਰਿਆਣਾ ਮਾਰਕੀਟ ਦੇ ਬਾਰੇ ਮੈਨੂੰ ਬਹੁਤ ਜ਼ਿਆਦਾ ਤੇ ਨਹੀਂ ਪਤਾ ਪਰ ਇਹ ਆ ਕਿ ਹਰਿਆਣਾ ਮਾਰਕੀਟ ਜਿੱਥੇ ਇੱਕ ਪੰਜਾਬ ਦੀ ਮਾਰਕੀਟ ਅੱਜ ਤੋਂ 10 ਸਾਲ ਪਹਿਲਾਂ ਸਟੈਂਡ ਕਰਦੀ ਸੀ ਉੱਥੇ ਕਿਤੇ ਜ਼ਰੂਰ ਕਰਦੀ ਆ ਵੀ ਪੈਸੇ ਜਿੰਨੇ ਮਰਜ਼ੀ ਲੈ ਲੋ ਕੰਮ ਕਰਾ ਦਿਓ ਜਿਹਦੇ ਕਰਕੇ ਹਰਿਆਣੇ ਦੀ ਮਾਰਕੀਟ ਹਜੇ ਉਸ ਹੀ ਨੋਅਰ ਹੋ ਰਹੀ ਆ ਵੀ ਉੱਥੇ ਮੈਂ ਅੱਜ ਵੀ ਦੇਖਦਾ ਲੋਕੀ ਪਿਆ ਪਿਆ ਲੱਖ ਰੁਪਿਆ ਅਮਰੀਕਾ ਜਾਂਦੇ ਨਾਂ ਤੇ ਦਿੰਦੇ ਹਮ ਆਪਣੇ ਇੱਥੇ ਪੰਜਾਬ 'ਚ ਸਿਰਫ ਤੇ ਸਿਰਫ ਡੋਂਕੀ ਵਾਲ ਬਾਕੀ ਨਹੀਂ ਮੈਨੂੰ ਲੱਗਦਾ ਕਿ ਕੋਪ 50 ਲੱਖ ਰੁਪਏ ਜਿਹੜਾ ਇਸ ਡਾਂਕੀ ਡਾਂਕੀ ਬਾਰੇ ਮੈਂ ਮਤਲਬ ਪਿੱਛੇ ਤੁਹਾਡੀ ਮੂਵੀਜ਼ ਵੀ ਤੁਸੀਂ ਕੀਤਾ ਸੀਗਾ ਡਾਂਕੀ ਮੂਵੀ ਆਈ ਸੀ ਸ਼ਰਫ ਖਾਨ ਦੀ ਉਹਦੇ ਚ ਦਿਖਾਇਆ ਗਿਆ ਇਲੀਗਲ ਜਾ ਰਿਹਾ ਤੇ ਮਤਲਬ ਕੀ ਇੱਕੋ ਵੀ ਹੈ ਇਲੀਗਲ ਲੜਾ ਜਾਂ ਲੀਗਲ ਵੀ ਬੰਦਾ ਜਾ ਸਕਦਾ ਲੀਗਲ 100% ਜਾ ਸਕਦਾ 20 ਸਾਲ ਹੋ ਗਏ ਸਾਨੂੰ ਲੀਗਲ ਤੋਂ ਜਾਨਦੇ ਕਿਉਂ ਨਹੀਂ ਜਿਹੜੇ ਯੂ ਐਸਏ ਇਲੀਗਲ ਜਾ ਰਹੇ ਉਹ ਲੀਗਲ ਕਿਉਂ ਨਹੀਂ ਜਾਂਦੇ ਮਤਲਬ ਕੋਈ ਸਟ੍ਰਿਕਟ ਕੋਈ ਰਿਕੁਆਇਰਮੈਂਟ ਹੈ ਜਿਹੜੀ ਪੂਰੀ ਨਹੀਂ ਕਰ پا ਰਹੇ ਉਹ ਇਸ ਕਰਕੇ ਜਾ ਰਹੇ ਨੇ ਜਾਂ ਅਵੇਅਰਨੈਸ ਨਹੀਂ ਹੈ ਕਿ ਕੀ ਰੀਜ਼ਨ ਦੇਖੋ ਦੋ ਤਰ੍ਹਾਂ ਦਾ ਤੁਸੀਂ ਤਾਂ ਜਿਹੜੀ ਗੱਲ ਆਪਾਂ ਵਰਕ ਦੀ ਗੱਲ ਕੀਤੀ ਸੀ ਇੱਕ ਬੰਦਾ ਹੁੰਦਾ ਜਿਹੜਾ ਕੰਪੀਟੀਸ਼ਨ 'ਚ ਜਾਂਦਾ ਆ ਉਹਨੂੰ ਚੈਲੰਜ ਕਰਦਾ ਹੂੰ ਉਹ ਤੋਂ ਸਿੱਖਦਾ ਵੀ ਆ ਤੇ ਕੰਮ ਵੀ ਕਰਦਾ ਜੀ ਕਈ ਸাকਸੈਸਫੁਲ ਹੁੰਦੇ ਬਹੁਤ ਬੰਦੇ ਵੇਖੇ ਆਪਾਂ ਜੇ ਆਪਾਂ ਦੇਖੀਏ ਵੀ ਇਸ ਬੰਦੇ ਨੇ ਬਹੁਤ ਜ਼ਿਆਦਾ ਸਟਰਗਲ ਕੀਤਾ ਤੇ ਸাকਸੈਸਫੁਲ ਆਇਆ ਅੱਜ ਦੀ ਜਿਹੜੀ ਜਨਰੇਸ਼ਨ ਆ ਉਹਦੇ 'ਚ ਕੀ ਆ ਕੰਪੀਟੀਸ਼ਨ 'ਚ ਜਾਣ ਦੀ ਹਿੰਮਤ ਹੀ ਨਹੀਂ ਹੈਗੀ ਇੱਕ 12ਵੀਂ ਪਾਸ ਬੱਚੇ ਨੂੰ ਤੁਸੀਂ ਅੱਜ ਕੋ ਯਾਰ 6 ਬੈਂਡ ਲੈ ਲੈ ਸੋਹਣੇ ਤਰੀਕੇ ਪੜ੍ਹਾਈ ਦੇ ਬੇਸ ਤੇ ਜਾ ਹੂੰ ਪਰ ਤੁਹਾਨੂੰ 6 ਮਹੀਨੇ ਸਾਲ ਬਾਅਦ ਪਤਾ ਲੱਗਾ ਉਹਨੇ ਵੀ ਡੰਕੀ ਲਾ ਲਈ ਹੁਣ ਮੈਨੂੰ ਨਹੀਂ ਲੱਗਦਾ ਉਹਨੂੰ ਡਾਂਕੀ ਦੀ ਜ਼ਰੂਰਤ ਸੀ ਹੂੰ ਪਲਿਆਂ ਵੇਲੇ ਚ ਤੇ ਆਪਾਂ ਦੇਖਿਆ ਸੀ ਨਾ ਵੀ ਕਿਸੇ ਦੀ ਪੜ੍ਹਾਈ ਲਿਖਾਈ ਨਹੀਂ ਸੀ ਜੀ ਕੋਈ ਕਿਸੇ ਦਾ ਕਰਦੇ ਹਾਲਾਤ ਉਹਦਾਂ ਦੇ ਸੀ ਵੀ ਨਹੀਂ ਕੋਸ਼ਿਸ਼ ਹੈਗਾ ਉਦੋਂ ਆਪਸ਼ਨ ਵੀ ਹੈ ਨਹੀਂ ਕੋਈ ਅਵੇਅਰਨੈਸ ਨਹੀਂ ਸੀ ਬੰਦੇ ਨੂੰ ਕੋਈ ਹਾਲ ਨਹੀਂ ਲੱਭਿਆ ਚੱਲ ਯਾਰ ਪੈਸੇ ਦੇ ਕੇ ਬਣਦਾ ਕੰਮ ਬਣਾ ਲਓ ਪਰ ਅੱਜ ਦੀ ਡੇਢ ਦੇ ਵਿੱਚ ਤੇ ਤੁਸੀਂ ਦੇਖੋ ਬੱਚੇ ਪੜ੍ਹੇ ਲਿਖੇ ਆ ਤੁਹਾਡੇ ਆਲੇ ਦੁਆਲੇ ਬੱਚੇ ਦੇਖ ਲਓ ਸਾਰੇ ਬੱਚੇ ਸੀਬੀਐਸਸੀ ਸਕੂਲਾਂ 'ਚ ਪੜ੍ਹਦੇ ਪਏ ਆ ਅੱਜ ਕੱਲ੍ਹ ਤੇ ਹੈਗੇ ਨੇ ਪੜ੍ਹਦੇ ਹੈਗੇ ਬਹੁਤ ਘੱਟ ਜੇ ਪੰਜਾਬ ਸਕੂਲ ਐਜੂਕੇਸ਼ਨ 'ਚ ਵੀ ਬੱਚੇ ਪੜ੍ਹਦੇ ਆ ਤੇ ਆਲ 6 ਬੈਂ ਅੱਜ ਕੱਲ ਤਾਂ ਇਹ ਵੀ ਹੋ ਗਿਆ ਨਾ ਮੇਰਾ ਭਾਂਜਾ ਹੈਗਾ ਕਿ ਜੋ 10th ਚ ਦਾ ਟੈਂਸ਼ਨ 10th ਕਲਾਸ ਚ ਪੜ ਰਿਹਾ ਤੇ ਉਹਦੇ ਘਰਦੇ ਉਹਨੂੰ ਕਹਿੰਦੇ ਹੁਣੇ ਤੋਂ IAS ਦੀ ਪ੍ਰੈਕਟਿਸ ਕਰਨ ਲੱਗ ਜਾ ਕਿ ਉਹਨਾਂ ਨੂੰ ਕਲੀਅਰ 하기 ਭੇਜਣਾ ਹੀ ਵਾਰ ਤੁਸੀਂ ਦੇਖੋ ਮੈਂ ਤੁਸੀਂ ਗੱਲ ਕੀ ਮੈਂ ਇਸ ਪਹਿਲੀ ਵਾਰ ਮੈਨੂੰ ਤਕਰੀਬਨ 13ਵਾਂ ਸਾਲ ਜਾ ਰਿਹਾ ਕੰਮ ਕਰਦੇ ਨੂੰ ਇਸ ਸਾਲ ਮੈਂ ਆਪਦੇ ਰਿਲੇਟਿਵ ਤੇ ਜਾਣਕਾਰ ਚੋਂ ਘੱਟੋ-ਘੱਟ ਵੀ 12-13 ਜਾਣੇ ਭੇਜੇ ਹੂੰ ਉਹ ਸ਼ਾਇਦ ਮੈਨੂੰ ਲੱਗਦਾ ਕਿ ਹੁਣ ਉਹ ਸਰਕਲ ਸੀਗਾ ਕਿਸ ਨੇ 12ਵੀਂ ਕੀਤੀ ਸੀ ਗ੍ਰੈਜੂਏਸ਼ਨ ਕੀਤੀ ਸੀ ਤੇ ਮੈਂ ਇੱਕ ਵਾਰੀ ਤੇ ਮੈਂ ਡਰ ਗਿਆ ਯਾਰ ਇੰਨੇ ਜਾਣੇ ਕੇਸ ਆਪਣੇ ਘਰ ਦੇ ਆਦੇ ਵੀ ਕਿਤੇ ਇਹ ਨਾ ਹੋਵੇ ਕੋਈ ਰਹਿ ਜਾਵੇ ਸੋ ਜੇ ਤੁਹਾਡੇ ਲਈ ਗੱਲ ਹੈ ਜਿਹੜਾ 10ਵੀਂ ਤੋਂ ਪ੍ਰੀਪੇਅਰ ਹੈ ਜਿਹਦੇ ਐਲਸ ਤੇ ਸਕੋਰ ਹੈਗੇ ਨੰਬਰ ਹੈਗੇ ਆ ਆਪਾਂ ਉਹਨੂੰ ਡੋਂਕੀ ਵਾਲੇ ਰਸਤੇ ਕਿਉਂ ਭੇਜਣਾ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਸਲਾਹ ਨਹੀਂ ਦਿੰਦੇ ਕਿ ਜਾਣਾ ਚਾਹੀਦਾ ਹੈ ਨਹੀਂ ਜਾਣਾ ਚਾਹੀਦਾ ਜਾਂ ਕੀ ਕਹਿੰਦੇ ਹੋ ਰਿਸ਼ਤੇਦਾਰਾਂ ਨੂੰ ਦੇਖੋ ਇੱਕ ਸੈਂਸਿਟਿਵ ਸਵਾਲ ਹੈ ਜਿਹੜਾ ਕੀ ਹੁੰਦਾ ਕਹਿੰਦੇ ਨਾ ਸਲਾਹ ਉਸ ਦੀ ਦਿਓ ਜਿੱਥੇ ਕੋਈ ਬੰਦਾ ਤੁਹਾਡੇ ਕੋਲ ਪੁੱਛਦਾ ਹੁਣ ਜਦੋਂ ਬੰਦਾ ਆ ਕੇ ਕਹਿੰਦਾ ਵੀ ਭੇਜਣਾ ਹੀ ਬਾਹਰ ਹੈ ਤੁਹਾਡੇ ਵਾਲੀ ਗੱਲ ਆ ਵੀ 10ਵੀਂ ਤੋਂ ਪ੍ਰੀਪੇਅਰ ਕਰਤਾ ਉਹਨੂੰ ਹੁਣ ਜਦੋਂ ਸਾਡੇ ਕੋਲ ਆਏ ਬੰਦਾ ਐਲਸ ਕਰਕੇ 12ਵੀਂ ਕਰਕੇ ਉਹ ਬਾਹਰ ਜਾਣ ਲਈ ਤਿਆਰ ਆ ਮੈਂ ਉਹਨੂੰ ਰੋਕੂਗਾ ਉਹ ਮੇਰੇ ਕੋਲ ਨਹੀਂ ਫਾਈਲ ਲਾਏਗਾ ਕਿਸੇ ਹੋਰ ਕੋਲ ਜਾ ਕੇ ਲਾਏਗਾ ਹਾਂ ਮੈਂ ਤੇ ਉਹਦੀ ਇਹ ਹੈਲਪ ਕਰ ਸਕਦਾ ਵੀ ਉਹ ਬਾਹਰ ਪੱਕਾ ਕਿਵੇਂ ਹੋ ਸਕਦਾ ਜਿਹੜੀਆਂ ਗਲਤੀਆਂ ਬਾਕੀ ਸਟੂਡੈਂਟਸ ਕਰਦੇ ਆ ਜਾਂ ਨਹੀਂ ਸੁਣਦੇ ਆ ਮੈਂ ਉਹ ਚੀਜ਼ਾਂ ਨੂੰ ਸਮਝਾ ਸਕਦਾ ਪਰ ਰੋਕ ਨਹੀਂ ਸਕਦੇ ਕਿਸੇ ਨੂੰ ਜਿੱਦਾਂ ਕਿਸੇ ਦਾ ਤੁਸੀਂ ਵੀਜ਼ਾ ਲਾ ਕੰਨੇ ਹੋ ਓਬਵੀਅਸ ਗੱਲ ਆ ਕਿਸੇ ਦਾ ਰਿਜੈਕਟ ਵੀ ਹੁੰਦਾ ਹੋਏਗਾ ਤੇ ਉਹ ਕਮੈਂਟਾਂ ਚ ਤਾਂ ਦਿਖੀ ਜਾਂਦਾ ਗਾਲਾਂ ਕੱਢਦੇ ਨੇ ਉਦਾਂ ਆ ਕੇ ਵੀ ਬੋਲਦਾ ਹੈਗਾ ਮੰਦਾ ਚੰਗਾ ਬੰਦਾ ਹਨਾ ਹਰ ਬੰਦਾ ਨਹੀਂ ਅੰਡਰਸਟੈਂਡ ਕਰਦਾ ਜੇ ਤੋਂ ਰਿਸ਼ਤੇਦਾਰ ਦਾ ਰਿਫਿਊਜ਼ ਹੁੰਦਾ ਤੇ ਰਿਸ਼ਤੇਦਾਰ ਦਾ ਕੀ ਅੱਗੇ ਰਿਸ਼ਤੇਦਾਰੀ ਚ ਬੋਲਚਾਲ ਬੰਦ ਕਰ ਦੇਗਾ ਹੋਰ ਕੀ ਤੁਹਾਡੇ ਨਾਲ ਹੋਇਆ ਵਿੱਚ ਜਾਂ 5-7 ਰਿਸ਼ਤੇਦਾਰਾਂ ਕੋ ਜਾ ਕੇ ਤੁਹਾਡੀ ਬੇਇੱਜ਼ਤੀ ਕਰੇਗਾ ਤੁਹਾਡਾ ਹੋਇਆ ਕਿ ਦੇਖਦਾ ਹੋਇਆ ਬਿਲਕੁਲ ਹੈ ਰਿਸ਼ਤੇਦਾਰ ਨੇ ਕਿਹਾ ਬਨੀਤ ਭਾਜ ਨੇ ਵੀਜ਼ਾ ਰਿਫਿਊਜ਼ ਕਰਾਤਾ ਭਾਈ ਨੇ ਵੀਜ਼ਾ ਰਿਫਿਊਜ਼ ਦੇਖੋ ਤੋਂ ਐਮਬੈਸੀ ਦਾ ਨਾਮ ਹੀ ਲੈ ਜਾਂਦਾ ਇਹ ਕਹਿੰਦਾ ਭਾਈ ਨੇ ਵੀਜ਼ਾ ਫਿਰ ਭਾਜੀ ਨੇ ਜਦੋਂ ਲਗਾਤੇ ਫਿਰ ਐਮਬੈਸੀ ਨੇ ਲਗਾਇਆ ਅੱਛਾ ਜਦੋਂ ਉਹਦੇ ਰਿਸ਼ਤੇਦਾਰ ਦਾ ਜਾਂ ਉਹਦੇ ਨੇੜੇ ਵਾਲੇ ਦਾ ਵੀਜ਼ਾ ਲੱਗ ਜਾਂਦਾ ਫਿਰ ਨਾ ਯਾਰ ਮੇਰਾ ਤਾਂ ਤੁਸੀਂ ਕਰਾਇਆ ਨਹੀਂ ਮੈਂ ਵੀ ਤਾਂ ਸਾਰੇ ਕਾ ਕੇ ਦਿੱਤੇ ਇਹ ਹੁੰਦਾ ਬਦਲ ਤੁਹਾਡੇ ਲੱਗਦਾ ਹੁੰਦਾ ਹੁੰਦਾ ਜਰੂਰ ਹੁੰਦਾ ਦੇਖੋ ਜਿੱਥੇ ਚੰਗਿਆਈ ਹੈ ਉੱਥੇ ਬਰਿਆਈ ਵੀ ਹੈ ਸਿੱਧੀ ਜਿਹੜੀ ਗੱਲ ਜਿਸ ਪ੍ਰੋਫੈਸ਼ਨ ਚ ਆਪਾਂ ਆਏ ਅਸੀਂ ਤੇ ਆਪ ਕਹਿੰਦੇ ਆ ਜੇ ਕਿਸੇ ਦਾ ਕੰਮ ਨਹੀਂ ਹੋਇਆ ਨੇ ਤੁਹਾਨੂੰ ਮਾੜਾ ਹੀ ਕਹਿਣਾ ਡਿਸਪਾਇਟ ਤੁਸੀਂ ਉਹਦਾ ਪੈਸਾ ਨਹੀਂ ਖਰਾਬ ਕੀਤਾ ਬਟ ਫਿਰ ਵੀ ਉਹ ਤੁਹਾਨੂੰ ਕਿਤੇ ਨਾ ਕਿਤੇ ਕਹਿੰਦਾ ਵੀ ਇਹਦੇ ਕਰ ਤੇ ਬਾਕੀ ਇਮੀਗ੍ਰੇਸ਼ਨ ਆਫੀਸਰ ਆਫੀਸਰ ਮੈਂ ਦੇਖਦਾ ਸੋਹਣੀ ਸੋਹਣੀ ਕੁੜੀਆਂ ਰੱਖੀ ਹੁੰਦੀਆਂ ਤੇ ਜਾਂਦੇ ਆ ਬੰਦੇ ਦਾ ਪ੍ਰਭਾਵ ਪਾਣ ਲਈ ਕਿ ਸਟੂਡੈਂਟ ਦੇ ਪ੍ਰਭਾਵ ਪਾ ਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਉਹਨਾਂ ਤੋਂ ਪੇਮੈਂਟ ਕਢਾਈ ਜਾਵੇ ਤੁਹਾਡੇ ਮੈਂ ਜ਼ਿਆਦਾਤਰ ਦੇਖਿਆ ਕਿ ਬੰਦੇ ਜ਼ਿਆਦਾ ਫੇਸ ਅੱਗੇ ਆਉਂਦੇ ਆ ਲੜਕੀਆਂ ਵੀ ਆਉਂਦੀਆਂ ਨੇ ਨੋ ਡਾਊਟ ਪਰ ਬੰਦੇ ਦੇ ਜ਼ਿਆਦਾ ਫੇਸ ਅਗਰ ਤੇ ਇਹ ਇਹ ਮਤਲਬ ਲੋਕ ਇਸ ਚੀਜ਼ ਤੋਂ ਅਵੇਅਰ ਨਹੀਂ ਹੈਗੇ ਜਾਂ ਕੀ ਚੀਜ਼ ਆ ਮਤਲਬ ਸਮਝ ਨਹੀਂ ਆਉਂਦਾ ਇਸ ਚੀਜ਼ ਤੋਂ ਸਟੂਡੈਂਟਸ ਨੂੰ ਕਿ ਮੇਰੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਿਉਂ ਹੋ ਰਹੀਆਂ ਜਾਂ ਮੇਰੇ ਨਾਲ ਜਿਹੜਾ ਸਾਹਮਣੇ ਵਾਲਾ ਬੰਦਾ ਸਖਤ ਹੋ ਕੇ ਗੱਲ ਕਰ ਰਿਹਾ ਹੈਗਾ ਵੀ ਇਹਨਾਂ 'ਚ ਉਹਨਾਂ ਨੂੰ ਡਿਫਰੈਂਸ ਨਹੀਂ ਪਤਾ ਲੱਗਦਾ ਸਟੂਡੈਂਟ ਨੂੰ ਤੁਸੀਂ ਕਦੇ ਆਲਸ ਕੀਤੀ ਬਾਜੀ ਮੈਂ ਨਹੀਂ ਕੀਤੀ ਚਲੋ ਤੁਹਾਡੇ ਨੇੜੇ ਕੋਈ ਬੰਦਾ ਹੈਗਾ ਉਹਨੂੰ ਆਲਸ ਵਾਲੀ ਕਲਾਸ ਭੇਜਿਓ ਹੂੰ ਆਲਸ ਲੱਗੇਗਾ ਹੀ ਤਾਂ ਜੋ ਉੱਥੇ ਮੈਡਮ ਸੋਹਣੀ ਹੈਗੀ ਹੂੰ ਇਹ ਹਾਲਾਤ ਸੀ ਆ ਪੜਾਈ ਦਾ ਕੋਈ ਮਤਲਬ ਨਹੀਂ ਕੋਈ ਮਤਲਬ ਬੈਂਡ ਆਣ ਚਾਹੀਦਾ ਆਣ ਅੱਜ ਦੀ ਨਹੀਂ ਮੈਂ ਗੱਲ ਕਰ ਰਿਹਾ ਇਹ ਜਦੋਂ ਤੁਸੀਂ ਗੱਲ ਸਟਾਰਟ ਕੀਤੀ ਵੀ ਇਹ ਕਿਉਂ ਚੱਲਿਆ ਵੀ ਸੋਹਣੀਆਂ ਸੋੜੀਆਂ ਮੈਡਮ ਵਾਲਾ ਹੂੰ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਜ਼ਿਆਦਾਤਰ ਇਹ ਮੰਨਿਆ ਜਾਂਦਾ ਸੀ ਵੀ ਜੇ ਸੋਹਣੀਆਂ ਸੋੜੀਆਂ ਮੈਡਮਾਂ ਤੇ ਤਾਂ ਕਲਾਇੰਟ ਆਣਗੇ ਤਾਂ ਬੱਚੇ ਆਣਗੇ ਆਲਸ ਦੇ ਵਿੱਚ ਤੁਸੀਂ ਨਹੀਂ ਇਦਾਂ ਰੱਖਦੇ ਦੇਖੋ ਫਿਰ ਉਹ ਜੇ ਤੇ 50000 ਰੁਪਏ ਇਕੱਠਾ ਕਰਨਾ ਵਾਪਸ ਨਹੀਂ ਕਰਨਾ ਤੇ ਵੀਜ਼ਾ ਰਿਫਿਊਜ਼ ਕਰਾਣਾ ਫਿਰ ਸੋਹਣੀਆਂ ਮੈਡਮ ਵਾਲਾ ਕੰਮ ਆ ਜੇ ਬੱਚੇ ਨੂੰ ਬਾਹਰ ਭੇਜਣਾ ਤੇ ਪੈਸੇ ਬਾਅਦ ਚ ਲੈਣੇ ਆ ਤੇ ਫਿਰ ਤੁਹਾਨੂੰ ਉੱਥੇ ਨੌਲੇਜ ਦੀ ਜ਼ਰੂਰਤ ਆ ਸੋਣਾ ਆ ਕੋਈ ਨਹੀਂ ਸੋਣਾ ਉਹ ਬਾਤ ਦੀ ਗੱਲ ਨਹੀਂ ਪਹਿਲਾਂ ਤਾਂ ਇਹ ਇਲਜ਼ਾਮ ਲੱਗਦੇ ਸੀ ਨਾ ਕਿ ਪਹਿਲਾਂ ਤਾਂ ਇਹ ਇਲਜ਼ਾਮ ਲੱਗਦੇ ਸੀ ਕਿ ਇਮੀਗ੍ਰੇਸ਼ਨ ਇੰਡਸਟਰੀ ਤੇ ਕਿ ਸੋਹਣੇ-ਸੋਹਣੇ ਕੁੜੀਆਂ ਰੱਖੀਆਂ ਅੱਜ ਕੱਲ ਇਲਜ਼ਾਮ ਲੱਖਦੇ ਇਹਨਾਂ ਨੇ ਬੌਂਸਰ ਵੀ ਰੱਖੇ ਆ ਰਮੀਦੀ ਭਾਜੀ ਤੁਸੀਂ ਕਿਹਾ ਕੀ ਮਾ ਸਰ ਨਹੀਂ ਭਲੀ ਆ ਸਾਨੂੰ ਬੌਂਸਰਾਂ ਦੀ ਲੋੜ ਹੀ ਨਹੀਂ ਜਿਹੜੀ ਤੁਸੀਂ ਇਹ ਗੱਲ ਕੀਤੀ ਬੌਂਸਰ ਵਾਲੀ ਭਾਜੀ ਇਹ ਤੇ ਜਿਨ੍ਹਾਂ ਨੇ ਦੋ-ਦੋ ਸਾਲ ਤੋਂ ਆਫਿਸ ਖੋਲੇ ਆ ਮੈਂ ਤੇ ਵੇਖਦਾ ਦੱਸਦਾ ਤੇ ਬੌਂਸਰ ਲੱਗ ਚੱਕੀ ਫਿਰਦੇ ਆ ਇਹਦਾ ਰੀਜ਼ਨ ਕੀ ਆ ਕੀ ਲੋੜ ਪੈਂਦੀ ਆ ਲੋੜ ਕੋਈ ਛਿੱਤਰ ਹੀ ਨਾ ਮਾਰ ਜਵੇ ਆ ਕੇ ਤੇ ਇਸ ਕਰਕੇ ਰੱਖ ਦੇਖੋ ਜੇ ਕਹੇਦੇ ਪੈਸੇ ਮਾਰੋਗੇ ਉਹ ਆ ਕੇ ਗਲ ਤੇ ਪਊਗਾ ਹੋਰ ਕਿਸ ਚੀਜ਼ ਦਾ ਡਰ ਤੁਸੀਂ ਨਹੀਂ ਰੱਖਲੇ ਬੌਂਸਰ ਮੈਨੂੰ ਤਾਂ ਕੀ ਲੋੜ ਨਹੀਂ ਫਿਰ ਭਜੀ ਸਾਨੂੰ ਵੀ ਕੀ ਲੋੜ ਹੈ ਮੈਂ ਇੱਕ ਇਹ ਨਾ ਦੇਖ ਕੇ ਚੱਲਣਾ ਸੀ ਨਹੀਂ ਪਰ ਤੁਹਾਡੀ ਇੰਡਸਟਰੀ ਵਿੱਚ ਰੱਖਦੇ ਆ ਨਾ ਮੈਂ ਤਾਈ ਸਕੇ ਮੈਂ ਤੁਹਾਨੂੰ ਸਵਾਲ ਪੁੱਛਾਂ ਮੈਂ ਉਹੀ ਤਾਂ ਪੁੱਛਦਾ ਜੇ ਮੈਨੂੰ ਲੱਗਦਾ ਜਾਂ ਤੇ ਨੋਟ ਜਿਆਦੇ ਆ ਗਏ ਮਾੜੀ ਬੱਲੇ ਬੱਲੇ ਜੀ ਬਣੀ ਰਹੇ ਦੋ ਚਾਰ ਗੱਡੀਆਂ ਆ ਗਏ ਪਿੱਛੇ ਜਾਣ 8-10 ਬੰਦੇ ਨਾਲ ਜਾਣ ਤੇ ਜਾਂ ਛਿੱਤਰਾਂ ਦਾ ਡਰ ਹੋਰ ਤੀਜੀ ਤੇ ਚੀਜ਼ ਹੀ ਕੋਈ ਨਹੀਂ ਪਾੜਿਆ ਇੱਕ ਬੌਨਸਰ ਨਹੀਂ ਦੋ ਨਹੀਂ ਕਈਆਂ ਨੇ 8 8 10 10 ਬੌਨਸਰ ਰੱਖੇ ਹੋਏ ਭਾਜੀ ਜਦੋਂ ਕੋਈ ਇਹ ਕਹਿੰਦਾ ਸੀ ਨਾ ਮਤਲਬ ਐਦਾਂ ਲੱਗਦਾ ਆ ਆਫਿਸ ਜਦੋਂ ਵੱੜਦੇ ਆ ਕਿ ਜਦੋਂ ਉਹਨਾਂ ਦੀ ਐਂਟਰੀ ਹੁੰਦੀ ਆ ਐਦਾਂ ਲੱਗਦਾ ਕਿ ਕੋਈ ਐਮਐਲਏ ਆਇਆ ਜਾਂ ਇਮੀਗ੍ਰੇਸ਼ਨ ਦਾ ਕੋਈ ਏਜੰਟ ਆਇਆ ਜਦੋਂ ਨਾ ਕਿਸੇ ਨੇ 2 ਸਾਲ 3 ਸਾਲ ਪਹਿਲਾਂ ਗੱਲ ਕਰੋ ਵੀ ਮੈਂ ਵੀ ਇਮੀਗ੍ਰੇਸ਼ਨ ਦਾ ਕੰਮ ਕਰਨਾ ਕਹਿੰਦਾ ਕਹਿੰਦਾ ਮੈਂ ਦੇਖਿਆ ਭਾਜੀ ਇੱਥੇ ਨਾ ਫਰਾਡ ਬਹੁਤ ਹੋ ਰਿਹਾ ਉਹ ਫਿਰ ਲੋਕਾਂ ਨੂੰ ਵੀਅਰਨਸ ਦੇਣੀ ਸ਼ੁਰੂ ਕਰਦਾ ਕੀ ਇਦਾਂ ਨਾ ਕਰੋ ਉਦਾਂ ਨਾ ਕਰੋ ਤੁਹਾਡੇ ਨਾਲ ਟੂਰਿਸਟ ਵੀਜ਼ੇ ਦੇ ਨਾਂ ਤੇ ਠੱਗੀ ਹੋ ਸਕਦੀ ਤੁਹਾਡੇ ਨਾਲ ਜਾਲੀ ਕਾਗਜ਼ਾਂ ਦੇ ਨਾਂ ਤੇ ਠੱਗੀ ਹੁੰਦੀ ਆ ਗੈਪ ਦੇ ਨਾਂ ਤੇ ਫੰਡਾਂ ਦੇ ਨਾਂ ਤੇ ਬਹੁਤ ਸਾਰੇ ਟੌਪਿਕ ਚੱਕਦਾ ਜਿਹੜੇ ਟੌਪਿਕ ਅੱਜ ਦੇ ਨਹੀਂ ਪੁਰਾਣੇ ਆ ਲੋਕੀ ਕਹਿੰਦੇ ਹਾਂ ਆ ਬੰਦਾ ਸਹੀ ਆ ਜਿਹੜਾ ਇਹਨਾਂ ਚੀਜ਼ਾਂ ਨੂੰ ਮਾੜਾ ਕਹਿੰਦਾ ਉਹ ਤੁਹਾਨੂੰ ਸਾਲ 2 ਸਾਲ ਬਾਅਦ ਪਤਾ ਲੱਗਦਾ ਉਹ ਵੀ ਆਪਦਾ ਦਫ਼ਤਰ ਖੋਲ੍ਹ ਕੇ ਬੈਠਾ ਤੇ ਉਹਨੇ ਵੀ ਬੌਂਸਰ ਰੱਖੇ ਬਾਅਦ ਹੂੰ ਇਹਦਾ ਮਤਲਬ ਵੀ ਉਹ ਜਿਹੜੀਆਂ ਚੀਜ਼ਾਂ ਸਾਰੀਆਂ ਕਹਿੰਦਾ ਸੀ ਉਹ ਉੱਥੇ ਵੀ ਹੋਣ ਡੀਆਂ ਹੂੰ ਤਾਂ ਹੀ ਬੌਂਸਰਾਂ ਦੀ ਲੋਡ ਪਈ ਅਦਰਵਾਈਜ਼ ਤੁਸੀਂ ਜੇ ਅਵੇਅਰਨੈਸ ਦੇ ਰਹੇ ਅਵੇਅਰਨੈਸ ਨੂੰ ਤਾਂ ਕੋਈ ਦਿੱਕਤ ਹੀ ਨਹੀਂ ਕੌਣ ਕਹਿੰਦਾ ਤੁਸੀਂ ਕਹਿ ਰਹੇ ਹੋ ਵੀ ਘਰ ਬੈਠੇ ਫਾਈਲ ਲਾਓ ਲਾਉਂਦਾ ਥੋੜੀ ਕੋਈ ਵੀ ਸਾਦੇ ਤੇ ਤੁਸੀਂ ਵੀ ਉਹਨਾਂ ਨੂੰ ਆਪਣੇ ਦਫ਼ਤਰ ਜਿਓ ਹੂੰ ਉਹ ਫਿਰ ਜਦੋਂ ਪੈਸੇ ਦੀ ਗੱਲ ਆਉਂਦੀ ਆ ਫਿਰ ਪਿੱਛੇ ਬੌਂਸਰ ਰੱਖੇ ਹੁੰਦੇ ਕਿਉਂਕਿ ਡਰ ਆ ਉਹਦਾ ਬੌਂਸਰਾਂ ਦੀ ਲੋਡ ਨਹੀਂ ਪੈਂਦੀ ਇਹ ਮੈਂ ਦੱਸਿਆ ਵੀ ਜਾਂਦੇ ਬੱਲੇ ਬੱਲੇ ਆਪ ਹੀ ਥੋੜੇ 4 ਪੈਸੇ ਆਏ ਪਤਾ ਲੱਗੇ ਵੀ ਅੱਗੇ ਪਿੱਛੇ 8-10 ਬੰਦੇ ਹੈਗੇ ਤੇ ਯਾ ਫਿਰ ਛਤਰਾ ਡਰ ਨਹੀਂ ਆ ਤੁਸੀਂ ਹੁਣ ਦੇਖ ਹੀ ਰਹੇ ਹੋ ਤੁਸੀਂ ਕਿਹੜੇ ਸਾਲ ਚ ਕਰਿਆ ਸੀ ਸ਼ੁਰੂਆਤ ਇਹਦੀ ਮੈਂ 2012 ਚ ਜੁਆਇਨ ਕੀਤਾ ਸੀ ਯੀਐਸਐਸ ਯੀਐਸਐਸ ਤੇ ਤੁਸੀਂ ਇੰਡਸਟਰੀ ਨੂੰ 2012 ਤੋਂ ਦੇਖ ਰਹੇ ਹੋ ਕੀ ਬਦਲਾਅ ਤੁਹਾਨੂੰ ਦੇਖਣ ਨੂੰ ਮਿਲੇ ਮੇਜਰ ਬਦਲਾਅ ਮੇਜਰ ਤੇ ਹੈ ਜੀ ਜਦੋਂ ਇੰਡਸਟਰੀ ਚ ਆਪਾਂ ਆਏ ਸੀਗੇ ਜਾਂ ਮੈਂ ਆਪਣੀ ਗੱਲ ਕਰ ਲਾਂ ਉਸ ਟਾਈਮ ਤੇ ਨਾ ਜਿਸ ਬੰਦੇ ਕੋ ਕੋਈ ਕੰਮ ਨਹੀਂ ਹੁੰਦਾ ਸੀ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੁੰਦਾ ਸੀ ਉਸ ਟਾਈਮ ਸਰਕਾਰੀ ਨੌਕਰੀ ਵਾਲਾ ਵੀ ਪ੍ਰਾਈਵੇਟ ਨੌਕਰੀ ਵਾਲਾ ਵੀ ਘਰ ਬੈਠਾ ਵਿਹਲਾ ਵੀ ਹਰ ਕੋਈ ਬੰਦਾ ਪ੍ਰਾਪਰਟੀ ਡੀਲਰ ਬਣਿਆ ਹੁੰਦਾ ਸੀ ਅੱਜ ਇਮੀਗ੍ਰੇਸ਼ਨ ਇੰਡਸਟਰੀ ਦੇ ਉਹ ਹਾਲਾਤ ਆ ਜਿਹੜਾ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ ਉਹਨੇ ਵੀ ਇਮੀਗ੍ਰੇਸ਼ਨ ਦਫ਼ਤਰ ਖੋਲ ਲਿਆ ਜਿਹੜਾ ਮੋਬਾਈਲ ਵੇਚਦਾ ਸੀ ਉਹਨੇ ਵੀ ਇਮੀਗ੍ਰੇਸ਼ਨ ਦਫ਼ਤਰ ਖੋਲ ਲਿਆ ਜਿਹੜਾ ਕੋਸਮੈਟਿਕ ਦੀ ਦੁਕਾਨ ਕਰਦਾ ਸੀ ਆਪਣੇ ਪਾਪੇ ਨਾਲ ਉਹਨੇ ਵੀ ਇਮੀਗ੍ਰੇਸ਼ਨ ਦਫ਼ਤਰ ਖੋਲ ਲਿਆ ਸੋ ਅੱਜ ਇਮੀਗ੍ਰੇਸ਼ਨ ਇੰਡਸਟਰੀ ਦੇ ਉਹ ਹਾਲਾਤ ਆ ਕਿ ਪਿਛਲੇ 5 ਸਾਲ ਦੀ ਜੇ ਮੈਂ ਗੱਲ ਕਰਨਾ ਤੇ ਉਹ ਬੰਦੇ ਵੀ ਇਸ ਇੰਡਸਟਰੀ ਚ ਆ ਗਏ ਆ ਕੋਈ ਬੈਕਗ੍ਰਾਉਂਡ ਹੀ ਨਹੀਂ ਸੀ ਜਿੰਨਾ ਦੇ ਸੀ ਨਾਲੇਡ ਨਹੀਂ ਇਹ ਕੰਮ ਆਸਾਨ ਆ ਇਸ ਕਰਕੇ ਅਮੇ ਜਾਂ ਇਜ਼ੀ ਮਨੀ ਕਰਕੇ ਆਂਦੇ ਆ ਸ਼ਾਇਦ ਮੈਨੂੰ ਲੱਗਦਾ ਪੈਸੇ ਕਰਕੇ ਜਿਆਦਾ ਹੈ ਮੈਨੂੰ ਤਾਂ ਕੋਈ ਮੋਟਿਵ ਨਹੀਂ ਆ ਕੰਮ ਤੇ ਬਹੁਤ ਆ ਛੋਟੇ ਤੇ ਛੋਟੇ ਏਜੰਟ ਵੀ ਅੱਛੇ ਪੈਸੇ ਕਮਾ ਲੈਂਦੇ ਨੇ ਵਿੱਚ ਝੂਠ ਬੋਲ ਕੇ ਜਿੰਨੇ ਮਰਜ਼ੀ ਕਮਾ ਲਓ ਸਰ ਸਹੀ ਗੱਲ ਝੂਠ ਬੋਲ ਕੇ ਜਿੰਨੇ ਮਰਜ਼ੀ ਪੈਸੇ ਕਮਾ ਸਕਦੇ ਕਿਸੇ ਨੂੰ ਹੋਪ ਹੀ ਦੇਣੀ ਆ ਉਮੀਦ ਹੀ ਦੇਣੀ ਆ ਕਿਸੇ ਇੱਕ ਨੂੰ ਤੁਸੀਂ ਕਹਿ ਦੋ ਤੇਰਾ ਵੀਜ਼ਾ ਲੱਗ ਜਾਏਗਾ 100% ਉਹ ਕਹਿੰਦਾ ਤਾਂ ਤਰਫੇ ਕੱਪੜੇ ਵੀ ਤਾਂ ਪਾੜਦੇ ਹੁੰਦੇ ਆ ਬਾਅਦ ਹੁਣ ਇਹ ਤਾਂ ਬੌਂਸਰ ਵਾਲ ਹੁਣ ਮੈਂ ਕਨੈਕਟ ਕਰਵਾ ਰਿਹਾ ਕਿ ਉਹ ਤੋਂ ਸਟਾਰਟਿੰਗ ਕਿਤੋਂ ਹੋਈ ਤੇ ਬੌਂਸਰ ਕਿੱਥੇ ਰੱਖਣੇ ਪਏ ਐਵੇਂ ਥੋੜੀ ਭਾਜੀ ਤੁਹਾਨੂੰ ਆ ਕੇ ਕੋਈ ਦਊਗਾ ਮੈਂ ਤੁਹਾਡੇ ਕੋ ਪੈਸੇ ਲੈਣੇ ਤੇ ਮਤਲਬ ਜਿਹਦੇ ਕੋਲ ਬੌਂਸਰ ਹੈਗੇ ਆ ਭਾਨੇ ਸਿੱਧੂ ਵਾਲੀ ਤੁਹਾਨੂੰ ਯਾਦ ਹੀ ਹੋਣਾ ਪਰ ਕੋਈ ਹੋਰ ਵੀ ਰੀਜ਼ਨ ਹੋ ਸਕਦਾ ਕੋਈ ਬੰਦਾ ਫੇਮਸ ਹੋ ਜਾਂਦਾ ਭਾਜੀ ਫੇਮਸ ਤਾਂ ਤੇ ਉਹ ਕਮੈਂਟ ਵਾਲੀ ਗੱਲ ਮੈਨੂੰ ਤੁਹਾਡੀ ਯਾਦ ਆ ਕਿ ਜਿਹੜੀ ਕਿਹਾ ਤੁਸੀਂ ਭਾਜੀ ਜਦੋਂ ਕੋਈ ਵੀਜ਼ਾ ਰਿਫਿਊਜ਼ ਹੁੰਦਾ ਜਾਂ ਕੁਝ ਹੁੰਦਾ ਬੜੇ ਨੈਗੇਟਿਵ ਕਮੈਂਟ ਆ ਤੁਸੀਂ ਨਾ ਦੱਸੋ ਪਰ ਸੋਸ਼ਲ ਮੀਡੀਆ ਤੋਂ ਪਤਾ ਲੱਦੇ ਭਾਜੀ ਅੱਦੇ ਤੋਂ ਵਾਦੇ ਤੇ ਤੁਹਾਡੇ ਕੰਪੀਟੀਟਰ ਹੀ ਪ ਮੈਨੂੰ ਲੱਗਦਾ ਪੰਜਾਬ ਹੀ ਹੈ ਜਾਣਾ ਜਿਹਦੇ ਚ ਇਮੀਗ੍ਰੇਸ਼ਨ ਇੰਡਸਟਰੀ ਵਾਲੇ ਬੰਦਿਆਂ ਨੇ ਬੌਂਸਰ ਰੱਖੇ ਹੋਏ ਆ ਕਿਸੇ ਬੰਬੇ ਚਲੇ ਜਾਓ ਦਿੱਲੀ ਚਲੇ ਜਾਓ ਕਲਕੱਤੇ ਬੈਂਗਲੌਰ ਉਧਰ ਕੋਈ ਵੀ ਤੁਹਾਨੂੰ ਜਾਂ ਐਨੇ ਫੇਮਸ ਬੰਦੇ ਯਾਰ ਲਗਾ ਲੋਗੇ ਇੰਨੇ ਬੌਂਸਰ ਰੱਖਣ ਵਾਲੇ ਬੰਦੇ ਕੋਈ ਸੈਲੀਬ੍ਰਿਟੀ ਐ ਐਮਐਲਏ ਐਮਪੀ ਹੀ ਮਿਲਣਗੇ ਕੋਈ ਇਮੀਗ੍ਰੇਸ਼ਨ ਵਾਲਾ ਨਹੀਂ ਇੱਥੇ ਇੱਕ ਨਾ ਉਹ ਗੱਲ ਯਾਦ ਆ ਗਈ ਨਾ ਕਹਿੰਦਾ ਬਾਕੀ ਸਾਰੀਆਂ ਗੱਲਾਂ ਤੇ ਪੰਜਾਬ 'ਚ ਹੈਗੀਆਂ ਕਿਹ ਵੀ ਚੀਜ਼ ਨਾ ਥੋੜੀ ਬੱਲੇ ਬੱਲੇ ਕਰਾਣ ਦੀ ਆਉਂਦੀ ਆ ਕਹਿੰਦਾ ਬੰਦਾ ਕਿਹੜੀ ਚੀਜ਼ ਦਾ ਭੁੱਖਾ ਨਾ ਕਹਿੰਦਾ ਚੌਧਰ ਦਾ ਉਹ ਫਿਰ ਜਦੋਂ ਮੈਂ 8-10 ਬੰਦੇ ਨਾਲ ਹੁੰਦੇ ਫਿਰ ਉਹਨੂੰ ਲੱਗਦਾ ਨਾ ਕਿ ਫੀਲਿੰਗ ਆ ਮੈਨੂੰ ਲੱਗਦਾ ਇਹ ਪੰਜਾਬ ਵਾਲੇ ਨੇ ਹਰਿਆਣੇ ਵਾਲੇ ਵੀ ਬੁਗਾੜ ਦੇਣੇ ਉਹਨਾਂ ਨੇ ਵੀ ਹੁਣ ਬੌਂਸਰ ਰੱਖਣੇ ਸ਼ੁਰੂ ਕਰ ਦੇਣੇ ਕਾਈ ਪੰਜਾਬ ਦੇ ਅੱਧੇ ਏਜੰਟ ਹੁਣ ਹਰਿਆਣੇ 'ਚ ਵੀ ਦਫ਼ਤਰ ਖੋਲ੍ਹ ਕੇ ਦੱਸ ਹੁਣ ਤੁਸੀਂ ਸਾਡਾ ਨਾਗੇ ਉਹ ਸਾਡੇ ਵੀ ਹਰਿਆਣੇ 'ਚ ਦਫ਼ਤਰ ਆਂਡੇ ਦਾ ਹੈਗੀ ਤੁਹਾਡੇ ਦਾ ਹੈਗੀ ਨੇ ਕਿਤੇ ਕਿਤੇ ਦਫ਼ਤਰਾਂ ਤੁਹਾਡੇ ਦੇਖੋ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚ ਹਰਿਆਣੇ ਤੋਂ ਇਲਾਵਾ ਵੀ ਹੈਗੇ ਬਾਹਰ ਹਾਂਜੀ ਹਰਿਆਣੇ ਤੋਂ ਇਲਾਵਾ ਰਾਜਸਥਾਨ 'ਚ ਵੀ ਹੈ ਗੰਗਾ ਰੰਗਰ 'ਚ ਦਫ਼ਤਰ ਹੋਰ ਦਿੱਲੀ 'ਚ ਵੀ ਹੈ ਦਿੱਲੀ 'ਚ ਹੋਰ ਨੌਇਡਾ ਦੇ ਵਿੱਚ ਹੈ ਤੇ ਦਿਨ ਤੁਹਾਡਾ ਗੰਗਾ ਉੱਥੇ ਰੁਦਰਪੁਰ 'ਚ ਹੈ ਉੱਤਰਾਖੰਡ ਜਿਹੜੇ ਦੇਖੋ ਰੁਦਰਪੁਰ ਹੋ ਗਿਆ ਨੌਇਡਾ ਹੋ ਗਿਆ ਚਲੋ ਰੁਦਰਪੁਰ ਤਾਂ ਇੱਧਰ ਆ ਜਾਂਦਾ ਨੌਇਡਾ ਹੋ ਗਿਆ ਜਾਂ ਇੱਧਰ ਪੰਜਾਬ ਹੋ ਗਿਆ ਇੱਥੇ ਦੇ ਉੱਥੇ ਦੇ ਸਟੂਡੈਂਟਸ ਡਿਫਰੈਂਸ ਤਾਂ ਹੋਏਗਾ ਬਹੁਤ ਜ਼ਿਆਦਾ ਡਿਫਰੈਂਸ ਮਾਰਕੀਟ ਦਾ ਬਹੁਤ ਡਿਫਰੈਂਸ ਇੱਥੇ ਇੱਥੇ ਵਾਲਾ ਕੰਮ ਤਾਂ ਨਹੀਂ ਕਿ ਆਜ ਕੋ ਬਾਜ਼ਪੁਰ ਪੈਸੇ ਬੋਲੋ ਉੱਥੇ ਸ਼ਾਇਦ ਇੱਧ ਤੋਂ ਵੀ ਜ਼ਿਆਦਾ ਹੋਵੇ ਜ਼ਿਆਦਾ ਹੈ ਫਿਰ ਤਾਂ ਹੁਣੇ ਪੰਜਾਬ ਵਾਲੀ ਸਹੀ ਹੈ ਪੰਜਾਬ ਤੇ ਦੇਖੋ ਹਾਈਲਾਈਟ ਹੋ ਗਿਆ ਨਾ ਸ਼ੁਰੂਆਤ ਇੱਥੋਂ ਹੋਈ ਹੈ ਪਰ ਪੰਜਾਬ ਤੇ ਇਹ ਜੀ ਤਾਂ ਮੰਨਦੇ ਹੋ ਕਿ ਪੰਜਾਬ ਦੇ ਟੈਗ ਲੱਗਿਆ ਕਿ ਪੰਜਾਬ ਦਾ ਸਾਰਾ ਬਾਹਰ ਵਾਲੇ ਜਾ ਰਿਹਾ ਇਹ ਤਾਂ ਸੱਚ ਹੈ ਫਿਰ ਤੁਸੀਂ ਦਾ ਆਪਣਾ ਕਾਲਜ ਪੰਜਾਬ ਦਾ ਫਿਊਚਰ ਕਿਦਾਂ ਦੇਖਦੇ ਹੋ ਉਸ ਨੇ ਕਿਹਾ ਸਾਡੇ ਬਹੁਤ ਜਲਦਬਾਜ਼ੀ ਹੈ ਇਸ ਕੁਛ ਕਹਿਣ ਦੇ ਵਿੱਚ ਪਰ ਜਿਹਨੂੰ ਨਹੀਂ ਵੀ ਲੋੜ ਆ ਵੀ ਬਾਹਰ ਜਾ ਰਿਹਾ ਜਿਹਨੂੰ ਨਹੀਂ ਵੀ ਲੋੜ ਆ ਉਹ ਵੀ ਬਾਹਰ ਜਾ ਰਿਹਾ ਇਹ ਇਹਦਾ ਕੀ ਮਤਲਬ ਕੋਈ ਕਹਿੰਦਾ ਜੀ ਮੇਰੀ ਸੋਸ਼ਲ ਸਿਕਿਉਰਿਟੀ ਨਹੀਂ ਹੈਗੀ ਇੱਥੇ ਕੋਈ ਕਹਿੰਦਾ ਮਾਹੌਲ ਨਹੀਂ ਵਧੀਆ ਕੋਈ ਕਹਿੰਦਾ ਮੈਨੂੰ ਕੈਰੀਅਰ ਬਾਹਰ ਦਿਖਦਾ ਪਿਆ ਮਤਲਬ ਕੋਈ ਨਾ ਕੋਈ ਬਹਾਨਾ ਲਾ ਕੇ ਕੋਈ ਕਹਿੰਦਾ ਰੁਪਈਏ ਉੱਥੇ ਇੱਥੇ ਹੈ ਕੁਛ ਨਹੀਂ ਅੱਛਾ ਤੁਸੀਂ ਕਿੰਨੇ ਕੇ ਬੰਦੇ ਭੇਜਦੇ ਹੋ ਹੁਣੇ ਆਦ ਤੱਕ ਮਤਲਬ ਗਿਣਤੀ ਗਿਣਤੀ ਨਹੀਂ ਇਸ ਇਸ ਦੀ ਕੋਈ ਹਜ਼ਾਰਾਂ ਚ ਭੇਜਦੇ ਵਾਦੋਂਗੇ ਲੱਖਾਂ ਚੋਂ ਲੱਖਾਂ ਚ ਬੰਦੇ ਪੇਤੇ ਇਹ ਐਦਾ ਪੰਜਾਬ ਦਾ ਇਹ ਪਿੰਡ ਜਿਹੜੇ ਮੈਂ ਆਪਣੇ ਮਾਣੀ ਮਾਸੇ ਦੇ ਪਿੰਡ ਜਾਂਦਾ ਉੱਤੇ ਕੋਈ ਬੰਦਾ ਨਹੀਂ ਲੱਭਦਾ ਮੈਂ ਨਾ ਇੱਕ ਜਿੱਦਾਂ ਤੁਸੀਂ ਕਹਿੰਨਾ ਤਿੰਨ ਮਹੀਨੇ ਪਹਿਲਾਂ ਨੇ ਮੈਂ ਇੱਕ ਮਹੀਨਾ ਕ ਪਹਿਲਾਂ ਐਡ ਕੀਤੀ ਸੀ ਉਹ ਮੈਨੂੰ ਕਹਿੰਦੇ ਕੁਛ ਤੁਸੀਂ ਬੋਲੋ ਜਿੱਦਾਂ ਸਾਰੇ ਬੋਲਦੇ ਆ ਛੇ ਬੈਂਡ ਦੇ ਦਿਓ ਜੀ 12ਵੀਂ ਚੋਂ 60 ਪਰਸੈਂਟ ਨੰਬਰ ਦੇ ਦਿਓ ਜੀ 31 ਤੋਂ ਪਹਿਲਾਂ ਫਾਈਲ ਲਾ ਲਓ ਮੈਂ ਕਹਾਂ ਯਾਰ ਇਹ ਨਹੀਂ ਬੋਲਣਾ ਇਹਦੇ ਹਰ ਕੋਈ ਬੋਲਦਾ ਮਾ ਉੱਥੇ ਗੱਲ ਗਈ ਸੀ ਵੀ ਅੱਜ ਪੰਜਾਬ ਦਾ ਮੈਨੂੰ ਨਹੀਂ ਲੱਗਦਾ ਵੀ ਕੋਈ ਘਰ ਕਿਸੇ ਦਾ ਕੋਈ ਦੋਸਤ ਰਿਸ਼ਤੇਦਾਰ ਜਾਂ ਗਲੀ ਮੱਲੇ ਚ ਇਦਾਂ ਦਾ ਵੇ ਜਿਹਨੇ ਜਿਹਦਾ ਬੰਦਾ ISS ਗਲੋਬਲ ਕੋਲੋਂ ਬਾਹਰ ਨਾ ਗਿਆ ਹੋਵੇ। ਅੱਛਾ। ਜਿੱਥੇ ਤੁਸੀਂ ਰਹਿੰਦੇ ਤੁਹਾਡੇ ਵੀ ਆਲੇ ਦੁਆਲੇ ਕੋਈ ਨਾ ਕੋਈ ਗਿਆ ਹੋਵੇਗਾ। ਜਾਂ ਤੁਹਾਡੇ ਯਾਰ ਦੋਸਤ ਦੇ ਵਿੱਚ ਕੋਈ ਨਾ ਕੋਈ ਜ਼ਰੂਰ ਗਿਆ ਹੋਵੇਗਾ। ਇੰਨੇ ਸਾਲਾਂ ਚ ਕਿਉਂਕਿ ਜਦੋਂ ਬੰਦਾ ਸਾਨੂੰ ਆ ਕੇ ਦੱਸਦਾ ਨਾ ਅੱਜ ਅੱਜ ਦੀ ਗੱਲ ਕਰਾਂ ਮੈਂ ਤੁਹਾਡੇ ਕੋਲ ਇੱਥੇ ਸ਼ਾਮੀ 4:00 4:30 ਵਜੇ ਪਹੁੰਚਿਆ ਮੈਨੂੰ ਦੁਪਹਿਰੇ 1:30 ਵਜੇ ਬਟ ਸਟੂਡੈਂਟ ਮਿਲਿਆ। ਹੂੰ। ਉਹ ਕਹਿੰਦਾ ਜੀ ਅਸੀਂ 2006 ਦੇ ਵਿੱਚ ਗਏ ਸੀ ਯੂਕੇ। ਤੇ ਉਦੋਂ ਤੁਹਾਡਾ ਕੰਮ ਹੁੰਦਾ ਸੀ। ਮਤਲਬ 2006 ਕਿੱਥੇ 2024 ਸੋ ਇਸੇ ਤੋਂ ਲੱਗਦਾ ਵੀ ਕਿਤੇ ਨਾ ਕਿਤੇ ਮਾਰਕੀਟ ਦੇ ਵਿੱਚ ਕੋਈ ਨਾ ਕੋਈ ਬੰਦਾ ਤੇ ਤੁਹਾਡੇ ਨਾਲ ਜੁੜਿਆ ਹੈ ਮੈਂ ਕਿ ਭਾਜੀ ਨੂੰ ਸਵਾਲ ਪੁੱਛਿਆ ਸੀਗਾ ਇਮੀਗ੍ਰੇਸ਼ਨ ਵਾਲੇ ਸੀਗਾ ਮੈਂ ਕਿ ਭਾਜੀ ਏਜੰਟ ਬਣਨ ਲਈ ਕੀ ਚਾਹੀਦਾ ਉਹ ਕਹਿੰਦੇ ਕੁਝ ਨਹੀਂ ਚਾਹੀਦਾ ਮੈਨੂੰ ਹਾਂ ਕਰਨਿਆਣੀ ਚਾਹੀਦੀ ਹੈ ਕਿ ਇਦਾਂ ਹੀ ਆ ਬਿਲਕੁਲ ਨਹੀਂ ਉਹ ਏਜੰਟ ਹਾਂ ਏਜੰਟ ਵਾਸਤੇ ਤੇ ਬਿਲਕੁਲ ਸੱਚ ਹੈ ਏਜੰਟ ਅੱਛਾ ਏਜੰਟ ਇਹ ਵੀ ਮੈਂ ਕਈ ਲੋਕਾਂ ਨੂੰ ਦੇਖਿਆ ਉਹ ਕਈ ਕਹਿੰਦੇ ਮੈਂ ਏਜੰਟਾਂ ਕਈ ਕਹਿੰਦੇ ਮੈਂ ਨਹੀਂ ਮੈਂ ਏਜੰਟ ਨਹੀਂ ਮੈਂ ਕੰਸਲਟੈਂਟ ਆ ਇਹਦੇ ਚ ਕੋਈ ਡਿਫਰੈਂਸ ਹੁੰਦਾ ਜਾਂ ਬਸ ਐਵੇਂ ਬਣਾਈ ਹੋਈ ਗੱਲਾਂ ਨੇ ਉਹ ਦੇਖ ਕਹਿੰਦੇ ਨਾ ਮੂੰਹ ਦੇਖ ਕੇ ਚਪੇੜ ਮਾਰਨ ਵਾਲੀ ਗੱਲ ਆ ਜਿੱਥੇ ਪੈਸੇ ਮੰਗਣੇ ਤੇ ਏਜੰਟ ਬਣ ਜਾਂਦੇ ਜਿੱਥੇ ਗੱਲਾਂ ਸਿਆਣੀਆਂ ਕਰਨਾਂ ਤੇ ਕੰਸਲਟੈਂਟ ਬਣ ਜਾਂਦੇ ਕਈ ਬੰਦੇ ਯੂਨੀਵਰਸਿਟੀਆਂ ਇਹ ਕੋਲੇਜ ਹੋ ਕੇ ਇਹ ਪ੍ਰਮੋਟ ਕਰਦੇ ਆ ਮੈਂ ਦੇਖਿਆ ਤੁਸੀਂ ਯੂਨੀਵਰਸਿਟੀਆਂ ਹੋ ਗਿਆ ਕੋਲੇਜ ਹੋ ਗਿਆ ਡਾਇਰੈਕਟ ਉਹਨਾਂ ਚੀਜ਼ਾਂ ਨੂੰ ਪ੍ਰਮੋਟ ਨਹੀਂ ਜ਼ਿਆਦਾ ਕਰਦੇ ਭਾਜੀ ਉਹਨਾਂ ਦਾ ਵੀ ਤਾਂ ਬਿਜ਼ਨਸ ਕਾਰੋਬਾਰ ਹੈ ਨਾ ਤੁਸੀਂ ਏਜੰਟ ਕੀਤਾ ਏਜੰਟ ਬੰਦੇ ਸਾਨੂੰ ਏਜੰਟ ਕਹਿ ਦਿੰਦੇ ਨੇ ਉਹਨ ਕੀ ਸਾਡੇ ਇਸ ਕਾਲਜ ਨੂੰ 100 ਬੱਚਾ ਦੋ ਉਹ ਉਹਨਾਂ ਨੂੰ ਏਜੰਟ ਕਿਉਂ ਨਹੀਂ ਕਹਿੰਦਾ ਕੋਈ ਉਹਨਾਂ ਦੇ ਕਾਰੋਬਾਰ ਆ ਦੇਖੋ ਜੇ ਕਿਸੇ ਨੇ ਤੁਹਾਡੇ ਦਫ਼ਤਰ ਚੱਲ ਗਿਆ ਕੈਨੇਡਾ ਆਸਟ੍ਰੇਲੀਆ ਯੂ ਐਸ ਏ ਤੋਂ ਉਹਨੂੰ ਪਈ ਤੁਹਾਡੇ ਕੋਲ ਕਾਰੋਬਾਰ ਚਾਹੀਦਾ ਹੂੰ ਤੁਸੀਂ ਬਹੁਤ ਜਗ੍ਹਾ ਤੇ ਦੇਖਿਆਣਾ ਜੀ ਸੀ ਕਹਿੰਦੇ ਪੈਸੇ ਨਹੀਂ ਲੈਣੇ ਪੈਸੇ ਕਿਉਂ ਨਹੀਂ ਦਿੰਦੇ ਉਹ 2 ਲੱਖ ਰੁਪਏ 3 ਲੱਖ ਰੁਪਏ ਬਾਹਰ ਹੋਏਣਾ ਉਹਨੂੰ ਕੀ ਲੋੜ ਪੈਸੇ ਲੈਣ ਦੀ ਉਹ ਬਾਅਦ ਚੋਂ ਤੁਹਾਨੂੰ ਬਦਲਾਦਾ ਜਿਹੜਾ ਕੋਰਸ ਤੁਹਾਨੂੰ ਲੈ ਕੇ ਦਿੱਤਾ ਜਿਹੜਾ ਸ਼ਹਿਰ ਤੁਹਾਨੂੰ ਲੈ ਕੇ ਤਾਂ ਉਹ ਤੁਹਾਡੇ ਕਿਸੇ ਕੰਮ ਦਾ ਨਹੀਂ ਫਿਰ ਬੰਦਾ ਉੱਥੇ ਜਾ ਕੇ ਫਿਰ ਦੂਜਾ ਏਜੰਟ ਲੱਭਦਾ ਕਿ ਉੰਨੇ ਭੇਜਿਆ ਪਹਿਲਾਂ ਉਹਦੀ ਗਲਤੀ ਹੈ ਭਾਜੀ ਗਲਤੀ ਕਾ ਦੀ ਉਹ ਤੁਹਾਡੇ ਵਾਲੀ ਗੱਲ ਆ ਗਈ ਉਹਨੇ ਤਾਂ ਕਾਲਜ ਦਾ ਬਿਜ਼ਨਸ ਕੀਤਾ ਨਾ ਇਹ ਮੈਨੂੰ ਬਿਜ਼ਨਸ ਸਮਝ ਨਹੀਂ ਆਉਂਦਾ ਕਿ ਕਿਦਾਂ ਤੁਸੀਂ ਮਤਲਬ ਕਰਦੇ ਸੀਟਾਂ 100 ਆਈਆਂ ਸੀ ਯੂਨੀਵਰਸਿਟੀ ਦਾ ਨੇ ਵੇਚਣੀਆਂ ਸੀ ਅਸੀਂ ਵੇਚਤੀਆਂ ਤੁਹਾਡੇ ਕੋਲ ਹੀ ਪੈਸੇ ਮੰਗਲੇ ਭਾਜੀ ਪੈਸੇ ਲਵਾਂਗੇ ਤੁਸੀਂ ਕਰ ਨਹੀਂ ਉਹ ਫ੍ਰੀ ਕਰਦਾ ਸੀ ਉਹਦੇ ਕੋਲ ਲੈਣਾ ਇਹਦੇ ਜਿਹੜੀ ਕਮਿਸ਼ਨ ਆਂਦੀ ਆ ਕਾਲਜਾਂ ਦੇ ਵਿੱਚੋਂ ਕੀ ਸਟੂਡੈਂਟ ਮਤਲਬ ਡਾਇਰੈਕਟ ਅਪਲਾਈ ਵੀ ਕਰ ਸਕਦਾ ਜਾਂ ਏਜੰਟ ਦੇ ਥਰੂ ਹੀ ਕਰਨਾ ਉਹਨੂੰ ਖੁਦ ਕੁਝ ਪ੍ਰੋਫਿਟ ਹੋ ਜਾਏ ਕੁਝ ਬਚ ਜਾਵੇ ਬੱਚੇ ਨੂੰ ਪੈਸਾ ਇਦਾਂ ਕੁਝ ਹੁੰਦਾ ਨਹੀਂ ਇਦਾਂ ਦਾ ਕੁਝ ਨਹੀਂ ਜੇ ਸਟੂਡੈਂਟ ਡਾਇਰੈਕਟ ਅਪਲਾਈ ਕਰਦਾ ਫੀਸ ਤੇ ਉਹਨੂੰ ਨਹੀਂ ਦੇਣੀ ਪਵੇਗੀ ਉਹ ਨਹੀਂ ਦੇਣੀ ਪੈਂਦੀ ਫੀਸ 'ਚ ਕੋਈ ਫਰਕ ਉਹਨੂੰ ਕੋਈ ਫਰਕ ਨਹੀਂ ਪੈਂਦਾ ਉਹ ਆਪ ਕਰੇ ਜਾਂ ਕਿਸੇ ਏਜੰਟ ਮਤਲਬ ਏਜੰਟ ਦੇ ਥਰੂ ਕਰਾਏਗਾ ਦੇਖੋ ਏਜੰਟ ਤੇ ਫਿਰ ਜਿੱਦਾਂ ਰੂਲ ਚੇਂਜ ਮੈਂ ਦੱਸਿਆ ਵੀ 2023 ਸਾਲ ਪਹਿਲੀ ਵਾਰ ਇੰਨੀਆਂ ਸਾਲਾਂ ਚ ਇਦਾਂ ਦਾ ਆਇਆ ਵੀ ਜਿਹਦੇ 'ਚ ਬਹੁਤ ਸਾਰੇ ਕਾਨੂੰਨ ਚੇਂਜ ਹੋਏ ਪਲ ਜਿਦਾ ਅੱਜ ਮੈਂ ਅੱਜ ਤਾਂ ਨਾਲ ਗੱਲ ਕੀਤੀ ਵੀ ਜਿਹੜੇ ਨੂੰ ਮਿਲ ਕੇ ਗਏ 2006 ਦੇ ਵਿੱਚ ਕਹਿੰਦੇ ਸੀ ਯੂਕੇ ਗਏ ਸੀ ਹੁਣ ਵੀ ਤੱਕ ਉਹਨਾਂ ਦੇ ਦਿਮਾਗ ਸੀ ਭਾਈ ਯੂਕੇ ਨੇ ਵਰਕ ਪਰ ਉਹਨਾਂ ਬੰਦ ਕਰਤੇ ਹੂੰ ਉਹ ਕਹਿੰਦੇ ਸਪਾਊਸ ਨਹੀਂ ਜਾ ਸਕਦਾ ਮੈਂ ਕਹਾ ਜੀ 38600 ਪਾਉਂਡ ਤਨਖਾਹ ਚਾਹੀਦੀ ਨਵੀਂ ਕੋਸ ਇਸ਼ੂ ਜਿਹੜੀ ਹੋएगी ਉੱਥੇ ਸਪਾਊਸ ਜਾ ਸਕਦਾ ਹੂੰ ਹੁਣ ਬੰਦ ਕਰਤੇ ਤੇ 38600 ਵਾਲੀ ਦੋਨਾਂ 'ਚ ਫਰਕ ਹੈ ਨਾ ਹੂੰ ਪਰ ਇਹ ਕੋਸ ਦੇ ਨਾਮ ਤੇ ਵੀ ਹੁਣ ਬੜੀ ਬੜੀ ਠੱਗੀ ਹੋਈ ਹੈ ਪੰਜਾਬ ਦੇ ਵਿੱਚ ਏਜੰਟਾਂ ਨਾਲ ਬਹੁਤ ਠੱਗੀ ਐਜੰਟਾਂ ਵਾਲੀ ਹੋ ਗਈ ਬਹੁਤ ਬਹੁਤ ਹੋਈ ਜਿਨ੍ਹਾਂ ਨੇ ਕਿੱਥੇ ਕੀਤੇ ਸੀ 25 25 50 50 ਕੇਸ ਬਾਅਦ ਪੈਸੇ ਦਿੱਤੇ ਸੀ ਅੱਧੇ ਗਏ ਪੈਸੇ ਇਹ ਮਤਲਬ ਕੋਸ ਮਤਲਬ ਇਦਾਂ ਦੀ ਕੀ ਚੀਜ਼ ਆ ਜਿਹੜੀ ਕਿ ਮਾਰ ਹੀ ਪੈ ਗਈ ਪੂਰੀ ਸਿੱਧਾ ਪਟਾਕਾ ਪੈਂਦਾ ਫਿਰ ਨੁਕਸਾਨ ਤੇ ਹੁੰਦਾ ਨਾ ਅੱਤ ਵੀ ਤੇ ਪਹਿਲਾਂ ਇਸ ਦੀ ਬਹੁਤ ਚੱਕੀ ਗਈ ਸੀ ਪਰ ਤੁਸੀਂ ਬਗਾੜਿਆ ਇੰਡਸਟਰੀ ਵਾਲਿਆਂ ਸਾਡੇ ਵਾਲ ਦੇਖ ਕੇ ਬਿਚਾਰ ਤੁਸੀਂ ਵਰਕ ਪਰਮਿਟ ਯੂਕੇ ਸ਼ੁਰੂ ਕੀਤਾ ਸਾਰੇ ਤੁਹਾਡੇ ਮਗਰ ਆ ਗਏ ਤੁਸੀਂ ਆਪਣੇ ਵੀਜ਼ੇ ਲਵਾਤੇ ਤੁਸੀਂ ਬੰਦ ਕਰਦੇ ਆ ਬਾਕੀ ਨੇ ਸ਼ੁਰੂ ਕਰਦੇ ਆ ਉਹ ਵਿਚਾਰਾਂ ਦੇ ਪੈਸੇ ਫਸ ਗਏ ਇਹ ਨੋਟ ਐਕਸਪੀਰੀਅੰਸ ਕਹਿੰਦੇ ਨਾ ਹੁਣ ਸਾਨੂੰ 2 ਮਹੀਨੇ ਹੋ ਗਏ ਤਿੰਨ ਅਸੀਂ ਉਹ ਨਵਾਂ ਕੇਸ ਨਹੀਂ ਲਿਆ ਕੋਈ ਵੀ ਮਾਰਕੀਟ ਦੇ ਵਿੱਚ ਲੋਕੀ ਅੱਜ ਵੀ ਕਹਿੰਦੇ ਲੱਗ ਜਾਏਗਾ ਕਿ ਲੱਗ ਰਿਹਾ ਹੈ ਇਸ ਟਾਈਮ ਜਾਂ ਨਹੀਂ ਨਹੀਂ ਕਾਸਟ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਂਦੀ ਆ ਰਹੀ ਆ ਬਟ ਬਹੁਤ ਜ਼ਿਆਦਾ ਸਲੋ ਉਸ ਸਪੀਡ ਦਾ ਨਹੀਂ ਜੇ ਸਪੀਡ ਨਾਲ ਇੱਕ ਤੋਂ 3-4 ਮਹੀਨੇ ਐਂਡ ਬਹੁਤ ਜ਼ਿਆਦਾ ਸਟਿਕਨੈਸ ਆ ਇੰਟਰਵਿਊ ਤੱਕ ਵੀ ਉਹ ਲੈ ਰਿਹਾ 에ਅਰਪੋਰਟ ਤੇ ਵੀ ਖੱਜਲ ਖਵਾਰੀ ਹੋ ਰਹੀ ਐ ਸੌਖਾ ਅੱਗੇ ਨਾਲ ਪਹੁੰਚ ਜਾਂਦਾ ਪੰਜ ਨੇ ਇੱਕ ਮੈਂ ਸੋਚ ਰਿਹਾ ਸੀ ਮੈਂ ਪੁੱਛਾਂ ਜਾਂ ਨਾ ਪੁੱਛਾਂ ਚਲੋ ਮੈਂ ਪੁੱਛ ਲੈਂਦਾ ਤੁਨੂੰ ਤੁਸੀਂ 2012 ਤੋਂ ਜਿਹੜੇ ਨਵੇਂ ਮੁੰਡੇ ਆਏ ਆ ਹੁਣ ਉਹ ਓਬੀਸੀ ਗੱਲ ਆ ਪ੍ਰਾਣੇ ਨੂੰ ਦੇਖ ਕੇ ਤੁਹਾਨੂੰ ਦੇਖ ਕੇ ਇਸ ਇੰਡਸਟਰੀ ਚ ਆਏ ਆ ਤੇ ਕੁਝ ਕਾਮੇ ਵੀ ਹੋ ਗਏ ਵਧੀਆ ਕੰਮ ਵੀ ਕਰਨ ਲੱਗੇ ਕੁਝ ਚਲੋ ਸਿੱਖ ਰਹੇ ਨੇ ਹਜੇ ਕੁਝ ਫੇਲ ਹੋ ਰਹੇ ਨੇ ਜਾਂ ਮਤਲਬ ਲਰਨਿੰਗ ਮੋਡ ਚ ਨੇ ਹਜੇ ਉਹਨਾਂ ਲਈ ਕੀ ਐਡਵਾਈਸ ਦੋਗੇ ਇੱਕੋ ਐਡਵਾਈਸ ਆ ਜੀ ਇਹ ਇੰਨੇ ਸਾਲ ਜੇ ਲਗਾਤਾਰ ਇਸ ਇੰਡਸਟਰੀ ਚ ਕੰਮ ਕਰਨਾ ਤੇ ਜ਼ਮੀਨ ਨਾਲ ਜੁੜੇ ਰਹਿਣਾ ਪੈਣਾ ਉਹ ਜੇ 10 ਬਾਉਂਸਰਾਂ ਲਈ ਫੀਲਿੰਗ ਚ ਆ ਗਏ ਤੇ ਫਿਰ ਕੰਮ ਅੱਜ ਵੀ ਖਰਾਬ ਆ ਤੇ ਕੱਲ ਵੀ ਖਰਾਬ ਆ ਜੇ ਲੰਬੇ ਸਮੇਂ ਕੰਮ ਕਰਨਾ ਤੇ ਇੱਕੋ ਚੀਜ਼ ਦਾ ਖਿਆਸ ਖਿਆਲ ਲੱਗਣਾ ਜਦ ਤੱਕ ਤੁਸੀਂ ਕਲਾਇੰਟ ਬਾਰੇ ਸੋਚ ਰਹੇ ਹੋ ਤਦ ਤੱਕ ਕਲਾਇੰਟ ਤੁਹਾਡੇ ਆਫਿਸ ਆਏਗਾ ਹੂੰ ਜਿੱਦਣ ਤੁਸੀਂ ਆਪਦਾ ਫਾਇਦਾ ਪਹਿਲਾਂ ਦੇਖਣ ਲੱਪੇ ਕਿ 50000 ਲੱਖ ਰੁਪਇਆ 2 ਲੱਖ ਰੁਪਇਆ ਪਾਈਚੋ ਮੈਨੂੰ ਪਹਿਲਾਂ ਵੱਜ ਜਾਣਾ ਫਿਰ ਸ਼ਾਇਦ ਉਹ ਦਿਨ ਦੂਰ ਨਹੀਂ ਜਦੋਂ ਆਪਾਂ ਨੂੰ ਵੀ ਕੋਈ ਹੋਰ ਕਾਰੋਬਾਰ ਲੱਭਣਾ ਸੋ ਜਿੰਨੀ ਦੇਰ ਤੱਕ ਜ਼ਮੀਨਾਂ ਜੁੜੇ ਰਹੋਗੇ ਇਸ ਕਾਰੋਬਾਰ ਚ ਕਮੀ ਪੇਸ਼ੀ ਕੋਈ ਨਹੀਂ ਇਸੇ ਕਾਰੋਬਾਰ ਤੋਂ ਬਣੇਗਾ ਇਸ ਟਾਈਮ ਕੈਨੇਡਾ ਬੰਦ ਆ ਜਾਂ ਚੱਲ ਰਿਹਾ ਚੱਲ ਰਿਹਾ ਬਿਲਕੁਲ ਚੱਲ ਰਿਹਾ ਕੌਣ ਕਹਿੰਦਾ ਬੰਦ ਹੈ ਤੁਸੀਂ ਪ੍ਰਮੋਟ ਨਹੀਂ ਕਰ ਰਹੇ ਨਾ ਜੀ ਕਿਉਂ ਨਹੀਂ ਪ੍ਰਮੋਟ ਕਰ ਰਹੇ ਮੈਂ ਜਿਆਦਾ ਵੀਡੀਓ ਨਹੀਂ ਦੇਖੀਆਂ ਤੁਹਾਡੀਆਂ ਉਹ ਤੁਸੀਂ ਐਲ ਐਮ ਆਈ ਵਾਲੀ ਜਿਆਦਾ ਦੇਖ ਲਈ ਨਾ ਤੁਹਾਨੂੰ ਤਾਂ ਤੁਹਾਨੂੰ ਤਾਂ ਨਹੀਂ ਦੂਜੀਆਂ ਦੇਖੀਆਂ ਮੈਂ ਤੇ ਚਾਹਣਾ ਜਿਹੜੇ ਬੰਦੇ ਨੇ 네ਗੈਟਿਵਿਟੀ ਜਾਂ ਪੋਜ਼ਿਟਿਵ ਵੀ ਦੇਖਣਾ ਇਸ ਟਾਈਮ ਕੀ ਹੈ ਕਿ ਜੇ ਅਸੀਂ ਕੋਈ ਵੀ ਇੱਕ ਨਵੀਂ ਚੀਜ਼ ਵੀ ਐਡ ਕਰ ਦਿੰਨਾ ਉਹ ਸਾਰਾ ਫੋਕਸ ਉਸ ਐਡ ਤੇ ਚੱਲ ਜਾਂਦਾ ਤੁਹਾਡੇ ਕਹਿੰਦੇ ਤੁਸੀਂ ਕਹਿੰਦੇ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਇੰਡਸਟਰੀ ਦੇ ਕਿੰਗ ਹੋ ਦੂਰ ਕੀ ਜਾਣਾ ਹੁਣ ਸਾਡਾ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਤਿੰਨ ਦਿਨ ਸੈਮੀਨਾਰ ਹੈ ਉਹ ਹੈਗਾ ਸਟਾਰਟਅਪ ਵੀਜ਼ਾ ਤੇ ਕੈਨੇਡਾ ਚ ਇਨਕਿਊਬੇਟਰ ਨੇ ਆਣਾ ਮਾਰਕੀਟ ਚ ਰੋਲਾ ਪਿਆ ਕਹਿੰਦੇ ਹੈ ਕੀ ਹੈ ਜੋ ਇਹ ਪ੍ਰਮੋਟ ਕਰੀ ਜਾਂਦੇ ਮੈਂ ਤਾਂ ਪਹਿਲੀ ਵਾਰ ਸੁਣਿਆ ਕਹਿੰਦੇ ਇਹ ਕਿਹੜੀ ਨਵੀਂ ਚੀਜ਼ ਲੈ ਆਏ ਕੋਈ ਸਟੂਡੈਂਟ ਵੀਜ਼ਾ ਤਾਂ ਨਹੀਂ ਨਵਾਂ ਆ ਗਿਆ ਹਾਂ ਸੋ ਇਦਾਂ ਦੀਆਂ ਚੀਜ਼ਾਂ ਮਤਲਬ ਜੇ ਇਨਫੋਰਮੇਸ਼ਨ ਨਹੀਂ ਹੈਗੀ ਇਨਕਿਊਬੇਟਰ ਹੀ ਨਹੀਂ ਪਤਾ ਬਹੁਤ ਹੈ ਕੀ ਹੈ ਮੈਨੂੰ ਵੀ ਨਹੀਂ ਪਤਾ ਇਹ ਇੱਕ ਪੀਆਰ ਦੀ ਇੱਕ ਕੈਟਾਗਰੀ ਹੈ ਇੱਕ ਕੈਨੇਡਾ ਚ ਆਪਸ਼ਨ ਹੈ ਸਟਾਰਟਅਪ ਵੀਜ਼ਾ ਦੀ ਹੂੰ ਕਿ ਜਿੱਥੇ ਤੁਸੀਂ ਇਥੋਂ ਪੀਆਰ ਜਾ ਸਕਦੇ ਹੋ ਐਂਡ 4 ਤੋਂ 5 ਜਣੇ ਗਰੁੱਪ ਚ ਜਾ ਸਕਦੇ ਹੋ ਉੱਥੇ ਤੁਹਾਡਾ ਇੱਕ ਬਿਜ਼ਨਸ ਪਲਾਨ ਹੋਣਾ ਚਾਹੀਦਾ ਤੁਹਾਡੇ ਕੋਲ ਸਾਢੇ 4 ਬੈਂਡ ਹੋਣੇ ਚਾਹੀਦੇ ਐਲਸ ਦੇ ਵਿੱਚੋਂ ਮਤਲਬ ਇਦਾਂ ਦੀ ਐ ਫਾਰਮੈਲਿਟੀ ਚ ਇਹ ਦੇਖੋ ਇਹ ਇਦਾਂ ਦੀ ਚੀਜ਼ ਨਹੀਂ ਜਿਹੜੀ ਆਪਾਂ ਇੱਕ ਸ਼ੋਅ ਤੇ ਸਮਝਾ ਸਕਦੇ ਆ ਇਹਦੇ ਲਈ ਤੇ ਬੰਦੇ ਨੂੰ ਅਸੀਂ ਇੱਕੋ ਰਿਕੁਐਸਟ ਕਰਦੇ ਆ ਵੀ ਭਾਈ ਇੱਕ ਵਾਰੀ ਚੱਲ ਕੇ ਦਫ਼ਤਰ ਆ ਜਾ ਸਾਡੇ ਨਾਲ ਅੱਧਾ ਘੰਟਾ ਲਗਾ ਤੈਨੂੰ ਸਾਰੀ ਚੀਜ਼ ਸਮਝਾਵਾਂਗੇ ਦਿਨ ਉਸ ਬਾਅਦ ਫਾਈਨਲ ਕਰਾਂਗੇ ਮਤਲਬ ਇਹ ਉਹ ਪ੍ਰੋਮੋਟਰ ਨਹੀਂ ਤੁਹਾਡੇ 6 ਬੈਂਡ ਆ ਤੁਹਾਡੇ 70% ਨੰਬਰ ਆਜੋ ਜੀ ਤੁਹਾਡਾ 25 ਦਿਨਾਂ ਚ ਵੀਜ਼ਾ ਲਵਾ ਦਾਂਗੇ ਉਹ ਚੀਜ਼ ਨਹੀਂ ਹੈਗੀ ਮਤਲਬ ਹੁਣ ਮੋਟੀ ਮੋਟੀ ਗੱਲ ਜਿਹੜੀ ਮੇਰੀ ਸਮ ਜਿਹੜੇ ਇੱਥੇ ਬਿਜ਼ਨਸਮੈਨ ਸੀਗੇ ਹੁਣ ਤੁਸੀਂ ਉਹਨਾਂ ਨੂੰ ਵੀ ਭੇਜ ਰਹੇ ਹੋ ਉਹ ਬਿਜ਼ਨਸਮੈਨ ਬੰਦਾ ਆਪ ਆ ਕੇ ਕਹਿੰਦਾ ਨਾ ਹਸਤੇ ਚ ਕੋਈ ਆਪਸ਼ਨ ਸਾਡੇ ਲਈ ਹੈਗੀ ਤੇ ਉਹ ਵੀ ਦੱਸੋ ਸੋ ਇਹ ਉਹਨਾਂ ਲਈ ਵੀ ਆਪਸ਼ਨ ਆ ਬਿਜ਼ਨਸਮੈਨ ਵੀ ਜਾ ਸਕਦੇ ਬਿਲਕੁਲ ਜਾ ਸਕਦੇ ਬਿਲਕੁਲ ਜਾ ਸਕਦੇ ਜਿੱਦਾਂ ਪਹਿਲਾਂ ਕਹਿੰਦੇ ਸੀਗੇ ਦੁਆਬੇ ਦੇ ਵਿੱਚ ਸਭ ਤੋਂ ਵੱਧ ਕਰੇ ਸੀਗਾ ਯੂਕੇ ਜਾਣ ਦਾ ਕੈਨੇਡਾ ਜਾਣ ਦਾ ਤੇ ਹੁਣ ਜਿੱਦ ਜ਼ਿਆਦਾਤਰ ਅਸੀਂ ਸੋਸ਼ਲ ਮੀਡੀਆ ਦੇਖਦੇ ਆ ਉੱਥੇ ਦਿਖਾਨ ਨੇ ਕਿ ਫਲਾਣੇ ਦੀ ਬਾਹਰ ਪ੍ਰਵਾਸੀਆਂ ਨੇ ਕੋਠੀ ਦਾ ਬਲੀ ਤੇ ਉਹ ਗਏ ਸੀਗੇ ਪਿੱਛੇ ਵਾਏ ਜਮੀਨ ਕਿਸੇ ਨੇ ਜਿਹੜੇ 10 15 15 ਸਾਲ 20 20 ਸਾਲ ਹੋ ਗਏ ਜਿਹੜੇ ਮੁੜੇ ਨਹੀਂ ਉਹਨਾਂ ਦੇ ਜਿਹੜੇ ਘਰਬਾਰ ਨੇ ਜ਼ਮੀਨਾਂ ਨੇ ਉਹ ਪ੍ਰਵਾਸੀਆਂ ਨੇ ਦੱਬ ਲੀਆਂ ਨੇ ਜਾਂ ਚਾਚੇ ਤਾਏ ਜਾਂ ਜੋ ਵੀ ਪਿੰਡ ਚ ਰਹਿੰਦੇ ਨੇ ਬੰਦੇ ਉਹਨਾਂ ਨੇ ਦੱਬ ਲਈ। ਸ਼ਰੀਕੇ ਨੇ ਦੱਬ ਲਿਆ ਖੁੱਲ ਕੇ ਬੋਲੋ ਕਿ ਨਹੀਂ ਸ਼ਰੀਕੇ ਨੇ ਨਹੀਂ ਸ਼ਰੀਕੇ ਚਾਚੇ ਤਾਏ ਵੀ ਦੱਬਦੇ ਨੇ ਪਰ ਜ਼ਿਆਦਾਤਰ ਆ ਪਿੱਛੇ ਜੀ ਮੈਂ ਪਰਸਾ ਜੋ ਉੱਥੇ ਦੇਖ ਰਿਹਾ ਸੀਗਾ ਕੋਈ ਨਿਊਜ਼ ਉੱਥੇ ਉਹ ਕਹਿੰਦੇ ਉਹਨਾਂ ਨੇ ਰੱਖਿਆ ਸੀਗਾ ਸਫਾਈ ਲਈ ਕੋਈ ਬਿਯਾਰੀ ਰੱਖਿਆ ਸੀਗਾ ਤੇ ਉਹ 10 ਸਾਲ ਬਾਅਦ ਜਦੋਂ ਪੰਜ ਆਏ ਬਾਹਰ ਵਾਪਸ ਆਏ ਜਦੋਂ 10 ਸਾਲ ਬਾਅਦ ਤੇ ਦੇਖਿਆ ਉਹ ਮਾਲਕ ਬਣੀ ਬੈਠਾ ਹੈਗਾ ਤੇ ਕਿਆ ਮਤਲਬ ਤੁਸੀਂ ਦੁਆਬੇ ਦੇ ਵਿੱਚ ਜਿਹੜੇ ਬੰਦੇ ਜਾ ਰਹੇ ਨੇ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਜਿਹੜਾ ਪਹਿਲਾਂ ਕ੍ਰੇਜ਼ ਸੀਗਾ ਉਹ ਹੁਣ ਵੀ ਹੈਗਾ ਉਹਦੇ 'ਚ ਇਹ ਜਿਹੜਾ ਕ੍ਰੇਜ਼ ਦੀ ਗੱਲ ਕੀਤੀ ਪਹਿਲਾਂ ਨਾ ਜਿਹੜਾ ਬੰਦਾ ਬਾਹਰ ਜਾਂਦਾ ਸੀ ਉਹ ਸਭ ਤੋਂ ਪਹਿਲਾਂ ਪਤਾ ਕਿਦਾਂ ਲੱਗਦਾ ਹੁੰਦਾ ਸੀ ਅੱਛਾ ਤੁਸੀਂ ਦੱਸੋ ਤੁਹਾਨੂੰ 10 ਸਾਲੀ ਪੁਰਾਣੀ ਗੱਲ ਕਰ ਲੈਣੇ ਤੁਹਾਨੂੰ ਕਿਦਾਂ ਪਤਾ ਲੱਗਦਾ ਸੀ ਪਿੰਡ 'ਚ ਵੀ ਫਲਾਣਾ ਬਾਹਰ ਗਿਆ ਦੰਕੀ ਤੇ ਦੇ ਕੇ ਜਾਜ ਜੰਕੀ ਦੋਬੇ ਸਭ ਤੋਂ ਬਾਅਦ ਹੋ ਜੇ ਪਿੰਡ ਦੀ ਕੋਠੀ ਵੇਖ ਕੇ ਪਰ ਲੱਜਦਾ ਸੀ ਇਹ ਅਮਰੀਕਾ ਵਾਲੇ ਵੀ ਆ ਕਿਉਂ ਬਾਹਰੋਂ ਪੈਸਾ ਇੱਥੇ ਆਉਂਦਾ ਸੀ ਇੱਥੇ ਪਿੰਡ ਚ ਬੜੀ ਵੱਡੀ ਕੋਠੀ ਬਣਦੀ ਸੀ ਬਾਕੀ ਦੇ ਪੈਣ ਪਰ ਇੱਥੇ ਹੁੰਦੇ ਸੀ ਪਤਾ ਲੱਗਦਾ ਹੁੰਦਾ ਸੀ ਜੇ ਇਹ ਬੰਦਾ ਪਿਛਲੇ 30 35 ਸਾਲਾਂ ਤੋਂ ਬਾਹਰ ਆ ਜੀ ਅੱਜ ਨਹੀਂ ਉਹ ਚੀਜ਼ ਹੈਗੀ ਹਮ ਅੱਜ ਪੈਸਾ ਇੱਥੋਂ ਬਾਹਰ ਜਾ ਰਿਹਾ ਹਰ ਮਾਪਿਓ ਜਾਂ ਜ਼ਿਮੀਂਦਾਰ ਬੰਦਾ ਜਾਂ ਨੌਕਰੀ ਪੇਸ਼ੇ ਵਾਲਾ ਨੌਕਰੀ ਪੇਸ਼ੇ ਵਾਲਾ ਰਿਟਾਇਰਮੈਂਟ ਤੋਂ ਬਾਅਦ ਵਾਲਾ ਪੈਸਾ ਜਿਮੀਦਾਰ ਆਪਣੀ ਪਹਿਲੀ ਦਾ ਪੈਹਾ ਵੇਚ ਕੇ ਬਾਹਰ ਭੇਜਦਾ ਤਾਂ ਕਿ ਮੇਰਾ ਬੱਚਾ ਬਾਹਰ ਕੰਮ ਲੈ ਲਵੇ। ਹੂੰ। ਦੂਸਰੀ ਜਿਹੜੀ ਜ਼ਮੀਨ ਹੈ ਇਹ ਹੈਗੀ ਸੈਕੰਡ ਜਨਰੇਸ਼ਨ। ਜਿਹੜੇ ਬੰਦੇ ਪਹਿਲਾਂ ਬਾਹਰ ਗਏ ਸੀ ਹੂੰ ਅੱਜ ਉਹਨਾਂ ਦੇ ਨਿਆਣੇ ਉੱਥੇ ਦੇ ਜੰਪ ਵਾਲਾ ਤੇ ਵੱਡੇ ਹੋ ਚੁੱਕੇ ਆ ਐਂਡ ਉਹਨਾਂ ਦਾ ਇੱਧਰ ਦੀ ਜ਼ਮੀਨਾਂ ਕੋਈ ਇੰਟਰਸਟ ਨਹੀਂ ਹੈਗਾ। ਮੈਨੂੰ ਲੱਗਦਾ ਕਈਆਂ ਨੇ ਢੇਡਾ ਵੀ ਨਹੀਂ ਮਾਰਿਆ। ਹੂੰ ਜੇ ਕਿਸੇ ਨੇ ਢੇਡਾ ਮਾਰਿਆ ਉਹਨੂੰ ਇਹ ਨਹੀਂ ਪਤਾ ਸਾਡੀ ਜ਼ਮੀਨ ਕਿੰਨੀ ਕਾ ਤੇ ਕਿੱਥੇ ਆ। ਹੂੰ ਬਸ ਉਹ ਆ ਜਾਂਦਾ ਮਾਪਿਓ ਨਾ ਉਹ ਵੀ ਤਾਂ ਆਂਦਾ ਕਿ ਦੋ ਤਿੰਨ ਵਿਆਹ ਹੁੰਦੇ ਵੇਖਣ ਆਲੇ। ਹੂੰ ਤੁਸੀਂ ਵੇਖਿਆ ਆਪਣੇ ਦਸੰਬਰ ਜਨਵਰੀ ਚ ਜਿਆਦਾ ਹੁੰਦੇ ਆ ਕਿਉਂ ਆਦੇ ਦੋ ਤਿੰਨ ਵਿਆਹ ਹੁੰਦੇ ਵੇਖਣ ਵਾਲੇ ਉਹ ਵਿਆਹ ਵੇਖ ਕੇ ਚੱਲ ਜਾਂਦਾ ਉਹ ਕਿਤੇ ਨਾ ਕਿਤੇ ਫਿਰ ਜਦੋਂ ਜ਼ਮੀਨ ਖਾਲੀ ਪਈ ਆ ਪਿਛਲੇ 30 40 ਸਾਲਾਂ ਤੋਂ ਕੋਈ ਨਾ ਕੋਈ ਉਸ ਤੇ ਕਬਜ਼ਾ ਕਰਦਾ ਜੀ ਤੁਹਾਨੂੰ ਕੀ ਲੱਗਦਾ ਜਿਹੜੇ ਇੱਥੋਂ ਬਾਹਰ ਜਾਂਦੇ ਨੇ ਜ਼ਮੀਨਾਂ ਵੇਚ ਕੇ ਇਹ ਸਹੀ ਹੈਗਾ ਤਾਂ ਦੇਖੋ ਜੇ ਮੈਂ ਫਿਰ ਦੱਸਿਆ ਜੇ ਕਿਸੇ ਦਾ ਬੱਚਾ ਬਾਹਰ ਕਰਾਈ ਤੇ ਰਹਿ ਰਿਹਾ ਜਾਂ ਔਖਾ ਆ ਉਹ ਮਾਪੇ ਉਹਦੀ ਮਦਦ ਜ਼ਰੂਰ ਕਰੋ ਅੱਜ ਉਹ ਬੰਦਾ ਜ਼ਮੀਨ ਨਹੀਂ ਵੇਚ ਰਿਹਾ ਜਿਹਨੇ ਆਪ ਬਾਹਰ ਜਾਣਾ ਜ਼ਮੀਨ ਉਹ ਵੇਚ ਰਿਹਾ ਜਿਹਨੇ ਆਪ ਦਾ ਬੱਚਾ ਬਾਹਰ ਸੈੱਟ ਕਰਨਾ ਹੁਣ ਤੁਸੀਂ ਬਾਹਰ ਭੇਜਤਾ ਬੱਚਾ ਪੱਕਾ ਹੋ ਗਿਆ ਉੱਥੇ ਜਿਹੜੇ 8 8 10 ਦਾ ਲੱਖ ਡਾਲਰ ਦੇ ਘਰ ਉਹਦੇ ਪੈਸੇ ਕਿੱਥੋਂ ਆਣੇ ਹਾਂ ਜਾਂ ਤੇ ਉੱਥੇ 30 40 ਸਾਲ ਦੀ ਕਿਸ਼ਤਾਂ ਕਰੂਗਾ ਜਾਂ ਇੱਥੋਂ ਮਾ ਆਪੇ ਪੈਸੇ ਭੇਜਦਾ ਹਾਂ ਸੋ ਕੀ ਕਰੇਗਾ ਉਹ ਜ਼ਮੀਨ ਵੇਚੇਗਾ ਵੇਚੇਗਾ ਆਪਣੀ ਬੱਚੇ ਇਦਾਂ ਨਹੀਂ ਕਰਦੇ ਕਿ ਉੱਥੇ ਜਾ ਕੇ ਕੰਮਕਾਰ ਕੀਤਾ ਸੈੱਟ ਹੋ ਗਿਆ ਪੈਸੇ ਕਮਾ ਲਏ ਵੀ ਚਲੋ ਹੁਣ ਤਾਂ ਵਾਪਸ ਆ ਜਾਈਏ ਇਦਾਂ ਦੀਆਂ ਗੱਲਾਂ ਸੀ ਅੱਜ ਨਹੀਂ ਕੋਈ ਵਾਪਸ ਤੇ ਗੱਲ ਤੇ ਸ਼ਾਇਦ 5-10 ਪਰਸੈਂਟ ਪਰ ਮੈਂ ਹੁਣ ਕੈਨੇਡਾ ਦੇ ਸਟੈਟਸ ਦੇਖ ਰਿਹਾ ਸੀ ਕਹਿੰਦੇ ਕੈਨੇਡਾ ਦੇ ਵਿੱਚ ਕਾਫੀ ਬੰਦੇ ਦਰ ਜਾਣ ਵਧਿਆ ਵਾਪਸ ਆਉਣ ਲਈ ਕਈ ਵੀਡੀਓ ਵੀ ਪਾਨੇ ਆ ਪੀਆਰ ਕਰੀ ਦਾ ਕੱਟ ਕੇ ਮੈਂ ਦੱਸਿਆ 10 ਪਰਸੈਂਟ ਲੈ ਕੇ ਚੱਲ ਆਣਾ ਜਾਣ ਵਾਲੇ ਦੇਖੋ ਤੇ ਆਣ ਵਾਲੇ ਦੇਖੋ ਨਾ ਕੰਪੈਰੀਜ਼ਨ ਦਾ ਉੱਥੇ ਪਤਾ ਲੱਗਦਾ ਕਿੰਨੇ ਕੇ ਪਰਸੈਂਟ ਨੇ ਜਿਹੜੇ ਜਾਂਦੇ ਨੇ ਤੇ ਕਿੰਨੇ ਆਉਂਦੇ ਨੇ ਮੈਂ ਕਹਿੰਦਾ ਤੁਸੀਂ ਕਹੋ ਕਿੰਨੇ ਆਏ ਮੈਂ ਕਹਿੰਦਾ ਮੋਟਾ ਪੰਜ ਹਜ਼ਾਰ ਤੋਂ ਜ਼ਿਆਦਾ ਦੇਖਦਾ 5000 ਬੰਦਾ ਆ ਗਿਆ ਹੋਗਾ ਬਹੁਤ ਜ਼ਿਆਦਾ ਮੈਂ ਕਹਿ ਰਿਹਾ 5000 ਮੈਂ 5000 ਹੀ ਮੰਨ ਕੇ ਚੱਲਦਾ ਆਂਗਾ ਜਾਣ ਵਾਲਾ 10 ਲੱਖ ਗਿਆ ਪਿਛਲੇ ਸਾਲ 10 ਲੱਖ 1500 ਰੁਪਏ ਤੇ ਇਸ ਸਾਲ ਕਿੰਨਾ ਵੇਜਣਾ ਦੇਖੋ ਕਿੰਨਾ ਕੈਨੇਡਾ ਨੇ ਵੇਖੇ 364000 ਕਿਆ ਕੈਨੇਡਾ ਸਟੂਡੈਂਟਸ ਰੂਲ ਕਹਿੰਦੇ ਪੰਜਾਬ ਦੇ ਇਮੀਗ੍ਰੇਸ਼ਨ ਏਜੰਟਾਂ ਨੇ ਕੈਨੇਡਾ ਦੀ ਬੱਸ ਕਰਾਤੀ ਅੰਬੈਸੀ ਵੀ ਸੋਚ ਦੂ ਹਿਨੀ ਐਪਲੀਕੇਸ਼ਨ ਕਿੱਥੋਂ ਲਈ ਜਾਂਦੇ ਆਂ ਭਾਈ ਤੁਸੀਂ ਹਟਦੇ ਨਹੀਂ ਤੁਹਾਨੂੰ ਅੰਬੈਸੀ ਵਾਲੇ ਕਦੇ ਫੋਨ ਨਹੀਂ ਕਰਦੇ ਕੀ ਆਈਐਸਐਸ ਗਲੋਬਲ ਦੇ ਵੱਡੇ ਉਹ ਤੁਸੀਂ ਗਾਣਾ ਵੀ ਫ ਕਿ ਜੇ ISG ਗਲੋਬਲ ISG ਸਾਡੇ ਵਾਰ ਭੇਜੀ ਜਾਂਦੇ ਨੇ ਰੂਲ ਹੋਗੇ ਟੈਟ ਵੀ ਉਹ ਸਾਡੇ ਦੇ ਪੱਕੇ ਢੁਕਦੀਆਂ ਕਰ ਲੈ। ਮੈਨੂੰ ਲੱਗਦਾ ਤੁਸੀਂ ਬੰਦੇ ਇਹਨੇ ਪਿਆਰ ਭੇਜ ਦਿੰਦੇ ਹੋ ਤੇ ਰੂਲ ਟੈਟ ਕਰਾ ਦਿੰਦੇ ਸਾਰੇ। ਕੀ ਕਰੀਏ ਫਿਰ ਮਾਰਕੀਟ ਸਾਰੀ ਉਧਰਲੇ ਪਾਸੇ ਹੋ ਜਾਂਦੀ ਮੈਨੂੰ ਲੱਗਦਾ ਹੁਣ ਸਾਰੇ ਐਲਐਮ ਵਿੱਚ ਲਾਵੇ ਮੈਂ ਦੱਸਿਆ 30 ਏਜੰਟਾਂ ਨੇ ਤਾਂ ਨਵੇਂ ਲਾਇਸੈਂਸ ਲੈ ਲਏ ਵਰਕ ਪਰਮਿਟ ਦੇ। ਵਰਕ ਪਰਮਿਟ ਦਾ ਜਿਹੜਾ ਇਹ ਕਾਰੋਬਾਰ ਹੈਗਾ ਇਹ ਸਟੱਡੀ ਤੋਂ ਡਿਫਰੈਂਟ ਆ ਜਾਂ ਮਿਲਦਾ ਜੁਲਦਾ ਹੀ ਆ ਸਾਰਾ ਕੁਝ। ਨੀ ਇਹ ਟੂ ਡਿਫਰੈਂਟ ਦੇਖੋ ਸਟੱਡੀ ਤੁਸੀਂ ਸਟੱਡੀ ਦੇ ਬੇਸ ਤੇ ਪੜਾਈ ਦੇਣੀ ਹਮ ਅੱਗੇ ਐਕਸਪੀਰੀਅੰਸ ਕੀ ਆ ਬੱਚੇ ਕੋ ਜਾਂ ਗੈਪ ਹੈ ਕਿ ਨਹੀਂ ਹੈ ਕੋਰਸ ਕਿਹੜਾ ਦੇ ਰਹੇ ਹੋ ਹਮ ਆਈਲ ਸਿਵਾ ਜਿਹੜਾ ਵਰਕ ਪਰਮਿਟ ਆ ਉਹ ਤੁਹਾਡੇ ਕੰਮ ਦੇ ਐਕਸਪੀਰੀਅੰਸ ਦੇ ਬੇਸ ਤੇ ਉਹ ਚ ਪੜਾਈ ਲਿਖਾਈ ਦਾ ਕੋਈ ਲੈਣਾ ਦੇਣਾ ਨਹੀਂ ਤੁਸੀਂ ਕੀ ਕੰਮ ਕਰ ਰਹੇ ਹੋ ਉਹਦੇ ਬੇਸ ਤੇ ਵਰਕ ਪਰਮਿਟ ਉਹਦੇ ਵਿੱਚ ਵੀ ਹੁਣ ਬਹੁਤ ਸਾਰੇ ਜੋ ਮਾਰਕੀਟ ਚ ਮੈਂ ਦੇਖਦਾ ਆ ਉਹ ਜੀ ਮੇਰੇ ਕੋ ਖੇਤੀਬਾੜੀ ਦੀ ਪਈ ਹੈ ਐਲ ਐਮ ਆਈਏ ਬੰਦੇ ਨੇ ਇੱਥੇ ਉੱਥੇ ਕੰਮ ਕੀਤਾ ਦਾ ਬੈਂਕ ਦੇ ਵਿੱਚ ਉਹ ਫਿਰ ਉਹੀ ਗੱਲ ਆ ਗਈ ਮਿਸ ਕਮਿਊਨਿਟੀ ਗਾਈ ਮਿਸ ਗਾਈਡਡ ਦੀ ਗੱਲ ਲੈਣੀ ਆ ਕਿ ਜਿਹਨੂੰ ਕੁਝ ਵੀ ਨਹੀਂ ਆਂਦਾ ਉਹਨੇ ਜਾ ਕੇ ਉੱਥੇ ਜਾ ਕੇ ਰਿਫਿਊਜ਼ ਹੋ ਜਾਣਾ ਹੂੰ ਕਿਉਂਕਿ ਉਹਦਾ ਕੋਈ ਆਪਸ ਵਿੱਚ ਮੈਚ ਹੀ ਨਹੀਂ ਨਾ ਕਰਦਾ ਕੰਮ ਤੇ ਆਪਾਂ ਸ਼ੁਰੂ ਕਰ ਲਿਆ ਉਹਦਾ ਵਰਕ ਪਰਮਿਟ ਦਾ ਪਰ ਇਹ ਵੀ ਤੇ ਦੇਖਣਾ ਪੈਣਾ ਨਾ ਇਹਦੇ ਕਾਗਜ਼ ਪੱਤਰ ਮੈਚ ਕਰਦੇ ਕਿ ਨਹੀਂ ਕਰਦੇ ਤੁਸੀਂ ਕਿਹਾ ਰਿਫਿਊਜ਼ ਹੋ ਜਾਂਦਾ ਵੀਜ਼ਾ ਰਿਫਿਊਜ਼ ਤੇ ਮੇਰੇ ਗੱਲ ਯਾਦ ਆਈ ਕਿ ਤੁਹਾਡੇ ਕੋਲ ਜਦੋਂ ਬੰਦੇ ਦਾ ਰਿਫਿਊਜ਼ ਹੁੰਦਾ ਵੀਜ਼ਾ ਕੋਈ ਇਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਨੂੰ ਬੜਾ ਦੁੱਖ ਹੋਇਆ ਹੋਵੇ ਬਹੁਤ ਕਿਸੇ ਇਦਾਂ ਦੇ ਜਿਹੜੇ ਜੇ ਯਾਦ ਕਰਨ ਤੇ ਬੈਠੋ ਵੀ ਕਿਸੇ ਕਿਸੇ ਟਾਈਮ ਉਸ ਬੰਦੇ ਦੀ ਬਹੁਤ ਜਿਆਦਾ ਜ਼ਰੂਰਤ ਸੀ ਵੀ ਜਦੋਂ ਉਹ ਵੀਜ਼ਾ ਨਹੀਂ ਮਿਲਿਆ ਹੂੰ ਪਰ ਕੀ ਕਰ ਸਕਦੇ ਉੱਥੇ ਕਹਿੰਦੇ ਨਾ ਜ਼ੋਰ ਨਹੀਂ ਹੈਗਾ ਅੰਬੈਸੀ ਦੇ ਅਗੇ ਕਿਸੇ ਦਾ ਫਿਰ ਉੱਥੇ ਸੀ ਕੀ ਆਪਣਾ ਸਟੈਪ ਲੈਨੇ ਆ ਦੇਖੋ ਜਿੱਥੇ ਤੇ ਅੰਬੈਸੀ ਦੇ ਵਿੱਚ ਸਾਨੂੰ ਲੱਗਦਾ ਵੀ ਇਹ ਦੁਬਾਰਾ ਵੀਜ਼ਾ ਲੱਗ ਸਕਦਾ ਆਪਾਂ ਕਦੇ ਬੱਚੇ ਨੂੰ ਨਾ ਨਹੀਂ ਕਰੀ ਦੀ ਹੂੰ ਪਰ ਜਿੱਥੇ ਲੱਗਦਾ ਕਿ ਨਹੀਂ ਉੱਥੇ ਦੁਬਾਰਾ ਕਰਾਂਗੇ ਦੁਬਾਰਾ ਫਿਰ ਇਹਦੇ ਪੈਸੇ ਖਰਾਬ ਹੋਣਗੇ ਜਾਂ ਟਾਈਮ ਖਰਾਬ ਹੋਏਗਾ ਉੱਥੇ ਬੈਟਰ ਆ ਵੀ ਉਸ ਕੰਟਰੀ ਨੂੰ ਛੱਡ ਕੇ ਦੂਜੀ ਕੰਟਰੀ ਵਾਲੇ ਪਾਸੇ ਕਰ ਲੈਣੇ ਚਾਹੀਦੇ ਇੰਨੇ ਸਾਲਾਂ ਦੇ ਵਿੱਚ ਹੋਰ ਕੀ ਕੀ ਐਕਸਪੀਰੀਅੰਸ ਰਹੀ ਤੁਹਾਡਾ ਵੀ ਜਿਹੜਾ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਵੀ ਤੁਹਾਨੂੰ ਲੱਗਦਾ ਕਿ ਯਾਰ ਇਹ ਗੱਲ ਤਾਂ ਤੁਹਾਡੇ ਦਿਲ ਨੂੰ ਲੱਗੀ ਹੋਏ ਦੇਖੋ ਇਹ ਇੰਨੀਆਂ ਸਾਲਾਂ ਚ ਇੱਕ ਚੀਜ਼ ਇਹ ਦੇਖੀ ਆ ਵੀ ਹਰ ਕੰਟਰੀ ਦੇ ਵਿੱਚ ਸ਼ਾਇਦ ਇਹ ਤੀਜਾ ਚੌਥਾ ਦੌਰ ਚੱਲਦਾ ਪਿਆ ਬਾਹਰ ਜਾਂਦਾ ਹੂੰ ਜਦੋਂ ਕੋਈ ਕਾਨੂੰਨ ਚੇਂਜ ਹੁੰਦਾ ਨਾ ਤੇ ਮਾਰਕੀਟ ਚ ਹਫੜਾ ਦਫੜੀ ਇਸੇ ਦੀ ਮਾਰ ਜਾਂਦੀ ਵੀ ਇਹ ਬੰਦ ਹੋ ਗਿਆ ਹੂੰ ਤੇ ਅਸੀਂ ਉਹਦੀਆਂ ਪਿਛਲੀਆਂ ਚੀਜ਼ਾਂ ਨਾਲ ਨੂੰ ਮੈਚ ਕਰਨ ਲੱਗ ਪੈਂਦੇ ਕਿ ਇਹਨਾਂ ਨੇ ਪਹਿਲਾਂ ਇਦਾਂ ਕੀਤਾ ਸੀ ਫਿਰ ਇਦਾਂ ਕੀਤਾ ਜੀ ਹੁਣ ਆਉਣ ਵਾਲੇ ਸਾਲ 2 ਸਾਲ 3 ਸਾਲ ਚ ਇਦਾਂ ਦੇਖਣਗੇ ਹੂੰ ਸੋ ਜੇ ਇਹਦੇ ਚ ਲੰਬੇ ਸਮੇਂ ਤੱਕ ਕੰਮ ਕਰਦੇ ਆ ਤੇ ਤੁਹਾਨੂੰ ਆਪਦੇ ਆਪ ਪਤਾ ਲੱਗ ਜਾਣਾ ਪੀ ਇਹ ਸਟੂਡੈਂਟ ਵੀਜ਼ਾ ਦਾ ਕੀ ਸਿਸਟਮ ਆ ਵਰਕ ਪਰਮਿਟ ਯੂਕੇ ਕਾਸ ਆਸਟ੍ਰੇਲੀਆ ਸਟਿਕਨੈਸ ਸਭ ਕੁਝ ਵਿੱਚ ਇਹਦੇ ਨਾਲ ਲਿੰਕਡ ਇਦਾਂ ਨਹੀਂ ਹੋ ਸਕਦਾ ਪੀ ਇੱਕ ਕੰਟਰੀ ਤੁਹਾਨੂੰ ਅਗਲੇ ਸਾਲ ਕਵੇ ਜੀ ਮੈਂ ਵੀਜ਼ਾ ਨਹੀਂ ਦੇਣਾ ਉਹਦਾ ਫਿਰ ਟਾਈਮ ਆ ਨਾ ਐਂਡ ਇਸ ਤੋਂ ਵੱਧ ਵੀਜ਼ੇ ਦੇਣਗੇ ਨਾ ਫਿਰ ਨਹੀਂ ਪਰ ਕਿਤੇ ਨਾ ਕਿਤੇ ਆਪਾਂ ਜੀ ਮਾਰਕੀਟ ਚ ਦੇਖਦੇ ਆ ਮੈਂ ਸਟੂਡੈਂਟ ਨਾਲ ਜੇ ਗੱਲ ਕਰਦਾ ਉਹ ਕਹਿੰਦੇ ਯਾਰ ਆਸਟ੍ਰੇਲੀਆ ਦਾ ਵੀਜ਼ੇ ਦਿੰਦਾ ਨਹੀਂ 10ਾਂ ਚੋ 100ਾਂ ਚ ਜੇ 10 ਵੀਜੇ ਦੇ ਰਹੇ 5 ਦੇ ਰਹੇ ਉਹਨੂੰ ਵੀਜ਼ਾ ਦੇਣਾ ਨਹੀਂ ਕਹੋਂਗੇ ਨਾ ਉਹ ਤਾਂ ਚੂਜ਼ ਕਰ ਕਰਕੇ ਇੱਕ ਰਵਾਨੀ ਵਾਲੀ ਗੱਲ ਆ ਸਟੂਡੈਂਟ ਨੂੰ ਤੇ ਕੈਨੇਡਾ ਨੇ ਵੈਸੇ ਪਹਿਲਾਂ ਸਪਾਊਸ ਬੰਦ ਕਰਤਿਆ ਤੇ ਹੁਣ ਉਹਨੇ ਵੈਸੇ 2 ਮਿੰਟ ਲਈ ਬ੍ਰੇਕ ਲਾਤੀ ਕਿ ਰੁਕ ਜਾਓ ਹਜੇ ਤੇ ਯੂਕੇ ਕਹਿੰਦੇ ਜਾਣ ਦਾ ਫਾਇਦਾ ਨਹੀਂ ਵੈਸੇ ਵੀ ਸਪਾਊਸ ਜੁਨਿਟੀ ਤੋਂ ਬਾਅਦ ਉਹਨੇ ਵੀ ਸਪਾਊਸ ਹੀ ਬੰਦ ਕਰਤਿਆ ਇਕੱਲਾ ਬੰਦਾ ਜਾਏਗਾ ਫੀਸਾ ਬੂਸਾ ਕਿੱਦਾਂ ਭਰੇਗਾ ਤੇ ਯੂਰਪ ਵੱਲ ਪਹਿਲੇ ਹੀ ਇੰਨਾ ਆਪਣੇ ਪੰਜਾਬੀ ਗਏ ਹੋਏ ਨੇ ਇਹ ਲਗਾ ਲਓ ਉੱਥੇ ਸਟਰਗਲ ਜਿਆਦਾ ਇਨਕਮ ਘਟਾ ਤੱਕੇ ਖਾਣੇ ਪੈਂਦੇ ਆ ਤਾਂ ਕਿਹੜੀ ਕਿਹੜੀ ਬੱਚ ਦੀ ਕਿਹੜੀ ਕੰਟਰੀ ਆ ਮੈਂ ਫਿਰ ਦੇਖਿਆ ਤੇ ਆਪਣੀ ਹੁਣ ਜਿੱਦਾ ਤੁਸੀਂ ਕਹ ਅਸਟ੍ਰੇਲੀਆ ਦੇ ਵਿੱਚ 100 ਵਿੱਚੋਂ 5 ਜਾਂ 10 ਵੀਜ਼ੇ ਲੱਗਦੇ ਇਹ ਡਿਪਲੋਮੇ ਦੀਆਂ ਕਿ ਗੱਲ ਕਰ ਡਿਗਰੀ ਦੀ ਮੈਨੂੰ ਇਹ ਨਹੀਂ ਪਤਾ ਮੈਨੇ ਇਹ ਦੇਖਿਆ ਵੀ ਦੇਖੋ ਜਿੱਦਾਂ ਪਾਸਪੋਰਟ ਦਿਖਾਉਂਦੇ ਨੇ ਜੇ ਕਿਸੇ ਨੇ 50 ਪਾਸਪੋਰਟ ਦਿਖਾਈ ਕੈਨੇਡਾ ਦੇ ਯੂਕੇ ਦੇ ਤਾਂ 5 ਹੀ ਦਿਖਾਂਦਾ ਆ ਅਸਟ੍ਰੇਲੀਆ ਦੇ ਮੈਂ 50 ਪਾਸਪੋਰਟ ਨਹੀਂ ਦੇਖੇ ਅਸਟ੍ਰੇਲੀਆ ਦਾ ਇਧਰ ਨਾ ਮਾਰਕੀਟ ਦੇ ਵਿੱਚ ਅਸਟ੍ਰੇਲੀਆ ਦੀ ਜਿਹੜੀ ਵੀਜ਼ਾ ਵਾਲੀ ਕਲਾਇੰਟ ਹੈ ਜਾਂ ਜਾਂ ਜਿਹੜੇ ਬੱਚੇ ਐਕਚੁਅਲ ਚ ਆਸਟ੍ਰੇਲੀਆ ਜਾ ਸਕਦੇ ਆ ਉਹਦੀ ਰੇਸ਼ੋ ਘਟ ਐਡ ਕਰਨ ਤੋਂ ਵੀ ਬਹੁਤ ਬੰਦੇ ਡਰਦੇ ਆ ਵੀ ਜੇ ਕੇਸ ਚਾਰ ਇਕੱਠੇ ਹੋਗੇ ਤੇ ਭੁਗਤਾਨੇ ਕਿਦਾਂ ਹੂੰ ਇਹਦਾ ਕੀ ਰੀਜ਼ਨ ਆ ਸਿੱਧੇ ਪੇਪਰ ਫਾਰਮੈਲਟੀ ਹੈਗੀ ਹੂੰ ਉੱਥੇ ਤੁਸੀਂ ਇਦਾਂ ਨਹੀਂ ਕਰਦਾ ਉਸਦੇ ਵੀ ਕੈਨੇਡਾ ਨੂੰ ਜੀਆਈਸੀ ਤਾਰਿਆ ਫੀਸ ਤਾਰਿਆ ਤੇ ਅੰਬੈਸੀ ਚ ਫਾਈਲ ਲਾਤੀ ਉੱਥੇ ਤੁਹਾਨੂੰ ਪਹਿਲਾਂ ਦੇਖਣਾ ਪੈਣਾ ਨਾ ਵੀ ਇਹਦੇ ਪਰਿਵਾਰ ਦੀ ਆਮਦਨ ਕੀ ਐ ਉਹਦੇ ਕੋ ਫੰਡ ਕਿੰਨੀ ਦਿਨ ਪੁਰਾਣੇ ਆ ਉੱਥੇ ਨਹੀਂ ਸਕੀਮ ਚੱਲਦੀ ਕੋਈ ਸਕੀਮ ਨਹੀਂ ਚੱਲਦੀ ਜੇ ਸਕੀਮ ਚੱਲਦੀ ਹੋਵੇ 5 10 ਸਾਲੇ 50 60 ਤੇ ਨਾ ਪਹੁੰਚੇ। ਇਹੀ ਇਹੀ ਰੀਜ਼ਨ ਆ ਫਿਰ। ਸਕੀਮ ਚੱਲਦੀ ਹੋਵੇ। ਸੋ ਅੱਜ ਵੀ ਅਸਟ੍ਰੇਲੀਆ ਅਪਲਾਈ ਕਰ ਸਕਦੇ ਕੋਈ ਕਿੰਤੂ ਪਰੰਤੂ ਨਹੀਂ ਜੇ ਕਾਗਜ਼ ਪੱਤਰ ਤੁਹਾਡੇ ਕੋ ਕੰਪਲੀਟ ਹੈ। ਕੀ ਚਾਹੀਦਾ ਅਸਟ੍ਰੇਲੀਆ ਨੂੰ? ਆਮਦਨ ਦੇ ਪੇਪਰ ਦੇ ਦੋ ਫੰਡ ਦਿਖਾ ਦਿਓ 3 ਮਹੀਨੇ ਪੁਰਾਣੇ 12ਵੀਂ ਕੀਤੀ ਤੇ 6 ਮਹੀਨੇ ਗ੍ਰੈਜੂਏਸ਼ਨ ਕੀਤੀ ਤੇ ਸਾਢੇ 6 ਮਹੀਨੇ। 12ਵੀਂ ਤੋਂ ਬਾਅਦ ਗੈਪ ਕੋਈ ਨਹੀਂ ਲੈਣਗੇ। ਗ੍ਰੈਜੂਏਸ਼ਨ ਤੋਂ ਬਾਅਦ ਭਾਵੇਂ 10 ਸਾਲ ਦਾ ਗੈਪ ਦੋ ਦੋ ਤੁਹਾਡੇ ਕੋ ਐਕਸਪੀਰੀਅੰਸ ਜੈਨੂਨ ਹੋਣਾ ਚਾਹੀਦਾ। ਤੁਸੀਂ ਭਾਜੀ ਕਿਹਾ ਵੀ ਮੈਂ ਤੁਹਾਨੂੰ ਸਿੱਧਾ ਸਵਾਲ ਕਰਾਂਗਾ ਤੁਸੀਂ ਏਜੰਟ ਬਣੇ ਕਿਦਾਂ ਪੜਾਈ ਕਰਨ ਤੋਂ ਬਾਅਦ ਇੱਕ ਬੰਦੇ ਦਾ ਡ੍ਰੀਮ ਹੁੰਦਾ ਕਿ ਮੈਂ ਇਹ ਕਰਾਂਗਾ ਡਾਕਟਰ ਬਣਾਗਾ ਕੁਝ ਬਣਾਗਾ ਤੁਸੀਂ ਇਹ ਸੋਚਦੇ ਸੀ ਏਜੰਟ ਬਣਾਗਾ ਨਹੀਂ ਕਾਲਜ ਚ ਪੜਦੇ ਸੀ ਤਾਂ ਕਦੇ ਦਿਮਾਗ 'ਚ ਨਹੀਂ ਆ ਵੀ ਏਜੰਟ ਬਣਾਗੇ ਪਰ ਅਖੀਲੇ ਸਾਲ ਦੋ ਸਾਲਾਂ ਚ ਜ਼ਿਆਦਾਤਰ ਟਾਈਮ ਏਜੰਟਾਂ ਨੇ ਗੁਜ਼ਾਰਿਆ ਅੱਛਾ ਤੇ ਫਿਰ ਲੱਗਾ ਵੀ ਯਾਰ ਏਜੰਟ ਬਣ ਜਾਈ ਜਾ ਖੈਰ ਮੈਂ 2012 ਦੇ ਵਿੱਚ ਜੁਆਇਨ ਕੀਤਾ ਤੇ 2011 ਦੇ ਵਿੱਚ ਮੇਰਾ ਭਰਾ ਵੀ ਬਾਹਰ ਗਿਆ ਸੀ ਵੱਡਾ ਤੇ ਮੇਰਾ ਕਜ਼ਨ ਉਹ ਵੀ ਇਸ ਇੰਡਸਟਰੀ ਦੇ ਵਿੱਚ ਸੋ ਉੱਥੇ ਟਾਈਮ ਅੱਛਾ ਸਪੈਂਡ ਕੀਤਾ ਸਾਲ 2 ਸਾਲ ਜਿਹੜੇ ਸ਼ੋ ਆਪਾਂ ਉਦੋਂ ਤੇ ਵਿੱਚ ਸ਼ੋ ਹੁੰਦਾ ਹੁੰਦਾ ਸੀ ਚੜਦੀ ਕਲਾ ਟਾਈਮ ਟੀਵੀ ਦੇ ਉੱਤੇ ਇੱਥੇ ਮਿਊਟ ਲਾ ਦੇ ਯਾਰ ਇਹ ਤੇ ਮਿਊਟ ਲਾ ਉਹਦੇ ਤੋਂ ਹੁੰਦਾ ਇਹ ਅਜੀਤ ਅਖਬਾਰ ਚੈਟ ਜਾਂਦੀ ਹੁੰਦੀ ਸੀ ਜਾਂ ਜਗਮਣੀ ਅਖਬਾਰ ਦੇ ਵਿੱਚ ਤੇ ਉਹ ਜਿਹੜੇ ਸਾਲ 2 ਸਾਲ ਨਾਲ ਰਹੇ ਫਿਰ ਕਹਿੰਦੇ ਨਾ ਵੀ ਜਦੋਂ ਬੰਦਾ ਪੜ੍ਹਾਈ ਤੋਂ ਬਾਅਦ ਫ੍ਰੀ ਹੁੰਦਾ ਪਹਿਲਾਂ ਉਹ ਵੇਖਦਾ ਯਾਰ ਕੋਈ ਕੰਮ ਤੇ ਕਰੀਏ ਉਹ ਇਮੀਗ੍ਰੇਸ਼ਨ ਇੰਡਸਟਰੀ ਤੇ ਜੁਆਇਨ ਕੀਤਾ ਇੰਨਾ ਕੁ ਵਧੀਆ ਸਫਰ ਹੈ ਵੀ ਅੱਜ 12 ਸਾਲ ਲੰਘੇ 13ਵਾਂ ਚਾਹਦਾ ਪਤਾ ਨਹੀਂ ਲੱਗਾ ਵੀ ਕਦੋਂ ਲੰਘੇ ਤੇ ਤੁਹਾਡੇ ਕਲਾਸਮੇਟ ਹੋਣੇ ਤੁਹਾਡੇ ਯਾਰ ਵੈਲੀ ਹਨਾ ਉਹ ਤਾਂ ਤੁਹਾਨੂੰ ਛੇੜਦੇ ਹੋਣੇ ਕਿ ਤੁਸੀਂ ਏਜੰਟ ਬਣ ਕੇ ਏਜੰਟਾ ਸਾਡਾ ਦੋਸਤ ਅੱਜ ਪਹਿਲਾਂ 2-3 ਸਾਲ ਤੇ ਬੜਾ ਛੇੜਿਆ ਤੇ ਅੱਜ ਉਹ ਹੀ ਸਲਾਹ ਲੈਂਦੇ ਕੋਈ ਯਾਰ ਮੈਂ ਪਹੁੰਚਦੇ ਗਿਆ ਕਿ ਕੀ ਕਰਨਾ ਹਦਾ ਸਾਡਾ ਅੱਗੇ ਅੱਛਾ ਇਹ ਪਹੁੰਚਣਦੇ ਆਇਆ ਕਈ ਬੰਦੇ ਜਿਹਦਾ ਕਹਿੰਦਾ ਕਿ ਪਛਾਣਾ ਸਾਡਾ ਕੰਮ ਆ ਤੇ ਪਹੁੰਚਣ ਤੋਂ ਬਾਅਦ ਉੱਥੇ ਫਿਰ ਅੱਗੇ ਬੰਦਾ ਤੰਗ ਪਰੇਸ਼ਾਨ ਨਹੀਂ ਹੁੰਦਾ ਹੁਣ ਬਹੁਤ ਹੁੰਦਾ ਤੰਗ ਪਰੇਸ਼ਾਨ ਮੈਂ ਤੇ ਤੁਸੀਂ ਕਦੇ ਦੇਖਿਆ ਮੈਂ ਨਾ ਜਿਹੜਾ ਸਵਾਲ ਪੁੱਛਿਆ ਤੁਸੀਂ ਬਹੁਤ ਬਹੁਤ ਵਧੀਆ ਸਵਾਲ ਆ ਇਹ ਇਹਨਾਂ ਮੈਂ ਰਿਲੇਟ ਕਰਦਾ ਤੁਹਾਡੀ ਰਿਫਿਊਜ਼ਲ ਵਾਲੀ ਗੱਲ ਨੂੰ ਜਾਂ ਬੈਂਡ ਨਾ ਨਹੀਂ ਗੱਲ ਨੂੰ ਬਹੁਤ ਬੰਦੇ ਕਹਿੰਦੇ ਕਹਿੰਦੇ ਭਾਜੀ ਫਲਾਣੇ ਬੰਦੇ ਦਾ ਨਾ ਉਥੋਂ ਵੀਜ਼ਾ ਲੱਗ ਗਿਆ ਹੂੰ ਉਹਦੇ ਕੋਲ ਕੋਈ ਐਲਸ ਵੀ ਨਹੀਂ ਸੀ ਨਾ ਕੋਈ ਕਾਗਜ਼ ਪੱਤਰ ਸੀ ਉਹ ਹੁਣ ਬਾਹਰ ਦੇਖੋ ਭਾਜੀ ਬੜਾ ਸੈਟ ਆ ਤੁਸੀਂ ਦੱਸੋ ਤੁਹਾਡਾ ਵੀਜ਼ਾ ਰਿਫਿਊਜ਼ ਹੈ ਤੁਸੀਂ ਕਿੰਨੇ ਕੁ ਜਣਾਂ ਨੂੰ ਦੱਸੋਗੇ ਮੈਂ ਕਿਹਾ ਮੇਰਾ ਵੀ ਸੇ ਯੂਐਸਏ ਦਾ ਰਿਫਿਊਜ਼ ਹੋਇਆ ਤੁਸੀਂ ਦੱਸੋਗੇ ਕਿਹਨੂੰ ਮੈਂ ਦੱਸਿਆ 2-4 ਜਣਾਂ ਨੂੰ ਉਹੀ ਦੱਸੋਗੇ ਜਿਹੜਾ ਤੁਹਾਡੇ ਬਹੁਤ ਕਲੋਜ਼ ਬੰ ਹੁੰਜੇ ਤੁਹਾਡਾ ਵੀਜ਼ਾ ਲੱਗ ਜਾਂਦਾ ਫੇਰ ਤਾਂ ਡੇਰੀ ਲਾ ਵੇਖਣੀ ਹੈ ਸਾਰੇ ਨੇ ਮਾਦਾ ਸਟੋਰੀ ਬੰਦਾ ਦੇਖਣੀ ਹੈ ਨੇ ਸੋ ਇਸ ਕਰਕੇ ਆ ਵੀ ਜੇ ਕਿਸੇ ਦੇ ਬੈਨ ਨਹੀਂ ਆਏ ਜਾਂ ਵੀਜ਼ਾ ਰਿਫਿਊਜ਼ ਹੈਗਾ ਉਹ ਮਾਰਕੀਟ ਚ ਕਿਸੇ ਨੂੰ ਨਹੀਂ ਦੱਸਦਾ ਸ਼ਾਇਦ ਮੈਨੂੰ ਲੱਗਦਾ ਉਹਨੇ ਆਪਣੇ ਚਾਚੇ ਤਾਏ ਭੈਣ ਭਰਾ ਵੱਡੇ ਇੱਧਰ ਉੱਧਰ ਲੈ ਕੋਈ ਲਕੋਇਆ ਹੁੰਦਾ ਪੀ ਆਰ ਮੈਨੂੰ ਗਾਲਾਂ ਹੀ ਨਾ ਕੱਢੇ ਜਾਂ ਮੈਨੂੰ ਕਹੋਗਾ ਤੂੰ ਮੈਂ ਤਾਂ ਪੜਦਾ ਰੱਖਿਆ ਐਡੀ ਬਾਹਰ ਜਿਹੜੀ ਤੁਸੀਂ ਸੈੱਟ ਕਰਨ ਵਾਲੀ ਗੱਲ ਕੀਤੀ ਭਾਜੀ ਕਿੱਦਾਂ ਕੋਈ ਸੈੱਟ ਹੋਇਆ ਉਹ ਪੁੱਛੋ ਨੀ ਪਰ ਤੁਸੀਂ ਇਹ ਵੀਡੀਓ ਦੇਖੋ ਮੈਂ ਇੱਥੇ ਇੱਕ ਯਾਦ ਆ ਗਈ ਮੇਰੀ ਭੂਆ ਦਾ ਮੁੰਡਾ ਉਹ ਕੈਨੇਡਾ ਚ ਪੱਕਾ ਆ ਤੇ ਮੈਂ ਕੁਦਰਤੀ ਨੂੰ ਫੋਨ ਲਾ ਲਿਆ ਇੱਕ ਨਾ ਸਟੂਡੈਂਟ ਗਿਆ ਉੱਥੇ ਟ੍ਰਾਂਟੋ ਦੇ ਵਿੱਚ ਤੇ ਉਹਦੀ ਮਦਦ ਆ ਮੈਨੂੰ ਫੋਨ ਆਇਆ ਕਹਿੰਦੇ ਜੇ ਕੋਈ ਕੰਮ ਹੈਗਾ ਉੱਥੇ ਕੋਈ ਦੱਸਿਓ ਤੇ ਮੈਂ ਕਹਾ ਚੱਲ ਯਾਰ ਮੈਂ ਆਪਦੇ ਕਜ਼ਨ ਨੂੰ ਫੋਨ ਲਾਣਾ ਵੀ ਯਾਰ ਜੇ ਤੇਰ ਕੋ ਕੋ ਕੰਸਟਰਕਸ਼ਨ ਦਾ ਕੰਮ ਕਰਦਾ ਉੱਥੇ ਵੀ ਜੇ ਤੇਰ ਕੋ ਕੋ ਜੌਬ ਹੈਗੀ ਤੇ ਇਹਨੂੰ ਦੱਸੀ ਤੇ ਤੁਸੀਂ ਮੰਨੋਗੇ ਮੈਂ ਇਹਨੂੰ ਫੋਨ ਲਾਇਆ ਤੇ ਮੈਨੂੰ ਮੈਸੇਜ ਕੀਤਾ WhatsApp ਤੇ ਪਹਿਲਾਂ ਉਹ ਕਹਿੰਦਾ ਯਾਰ ਵੀ ਹਜੇ ਤੇ ਕੋਈ ਨਹੀਂ ਹੈਗੀ ਜੌਬ ਤੇ ਉਹਦਾ ਮੈਨੂੰ ਕੋ ਲਗੀ ਵੀਡੀਓ ਕਾਲ ਮੈਂ ਫੋਨ ਔਨ ਕੀਤਾ ਤੇ ਉਹ ਆਟਾ ਗੁੰਨਣ ਲਿਆ ਉੱਥੇ ਕਹਿੰਦਾ ਆਟੇ ਗੁੰਨਣ ਦੀ ਜੌਬ ਹੈਗੀ ਕਿਸੇ ਨੇ ਰੱਖਣੀ ਤੇ ਮੈਨੂੰ ਦੱਸ ਦੇ ਹੂੰ ਸੋ ਇਹ ਸ਼ੇਅਰ ਕਰਨੀ ਮੇਰੀ ਗੱਲ ਹੈ ਵੀ ਉਹ ਬਹੁਤ ਅੱਛੀ ਫੈਮਿਲੀ ਤੋਂ ਆਕਰੋ ਇੱਥੋਂ ਗਿਆ ਬਟ ਮੈਂ ਜਦੋਂ ਉਹਨੂੰ ਐਕਚੁਅਲ ਚ ਦੀ ਰਿਐਲਿਟੀ ਦੇਖੀ ਵੀ ਵਾਕਿਆ ਸਟਰਗਲ ਬਹੁਤ ਆਥੇ ਐਡ ਰਾਤ ਦਾ 11:30 ਵਜੇ ਦਾ ਟਾਈਮ ਸੀ ਉੱਥੇ ਤੁਸੀਂ ਉਹ ਵੀਡੀਓ ਦੇਖੀ ਹੈ ਜਿਹੜੇ ਸਟੂਡੈਂਟ ਪਾਰਕਾਂ 'ਚ ਸੌ ਰਹੇ ਸੀ ਤੰਬੂ ਲਾ ਕੇ ਤੰਬੂ ਲਾ ਕੇ ਯੂਨੀਵਰਸਿਟੀ ਦੇ ਬਾਹਰ ਹੀ ਲਾਇਆ ਸੀ ਇਹ ਇਹਦੇ ਕਸੂਰਵਾਰ ਤਾਂ ਤੁਹਾਡੀ ਇੰਡਸਟਰੀ ਹੈ ਨਾ ਫਿਰ ਭਜੀ ਇੰਡਸਟਰੀ ਕੀ ਕਰੇਗੀ ਇਹਦੇ ਵਿੱਚ ਜਦੋਂ ਬੰਦਾ ਸੁਣਦਾ ਭਜੀ ਤੇ ਬੰਦੇ ਨੂੰ ਤੁਸੀਂ ਉੱਥੇ ਭੇਜਤੇ ਆ ਉੱਥੇ ਉਹ ਪਰੇਸ਼ਾਨ ਹੋ ਰਿਹਾ ਸਟੂਡੈਂਟ ਕਿਹਦੇ ਨੇ ਕਿਹਦੇ ਦਾ ਰਿਸਪੌਂਸਿਬਿਲਟੀ ਇੰਡਸਟਰੀ ਦੀ ਬਣਦੀ ਹੈ ਨਾ ਤਾਂ ਇਹਦੇ ਵਿੱਚ ਉਹ ਲੈ ਜਿੰਦਗੀ ਚ ਕਰੇ ਤੁਸੀਂ ਦੋਨ ਵੇ ਲਿੱਤਾ ਹੀ ਦਿੱਤਾ ਤੇ ਵਾਪਸ ਕਰਤਾਗੇ ਇਹਦੇ ਕਰਨਾ ਵਾਪਸ ਕਰਤਾ ਜੀ ਕਰਤਾ ਸਰ ਤੇ ਜੇ ਨਾ ਵਾਪਸ ਕਰਦੇ ਫੇਰ ਨਾ ਵਾਪਸ ਕਰਦਾ ਤਾਂ ਫਿਰ ਜਾਂ ਕਿ ਤੂੰ ਫੜ ਕੇ ਇਧਰ ਉਧਰ ਐਡਜਸਟ ਕਰਦਾ ਜਾਂ ਫਿਰ ਮਨੂ ਆਪੇ ਉਹਨਾਂ ਨੇ ਵਾਪਸ ਕਰਵਾ ਲੈਣੇ ਸੀ ਮੇਰੀ ਕੋਈ ਚੀਜ਼ ਜਬਤ ਕਰ ਕੇ ਹੁਣ ਜਿਹਦੇ ਕੋਲ ਲੋਨ ਲਿਆ ਉਹਦਾ ਕੀ ਕਸੂਰ ਲੋਨ ਲੈਣੇ ਦਾ ਕਸੂਰ ਨਹੀਂ ਜੇ ਉਹ ਕੁੱਤ ਹੀ ਲੋਨ ਲੈਣ ਗਏ ਸੀ ਉਹਦਾ ਕੀ ਕਸੂਰ ਉਹਨੇ ਤਾਂ ਤੁਹਾਡੇ ਭਲੇ ਵਾਸਤੇ ਦਿੱਤਾ ਹੁਣ ਬੰਦਾ ਕਹਿੰਦਾ ਮੈਂ 20 ਲੱਖ ਰੁਪਏ ਵਿਆਜੀ ਚੁੱਕ ਕੇ ਬਾਹਰ ਚੱਲਾ ਤੁਸੀਂ ਉਹਨੂੰ ਤੇਹੀ ਕਰੀਂ ਤੇਹੀ ਕਹੋਗੇ ਪਰਾਂ ਨਾ ਆ ਜਾ ਹੂੰ ਹੁਣ ਜੇ ਤੁਹਾਡੇ ਕੋਲ ਨਹੀਂ ਗਿਆ ਕਿਸੇ ਹੋਰ ਦੇ ਕੋਲ ਜਾ ਕੇ ਫਾਈਲ ਹੋਏ ਤਾਂ ਤੰਬੂ ਤੇ ਲਾਉਣਾ ਹੀ ਪੈਣਾ ਉੱਥੇ ਨਹੀਂ ਪਰ ਇਹਦੇ ਤਾਂ ਇਹ ਹੈ ਨਾ ਕਿ ਉੱਥੇ ਜਾ ਕੇ ਉਹਨੂੰ ਜੋਬ ਨਹੀਂ ਮਿਲੀ ਕੰਮ ਨਹੀਂ ਮਿਲਿਆ ਕੁਛ ਨਹੀਂ ਦੰਦਾ ਭਾਜੀ ਕਰਜ਼ਾ ਹੈ ਸਿੱਧੀ ਸਿੱਧੀ ਜਿਹੜੀ ਕਰਜ਼ਾ ਧਰਨੇ ਵੀ ਲਗਾਏ ਨੇ ਉੱਥੇ ਲਗਣ ਲਾਉਣੇ ਪੈਣੇ ਜਦੋਂ ਤੁਸੀਂ ਇੱਥੋਂ ਗਏ ਸੀਗੇ ਰੋਲਾ ਪਾਪਾ ਚੀਕਾ ਮਾਰ ਮਾਰ ਕੇ ਆ ਵੀ 2 ਸਾਲ ਦੀ ਜੇ ਪੜ੍ਹਾਈ ਵਾਸਤੇ ਗਏ ਹੋ ਤੁਹਾਡੇ ਕੋਲ 2 ਸਾਲ ਦਾ ਖਰਚਾ ਹੋਣਾ ਚਾਹੀਦਾ ਹੂੰ ਹੁਣ ਤੁਸੀਂ ਕਹਿੰਦੇ ਹੋ ਵੀ ਜਾਂਦਿਆ ਸਰ ਉੱਥੇ ਲੱਖ ਰੁਪਏ ਦੀ ਨੌਕਰੀ ਮਿਲ ਜਵੇ ਨਹੀਂ ਪਰ ਸਾਰੇ ਨਹੀਂ ਦੱਸਦੇ ਨਾ ਕਿ 2 ਸਾਲ ਦਾ ਖਰਚਾ ਹੋਵੇਗਾ ਕਈ ਤਾਂ ਇਦਾਂ ਕਹਿੰਦੇ ਆ ਕਿ ਤੁਸੀਂ ਜਾਓ ਤੇ ਦਾਦ ਜੀ ਉਹੋ ਹੀ ਗੱਲ ਜੇ ਕਹਿਣ ਗਿਆ ਮੈਂ 20 ਲੱਖ ਵੈਜੀ ਚੱਕਣਾ ਨੂੰ ਕਹਿਣਾ ਪਰ ਨਾ ਆ ਜਾ ਹੂੰ ਉਹ ਕਿਸੇ ਹੋਰ ਕੋ ਚੱਲ ਗਿਆ ਆਏਗਾ ਪਰ ਅਕਸਰ ਤੇ ਭਾਜੀ ਹਰ ਬੰਦਾ ਕਾਰੋਬਾਰ ਕਰਦਾ ਉਹ ਕਈ ਸਹੀ ਨਹੀਂ ਵੀ ਸੱਚ ਦੱਸਦੇ ਹੋਣਗੇ ਪਰ ਤੁਸੀਂ ਇਹ ਚੀਜ਼ ਤਾਂ ਮੰਨਦੇ ਹੋ ਵੀ ਤੁਹਾਡੀ ਇੰਡਸਟਰੀ ਕਿਤੇ ਨਾ ਕਿਤੇ ਗਲਤ ਐਡਵਾਈਸ ਮੈਂ ਆ ਦੱਸਿਆ ਹਰ ਜਗ੍ਹਾ ਦੇਖੋ ਇਦਾਂ ਦੇ ਬੰਦੇ ਬੈਠੇ ਹੋਏ ਆ ਤੁਸੀਂ ਹਟਾ ਨਹੀਂ ਸਕਦੇ ਤੁਸੀਂ ਤਾਂ ਸਰਕਾਰ ਦੇ ਲਾਇਸੈਂਸ ਵਾਲੀ ਗੱਲ ਕੀਤੀ ਮੈਂ ਤਾਂ ਉੱਥੇ ਵੀ ਕਿਹਾ ਸਰਕਾਰ ਸਖਤੀ ਕਰ ਸਕਦੀ ਆ ਹੂੰ ਪਾਲਣਾ ਕਰਨੀ ਨਾ ਕਰਨੀ ਉਹ ਤੁਹਾਡੇ ਆਪਣੇ ਇਹਨੂੰ ਫਿਰ ਠੀਕ ਕਿੱਦਾਂ ਕਰਾਂਗੇ ਹੈ ਤਾਂ ਆਪਣਾ ਪੰਜਾਬ ਆ ਠੀਕ ਤਾਂ ਆਪਾਂ ਨੇ ਕਰਨਾ ਪੈਣਾ ਭਾਜੀ ਬਹੁਤ ਵਰੀ ਨਾ ਜਿਹੜੀ ਤੁਸੀਂ ਉਹ ਗੱਲ ਕੁੜੀਆਂ ਵਾਲੇ ਇੱਥੇ ਰਿਲੇਟ ਕਰ ਲਓ ਸੋਹਣੀਆਂ ਸੋਹਣੀਆਂ ਤੇ ਦੋ ਵਾਰੀ ਜ਼ੋਰ ਦਿੱਤਾ ਸੀ ਤੇ ਹੂੰ ਜਦੋਂ ਆਪਾਂ ਕਿਸੇ ਬੰਦੇ ਦੀ ਗੱਲ ਛੱਡ ਕੇ ਤੇ ਦੂਜੇ ਪਾਸੇ ਜਾਂਦੇ ਆ ਫਿਰ ਕਿਤੇ ਨਾ ਕਿਤੇ ਤੇ ਉਹਦਾ ਕੋਈ ਨਾ ਕੋਈ ਹਰਜਾਨਾ ਭੁਗਤਣਾ ਪੈਂਦਾ ਜੇ ਜਿਹੜੇ ਸਟੂਡੈਂਟ ਉੱਥੇ ਬੈਠੇ ਨੇ ਤਾਂ ਕੁਝ ਨਹੀਂ ਬਣੇਗਾ ਉਹਨਾਂ ਨੂੰ ਨਹੀਂ ਲੱਗੇ ਹੋਏ ਦੇਖੋ ਲਾਈਨ ਦੇ ਵਿੱਚ ਲੱਗ ਤੇ ਰਿਹਾ ਉਮੀਦ ਪੀ ਕੈਨੇਡਾ ਸਰਕਾਰ ਉਹਨਾਂ ਦਾ ਮਸਲਾ ਹੱਲ ਕਰ ਦੂਗੀ ਇਹ ਤੁਸੀਂ ਸ਼ਾਇਦ ਮੇਰੇ ਕਹ ਨੋ ਬੱਚਿਆਂ ਦੀ ਗੱਲ ਕਰ ਰਹੇ ਹੋ ਜਿਹੜੇ 700 ਸਟੂਡੈਂਟ ਵਾਲਾ ਜਿਆਦਾ ਰੌਲਾ ਸੀ 700 ਵਾਲਾ ਵੀ ਸੀਗਾ ਪਿੱਛੇ ਜਿਹੜੇ ਕੁਝ ਸਟੂਡੈਂਟ ਇਦਾਂ ਦੇ ਸੀਗੇ ਮੇਰੇ ਰਿਲੇਟਿਵ ਵੀ ਦੱਸਦੇ ਸੀਗੇ ਕਹਿੰਦੇ ਘਰ ਦੇ ਕੋਲ ਹੀ ਸੀਗਾ ਬ੍ਰੈਂਟਨ ਸੀਗਾ ਸ਼ਾਇਦ ਉਹ ਕਹਿੰਦੇ ਇੱਥੇ ਪਾਰਕ ਆਇਕੋ ਉੱਥੇ ਹੀ ਬੱਚੇ ਵਿਚਾਰੇ ਰਾਤ ਨੂੰ ਸੌਂਦੇ ਨੇ ਕਿਰਾਏ ਨਹੀਂ ਨਾ ਨਿਕਲਦੇ ਪਏ 1000 ਤੇ ਕਿਰਾਏ ਹੋਗੇ ਬੇਸਮ ਉਹ ਬਾਤ ਉਹ ਪਤਾ ਲੱਗਾ 400 ਮਹੀਨੇ ਦੇ ਨਾਲ ਕੀ ਲੈ ਕੇ ਜਾਣਾ 10 ਲੱਖ ਰੁਪਏ ਦੋਨੇ ਇੱਥੇ ਦੇਣ ਆਲਾ ਪਰ ਇਹਦਾ ਵੀ ਹੁੰਦਾ ਨਾ 20-25 ਲੱਖ ਰੁਪਏ ਬੰਦੇ ਨੇ ਪਹਿਲੇ ਹੀ ਲਗਾ ਤੇ ਆ ਕਿੰਨੇ ਕ ਬੰਦੇ ਨਾਲ ਲੈ ਜੇਗਾ 2000 ਡਾਲਰ 5000 ਡਾਲਰ 10000 ਡਾਲਰ ਉੱਥੇ ਗੁਜ਼ਾਰਾ ਹੋ ਜਾਂਦਾ 10000 ਡਾਲਰ ਜਦੋਂ ਤੁਸੀਂ ਉਹਨੂੰ ਕਹਿੰਦੇ ਆਂ ਵੀ ਆਹ ਫਲਾਣੀ ਜਗ੍ਹਾ ਚੱਲ ਜਾ ਉੱਥੇ ਤੇਰੀ ਪੀਆਰ ਵੀ ਸੌਖੀ ਆ ਤੇ ਉਹਦੋਂ ਕਹਿੰਦਾ ਨਹੀਂ ਪਰ ਐਡਾ ਵੀ ਐਡਾ ਵੀ ਇਮੀਗ੍ਰੇਸ਼ਨ ਇੰਡਸਟਰੀ ਦਿਖਾਉਂਦੀ ਨਾ ਤੁਹਾਡੇ ਕੋਲ ਉੱਥੇ ਮੇਰਾ ਕਜ਼ਨ ਆ ਐਡ ਕਦੇ ਇਦਾਂ ਨਹੀਂ ਕੀਤੀ ਬਿਟ ਸਿਰਫ ਟੋਰਾਂਟੋ ਹੀ ਜਾਓ ਐਡ ਇਹ ਕੰਮ ਤਾਂ ਉੱਥੇ ਵੀ ਨਹੀਂ ਮਿਲਦਾ ਉਹਨੂੰ ਨਹੀਂ ਕੰਮ ਕਿਉਂ ਨਹੀਂ ਮਿਲਦਾ ਫਿਰ ਵਾਪਸ ਕਿਉਂ ਨਹੀਂ ਹੁੰਦਾ ਵਾਪਸ ਹੋਣ ਅਗਲਾ 25 ਲੱਖ ਲਗਾ ਕੇ ਗਿਆ ਵਾਪਸ ਕਿ ਅੱਗੇ ਕੀ ਕਰੇਗਾ ਸਾਰੇ ਇਕੋ ਜਿਹੇ ਆ ਵਾਪਸ ਆਏਗਾ ਉਥੇ ਬਾਪੂ ਬੈਠਾ ਜਿਹੜੇ ਬਾਕੀ ਹੈਗੇ ਉਹਨਾਂ ਦੀ ਗੱਲ ਕਰ ਲੈ ਚਲੋ ਤੰਬੂ ਲਾ ਕੇ ਯਾਰ ਬੰਦਾ ਬੈਠਾ ਹੋਏਗਾ ਮੈਂ 9 ਲੱਖ ਗਿਆ 9.5 ਲੱਖ ਪਿਛਲੇ ਸਾਲ ਗਿਆ 9 ਲੱਖ 59 ਹਜ਼ਾਰ ਕਿੱਥੇ ਗਿਆ ਨੰਬਰ ਤੇ ਹੈ ਨਾ ਯਾਰ ਨੂੰ ਛੱਡ ਕੇ ਬਾਕੀਆਂ ਦੀ ਵੀ ਗੱਲ ਕਰ ਲਈ ਆਪਾਂ ਬਾਕੀ ਮਤਲਬ ਤਰਨ ਕਿੰਨੇ ਕੇ ਪੈਸੇ ਕਮਾ ਲੈਂਦੇ ਉਹਨੇ ਜਿੱਦਾਂ ਇੱਕ ਤੁਹਾਡਾ ਤੁਹਾਡੀ ਇੰਡਸਟਰੀ ਵਾਲਾ ਬੰਦਾ ਕਹਿੰਦਾ ਸੀ ਇਹਦਾ ਭਾਂ ਇਹ ਸੱਚਾ ਇਦਾਂ ਹੈਗਾ ਬੜਿਆ ਬੰਦੇ ਨੇ ਪੰਜ ਲੱਖ ਦਾ ਸੀ ਨਹੀਂ ਕਮਾਵਾਂਦੇ ਜੋਰ ਲਾ ਲੈਂਦੇ ਬੜੇ ਬੰਦੇ ਨੇ ਤੇ ਰੀਲਾਂ ਬਣਾਈਆਂ ਇੱਕ ਦੂਜੇ ਨੂੰ ਫੋਨ ਕਰ ਕਰੇ ਕਹਿੰਦਾ ਤੂੰ ਮੈਨੂੰ ਪਤਾ ਲੱਗਾ 5 ਲੱਖ ਕਮਾਉਂਦਾ ਵੀ ਨਹੀਂ ਇਦਾਂ ਹੁੰਦਾ ਕਿ ਕਿਸੇ ਦੀ ਕਮਾਈ ਨੂੰ ਇਦਾਂ ਤੇ ਆਪਾਂ ਜੱਜ ਨਹੀਂ ਕਰ ਸਕਦੇ ਦੇਖੋ ਅੱਜ ਦੀ ਡੇਟ ਚ ਕੈਨੇਡਾ ਦੇ ਵਿੱਚ ਕੋਈ ਬੰਦਾ ਹੋ ਸਕਦਾ 5 ਲੱਖ ਵੀ ਕਮਾਉਂਦਾ ਹੋਵੇ ਕੋਈ ਲੱਖ ਵੀ ਕਮਾਉਂਦਾ ਹੋਵੇ ਪਰ ਟਾਈਮ ਲੱਗਦਾ ਤੁਹਾਨੂੰ ਸੈਟ ਹੋਣ ਨੂੰ ਜੇ ਤੁਸੀਂ ਪਹਿਲੇ 2 ਸਾਲ ਦੇ ਵਿੱਚ ਕਮਾਈ ਦੇ ਪਰਪਸ ਨਾਲ ਚੱਲਿਓ ਤੇ ਫਿਰ ਔਖਾ ਆ ਤੁਸੀਂ ਜੇ ਇਹੀ ਸੋਚ ਕੇ ਚੱਲੇ 2 ਸਾਲ ਚ ਪੜ੍ਹਾਈ ਪੂਰੀ ਹੋ ਜਾਵੇ ਭਰਾ ਇੰਨਾ ਹੀ ਬਹੁ ਸਭ ਤੋਂ ਵੱਧ ਕਮਾਈ ਕਿਹੜੀ ਕੰਟਰੀ ਚ ਲੱਗਦੀ ਹੈ ਤੁਹਾਨੂੰ ਮੈਂ ਤਾਂ ਸੁਣਿਆ ਅਮਰੀਕਾ ਚ ਬੜਾ ਨੋਟ ਆ ਕਹਿੰਦੇ ਟਰੱਕਾਂ ਚ ਟਰੱਕਾਂ ਚ ਮੇਰੇ ਵੀ ਰਿਸ਼ਤੇਦਾਰ ਹੈਗਾ ਉਹ ਥੀ ਮਨੇ ਰੇਂਜ ਰੋਵਰ ਲੈ ਲਈਏ ਰੇਂਜ ਰੋਵਰ ਹੀ ਤੇ ਪੱਟ ਦੀ ਜਿਹੜੀ ਬਾਕੀ ਬੱਚਿਆਂ ਨੂੰ ਪੱਟ ਦੀ ਇੱਥੇ ਬੈਠਿਆ ਉਹ ਤੇ ਐਡੀ ਕਮਾਈ ਜੇ ਉੱਥੇ ਉੱਥੇ ਕਿਉਂ ਨਹੀਂ ਜਾਂਦੇ ਹੂੰ ਸਟੂਡੈਂਟ ਉੱਥੇ ਕਿਉਂ ਨਹੀਂ ਜਾਂਦੇ ਫਿਰ ਜਾਂ ਤੁਸੀਂ ਉੱਥੇ ਕਿੰਨੀ ਪੈਸੇ ਆ ਵੀ ਪ੍ਰੋਸੈਸ ਇੰਟਰਵਿਊ ਦਾ ਉੱਥੇ ਉਹ ਫਿਰ ਸੌਖਾ ਜਿਹਾ ਦਾ ਦੂਜੇ ਪਾਸੇ ਦਾ ਲੱਗਦਾ ਇੰਟਰਵਿਊ ਔਖਾ ਹੁੰਦਾ ਜਿਆਦਾ ਔਖਾ ਨਹੀਂ ਹੁੰਦਾ ਡਿਪੈਂਡ ਕਰਦਾ ਤੁਸੀਂ ਆਪੇ ਮੇਰਾ ਰਿਫਿਊਜ਼ ਹੋਇਆ ਨਾ ਨਹੀਂ ਕਿਹੜਾ ਵੀਜ਼ਾ ਲਾ ਲਿਆ ਸਟੂਡੈਂਟ ਨਹੀਂ ਮਾਸਟਰ ਗਿਆ ਸੀ ਟੂਰਿਸਟ ਟੂਰਿਸਟ ਵੀਜ਼ਾ ਹਾਲੀ ਚਲ ਕੋਈ ਗੱਲ ਅਗਲੀ ਵਾਰੀ ਮਿਲ ਜਾਏਗਾ ਹਾਂ ਮੌਕਾ ਹੀ ਦਿੰਦੇ ਉਹ ਕਿਹੜਾ ਮਨਾ ਕਰਦੇ ਉਹ ਕਹਿੰਦੇ ਤੂੰ ਵਿਆਹਿਆ ਨਹੀਂ ਹੈਗਾ ਤੂੰ ਵਾਪਸ ਨਹੀਂ ਮੁੜੇਗਾ ਕਿਹਾ ਵਿਆਹ ਤਾਂ ਉੱਥੇ ਕਰ ਆਉਣਾ ਨਾ ਕਿ ਵਿਆਹ ਹੁੰਦਾ ਮੈਨੂੰ ਜਾਣ ਨਹੀਂ ਦੇ ਰਿਹਾ ਉਹਦੇ ਚੱਲਾਂ ਤੇ ਨਹੀਂ ਵੈਂਦਾ ਨਹੀਂ ਗਿਆ ਨਹੀਂ ਕੋਈ ਗੱਲ ਦੁਬਾਰਾ ਦੂਜੀ ਵਾਰੀ ਲਾਉਗੇ ਆ ਸਕਦਾ ਹੈ ਦੇਖੋ ਇਹ ਐਮਬੈਸੀ ਆ ਇੰਟਰਵਿਊ ਬੇਸਡ ਆ 10 ਵੀ 30% ਕੇਸਾਂ ਚ ਕਈ ਵਾਰੀ ਨਹੀਂ ਵੀ ਜਜਮੈਂਟ ਹੁੰਦੀ ਫਸਟ ਟ ਤਦ ਦਾ ਪਰਪਸ ਹੀ ਹੈਗਾ ਦੁਬਾਰਾ ਅਪਲਾਈ ਕਰੋ ਮਿਲ ਜਾਏਗਾ ਵੀ ਤਾਂ ਹੀੰ ਅਲਾ ਦਾ ਲੋਕੀ ਡੋਂਕੀ ਲਾਣੇ ਆ ਜਿਆਦਾ ਡਰ ਗਏ ਆ ਉਹ ਤੇ ਡੋਂਕੀ ਤੇ ਭਜੀ ਫਿਰ ਉਹ ਜਿਹੜੇ ਆਲਸ ਵਾਲੇ ਪਾਸੇ ਇੰਟਰਵਿਊ ਵਾਲੇ ਪਾਸੇ ਪੜ੍ਹਾਈ ਵਾਲੇ ਪਾਸੇ ਜਾਣਾ ਹੀ ਨਹੀਂ ਉੱਥੇ ਦੀ ਗਵਰਨਮੈਂਟ ਸਖਤਾਈ ਨਹੀਂ ਕਰਦੀ ਡੋਂਕੀ ਉਹਨਾਂ ਦੇ ਕਿ ਦੇਖੋ ਗਵਰਨਮੈਂਟ ਚੇਂਜ ਹੋਏਗੀ ਤੇ ਸ਼ਾਇਦ ਕੁਝ ਹੋਏਗਾ ਹਜੇ ਤੱਕ ਤੇ ਹਾਲਾਤ ਉਹੀ ਆ ਜੋ ਚੱਲੇ ਪਹਿਲਾਂ ਨੇ ਪਰ ਹੁਣ ਪਿੱਛੇ ਨਿਊਜ਼ ਆ ਰਹੀ ਸੀ ਉਹਨਾਂ ਨੇ ਬਾਰਡਰ ਤੇ ਉਹ ਲਗਾ ਰਹੇ ਸੀ ਤਾਰਾਂ ਤੋਰਾ ਜੀ ਕਾਫੀ ਲਗਾ ਰਹੇ ਸੀ ਬਾਰਡਰ ਤੇ ਉੱਥੇ ਦੇ ਬੰਦੇ ਸੀ ਕੀਮਾ ਦਿੰਦੇ ਫਿਰ ਹੂੰ ਤਾਂ ਤਾਰੀ ਦੋ ਹੱਥ ਨ ਕੰਲਾ ਇੱਕ ਇੰਡੀਆ ਚ ਬੈਠਾ ਬੰਦਾ ਐਡਾ ਵੱਡਾ ਗੰਦ ਕਰ ਸਕਦਾ ਚਲੋ ਹੁਣ ਇਹ ਤਾਂ ਦੱਸੋ ਤੁਸੀਂ ਬੌਂਸਰ ਕਦੋਂ ਰੱਖੋਗੇ ਨਹੀਂ ਬੌਂਸਰ ਨਹੀਂ ਰੱਖਣ ਦੀ ਲੋੜ ਬਹੁਤ ਵਧੀਆ ਅਸੀਂ ਦੇ ਕੇ ਰਮੀਤ ਭਾਈ ਦਾ ਬੌਂਸਰ ਮਾਗੇ ਅਸੀਂ ਵਿਆਹ ਚ ਲੈ ਕੇ ਜਾਏਗਾ ਨਾਲ ਉਹ ਤਾਂ ਮੌਤ ਦਾ ਵਿਆਹ ਤੇ ਲੈ ਜੇ ਤਸ਼ਨ ਦਿਖਾਵਾਂਗੇ ਥੋੜਾ ਨਹੀਂ ਆਪਦੇ ਕਹਿੰਦੇ ਚਾਰ ਸੱਜਣ ਮਿੱਤਰ ਭਰਾ ਨਾਲ ਹੁਣ ਇੰਨੇ ਹੀ ਬਹੁਤ ਆ ਬੌਂਸਰ ਦੀ ਲੋੜ ਹੀ ਨਹੀਂ ਨਹੀਂ ਸਹੀ ਗੱਲ ਆ ਭਾਈ ਚਲੋ ਤੁਸੀਂ ਟਾਈਮ ਜ਼ਿਆਦਾ ਹੋ ਰਿਹਾ ਆਪਣਾ ਤੁਸੀਂ ਆਏ ਥੈਂਕ ਯੂ ਤੁਹਾਡਾ ਬਹੁਤ ਬਹੁਤ ਤੇ ਜਾਂਦੇ ਜਾਂਦੇ ਕੋਈ ਵਧੀਆ ਜੀ ਕੰਮ ਦੀ ਕੋਈ ਗੁਰਮੰਤਰ ਦੇ ਕੇ ਜਾ ਬੰਦਿਆਂ ਨੂੰ ਤੁਸੀਂ 12 2012 ਚ ਕੀਤਾ ਸੀ ਨਾ ਹੁਣ ਤੱਕ ਤੁਸੀਂ ਕੋਈ ਇਦਾਂ ਦੀ ਚੀਜ਼ ਦੱਸ ਕੇ ਜਾਓ ਜਿਹੜਾ ਕਿ ਸਾਡੇ ਬੰਦਿਆਂ ਦਾ ਫਾਇਦਾ ਹੋ ਸਕੇ ਜਿਹੜੇ ਦੇਖ ਰਹੇ ਨੇ ਤੁਹਾਨੂੰ ਸਟੂਡੈਂਟ ਦੀ ਗੱਲ ਕਰਾਂਗੇ ਏਜੰਟ ਦੀ ਗੱਲ ਕਰਾਂਗੇ ਤੇਰਾ ਲਫ਼ਜ਼ ਜ਼ਿਆਦਾ ਗਿਆ ਏਜੰਟ ਕੰਸਲਟੈਂਟ ਤੇਨਾਂ ਲੈ ਗੁਰਮੰਤਰ ਵੱਖਰੇ ਹੋ ਤੇਨਾਂ ਲਈ ਵੱਖਰੇ ਦੇ ਦੋ ਸਟੂਡੈਂਟ ਲਈ ਲੱਗ ਦੇ ਦੋ ਵਰਕ ਲਈ ਲੱਗ ਦੇ ਦੋ ਜਿਹੜਾ ਤੁਸੀਂ ਨਵਾਂ ਬਿਜ਼ਨਸ ਆਲਾ ਹੈਗਾ ਇਹਦੇ ਲਈ ਲੱਗ ਦੇ ਕੋ ਸਟੂਡੈਂਟ ਤੇ ਸਾਰੇ ਨੂੰ ਮਿਕ ਦੇ ਕੋਈ ਪੈਨਿਕ ਕ੍ਰੀਏਟ ਕਰਨ ਦੀ ਜ਼ਰੂਰਤ ਨਹੀਂ ਗੀ ਕੋਈ ਇਦਾਂ ਦਾ ਹਾਹਾਕਾਰ ਨਹੀਂ ਮੱਚ ਗਈ ਹੋਈ ਅੱਜ ਵੀ ਬੱਚੇ ਜਾ ਰਹੇ ਆ ਹਰ ਕੰਟਰੀ 'ਚ ਜਾ ਰਹੇ ਆ ਸਿਰਫ ਤੇ ਲੋਡ ਹੈਗੀ ਆ ਇਨਫਾਰਮੇਸ਼ਨ ਨੂੰ ਧਿਆਨ ਨਾਲ ਸਮਝਣ ਦੀ ਮੈਂ ਬਾਰ-ਬਾਰ ਉਹੀ ਚੀਜ਼ ਕਹਿੰਨਾ ਹੁੰਦਾ ਫੈਸਲਾ ਕੋ ਛੋਰ ਆ ਉਹ ਅੱਗੇ ਦੱਸਿਆ ਕੋ ਛੋਰ ਜਾਂਦਾ ਜੇ ਜੀਆਈਸੀ ਵੱਧ ਗਈ ਆ ਤੇ ਉਹ ਤੁਹਾਡੇ ਪੈਸੇ ਤੁਹਾਨੂੰ ਨਹੀਂ ਮਿਲਿਆ ਅੱਗੇ ਲੱਖ ਜਾਂਦੇ ਆ ਮਿਲਦਾ ਸੀ ਤੇ ਹੁਣ 5 ਲੱਖ ਜਾਂਦੇ ਆ ਮਿਲਣਾ ਜੇ ਆਸਟ੍ਰੇਲੀਆ ਨੇ ਸਟਿਕਨੈਸ ਕੀਤੀ ਆ ਤੇ ਦੋ ਫਰੈਸ਼ ਪਾਸ ਆਊਟ ਯਾ ਜਿਹੜੇ ਬੱਚਿਆਂ ਕੋ ਆਪਦੀ ਇਨਕਮ ਤੇ ਫੰਡ ਦੇ ਪੇਪਰ ਹੈਗੇ ਉਹਨਾਂ ਲਈ ਅੱਜ ਵੀ ਕੋਈ ਸਖਤੀ ਨਹੀਂ ਹੈਗੀ। ਜੇ ਯੂਕੇ ਦੀ ਗੱਲ ਕਰ ਲਓ ਯੂਕੇ ਸੇਮ ਜਿੱਦਾਂ ਪਹਿਲਾਂ ਚੱਲਦਾ ਸੀ ਉਦਾਂ ਹੀ ਚੱਲਿਆ। ਫਰਕ ਤੇ ਸਿਰਫ ਇੰਨਾ ਹੈ ਕਿ ਅੱਗੇ ਮਾਸਟਰਸ ਸਪਾਊਸ ਜਾ ਸਕਦੇ ਸੀ ਉਹਨਾਂ ਨੇ ਕਹਿਆ ਸਪਾਊਸ ਨਹੀਂ ਨਾਲ ਲੈ ਜਾ ਸਕਦਾ। ਇੱਕ ਵਾਰ ਉਸ ਕੰਟਰੀ ਦੀ ਇਨਫੋਰਮੇਸ਼ਨ ਡਿਟੇਲ ਚ ਜ਼ਰੂਰ ਲੈ ਲਓ। ਘਰੇ ਆਪਦਾ ਬਜਟ ਜ਼ਰੂਰ ਡਿਸਾਈਡ ਕਰੋ। ਵਿਆਜੀ ਪੈਸਾ ਚੱਕ ਕੇ ਪੰਗਾ ਨਾ ਲਓ। ਜੇ ਤੁਹਾਨੂੰ ਅੱਗੇ ਕੋਈ ਸਾਹਮਣ ਵਾਲਾ ਨਹੀਂ ਹੈਗਾ ਤੇ। ਆਦਰਵਾਇਜ਼ ਫਿਰ ਉਹ ਜਿਹੜੀ ਤੰਬੂ ਵਾਲੀਆਂ ਗੱਲ ਕਹੀ ਉਧਰਲੇ ਪਾਸੇ ਜਾਣਾ ਜਿਹੜਾ ਹੈ ਉਹ ਸਾਨੂੰ ਵੀ ਉਹ ਵੀਡੀਓ ਦੇਖ ਕੇ ਮੰਨਦਾ ਲੱਗਦਾ ਕਿ ਇਹ ਕੰਮ ਨਹੀਂ ਹੋਣਾ ਚਾਹੀਦਾ ਪਰ ਜਦੋਂ ਬੰਦੇ ਤੇ ਕਹਿੰਦੇ ਨਾ ਮੁਸੀਬਤ ਪੈਂਦੀ ਆ ਫਿਰ ਉਹਨੂੰ ਕੋਈ ਰਾਹ ਨਹੀਂ ਲੱਭਦਾ ਉਹ ਕਹਿੰਦਾ ਸ਼ਾਇਦ ਕਿਤੇ ਨਾ ਕਿਤੇ ਤੇ ਮੇਰੀ ਸੁਣੀ ਜਾਏਗੀ ਰਹੀ ਗੱਲ ਕੰਸਲਟੈਂਟ ਦੀ ਗੱਲ ਕਰ ਲਈ ਆਪਾਂ ਤੇ ਮਾਰਕੀਟ 'ਚ ਬਹੁਤ ਬੰਦੇ ਬਹੁਤ ਵਧੀਆ ਕੰਮ ਕਰਦੇ ਪਿਆ ਪਰਮਾਤਮਾ ਸਾਰਿਆਂ ਦਾ ਕੰਮਕਾਰ ਵਧੀਆ ਰੱਖੇ ਇੱਕੋ ਚੀਜ਼ ਦਾ ਦਿਮਾਗ 'ਚ ਰੱਖੋ ਕਿ ਕਿਸੇ ਦਾ ਦਿਲ ਨਾ ਦਿਖਾਈਏ ਕੋਈ ਇਹੋ ਜੀ ਗੱਲ ਕਰਕੇ ਜਿਹੜੀ ਉਹਨੂੰ ਗਲਤ ਲੱਗੇ ਯਾ ਪੈਸਿਆਂ ਕਰਕੇ ਜੇ ਪੈਸਿਆਂ ਦਾ ਕੋਈ ਰੌਲਾ ਹੈਗਾ ਤੇ ਪੈਸਾ ਤੇ ਲੋਕੀ ਵੀਜ਼ੇ ਤੋਂ ਬਾਅਦ ਦੇ ਹੀ ਦਿੰਦਾ ਯਾ ਉਹਨੂੰ ਦੱਸ ਕੇ ਲੈ ਲਓ ਬਾਕੀ ਏਜੰਟ ਵਾਸਤੇ ਵੀ ਕੁਝ ਏਜੰਟਾਂ ਨੂੰ ਵੀ ਕੋਈ ਥੋੜੀ ਜੀ ਗੱਲ ਕਹਿ ਕੇ ਜਾਓ ਕਿਉਂਕਿ ਏਜੰਟ ਨਾ ਕਈ ਬੜੇ ਤੰਗ ਕਰਦੇ ਵਧੀਆ ਵੀ ਹੈਗੇ ਸਾਰੇ ਇਦਾਂ ਨਹੀਂ ਕਿ ਸਾਰੇ ਤੰਗ ਕਰਦੇ ਕਈ ਤੰਗ ਬੜਾ ਕਰਦੇ ਆ ਬੰਦਿਆਂ ਨੂੰ ਪੈਸੇ ਲੈ ਕੇ ਮੋੜਦੇ ਹੀ ਨਹੀਂ ਲੱਭਦੇ ਹੀ ਨਹੀਂ ਭਾਜੀ ਉਹ ਦੇਖੋ ਮੈਂ ਏਜੰਟ ਵਾਲੀ ਗੱਲ ਤੇ ਵੀ ਇਹ ਮੰਨ ਕੇ ਚੱਲਦਾ ਤਾੜੀ ਦੋ ਹੱਥ ਨਵਾਜ ਦੀ ਹੂੰ ਬੱਚਾ ਵੀ ਇਸ ਗੱਲ ਨੂੰ ਰੈਡੀ ਹੁੰਦਾ ਕਿ ਭਾਈ ਅਗਲਾ ਕੀ ਕਰੇ ਅਗਰ ਹੁਣ ਮੰਨ ਲਓ ਮੈਂ ਜਾਣਾ ਬਾਹਰ ਤੂੰ ਤੁਸੀਂ ਮੈਨੂੰ ਕਹਿ ਦੋ ਕਿ ਹਾਂ ਚੰਦਰ ਨੂੰ ਭੇਜ ਦੂੰਗਾ ਭਰੋਸਾ ਕਰ ਲਿਆ ਮਤਲਬ ਇਹ ਗਲਤੀ ਹੈ ਫਿਰ ਭਰੋਸਾ ਕਰ ਨਹੀਂ ਸਕਦਾ ਬੰਦਾ ਭਾਜੀ ਜੇ ਇਹਨੂੰ 10 ਬੰਦਿਆਂ ਨੇ ਨਾ ਕੀਤੀ ਤੇ ਇਹੋ ਜਿਹਾ ਕੀ ਆ ਵੀ 11ਵੇਂ ਕੋ ਕਿਹੜਾ ਅਲਾਦੀਨ ਦਾ ਚਰਾਗ ਆ ਗਿਆ ਵੀ ਉਹ ਫਿਰ ਉਹਨੇ ਉਹ ਗੱਲ ਵੀ ਉਹ ਫਿਰ ਉਹਨੇ ਉਹ ਗੱਲ ਵੀ ਸੁਣੀ ਹੈ ਨਾ ਕਿ ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਆਏਗੀ ਪੋਸੀਬਲ ਹੈ ਹਰ ਚੀਜ਼ ਪੋਸੀਬਲ ਹੈ ਇਹ ਗੱਲ ਠੁੱਕਦੀ ਆ ਪਰ ਉਹਨੂੰ ਹੁਣ ਤੁਸੀਂ ਹਰ ਜਗ੍ਹਾ ਤੇ ਇੰਪਲੀਮੈਂਟ ਕਰਦੇ ਹੋ ਸੱਚੀ ਨਾ ਫਿਰ ਇੰਦਾ ਪ੍ਰਭਾਵ ਪਾਣੇ ਆ ਕਿ ਉਹਨਾਂ ਦੱਸਾਂ ਨੂੰ ਕੰਮ ਆਉਂਦਾ ਨਹੀਂ ਸੀ ਮੈਂ ਤੈਨੂੰ ਭੇਜੂਗਾ ਬਾਹਰ ਹੁਣ ਦੇਖ ਲੈਣਾ ਚਾਹੀਦਾ ਨਾ ਬੰਦੇ ਦਾ ਬੈਕਗ੍ਰਾਉਂਡ ਕਿ ਕਿੱਦਾਂ ਦਾ ਹੈ ਵੀ ਕੰਮ ਹੋਏਗਾ ਕਿ ਨਹੀਂ ਹੋਏਗਾ ਯਾਰ ਇਹਦਾ ਕੋਈ ਪੱਕਾ ਸੋਲੂਸ਼ਨ ਹੋਣਾ ਚਾਹੀਦਾ ਬੜਾ ਦੁੱਖ ਹੁੰਦਾ ਕਈ ਬੰਦੇ ਦੇ ਪੈਸੇ ਮਾਰਦੇ ਨੇ ਦੇਖੋ ਮੈਂ ਤੇ ਇੱਕੋ ਗੱਲ ਕਹਿ ਸਕਦਾ ਪੈਸਾ ਨਾ ਪਹਿਲਾਂ ਦੋ ਅੱਛਾ ਇਹਦੇ ਚ ਇੱਕ ਹੋਰ ਚੀਜ਼ ਹੈਗੀ ਆ ਕਈਆਂ ਜਗ੍ ਪਰ ਜੇ ਕਾਗਜ਼ ਪੱਤਰ ਜਿਹੜੇ ਦਿੱਤੇ ਉਹ ਵੀ ਤੁਹਾਡੀ ਫਾਈਲ ਲਈ ਆ ਇਸੀ ਦਾ ਖਿਆਲ ਰੱਖਣਾ ਜੇ ਕਾਗਜ਼ ਪੱਤਰ ਗਲਤ ਲੱਗੇ ਆ ਇੱਕ ਹੁਣ ਇੱਥੇ ਜਿਹੜੀ ਤੁਸੀਂ ਗੱਲ ਕਹਿਣਾ ਕੋਈ ਇਹੋ ਜੀ ਗੱਲ ਦੱਸੋ ਹਮ ਇੱਕ ਬੰਦੇ ਨੇ 2018 ਚ ਕਿਸੇ ਨੂੰ ਪਾਸਪੋਰਟ ਦਿੱਤਾ ਸੀ ਕੈਨੇਡਾ ਵਾਸਤੇ ਉਹਦਾ 6 ਮਹੀਨੇ ਬਾਅਦ ਬੰਦੇ ਨੇ ਪਾਸਪੋਰਟ ਵਾਪਸ ਕਰਤਾ ਪੁੱਛਿਆ ਜੀ ਕੀ ਕਹਿੰਦਾ ਨਹੀਂ ਲਾਇਆ ਨਹੀਂ ਕਹਿੰਦਾ ਤੇਰਾ 2020 ਚ ਉਹਨੇ ਵਿਆਹ ਕਰਾਇਆ 21 ਚ ਉਹਨੇ ਵਾਈਫ ਨੂੰ ਭੇਜਿਆ ਹਮ ਸਾਡੇ ਥਰੂ 2022 ਚ ਉਹਦੀ ਫਾਈਲ ਲਾਉਣ ਲੱਗੇ ਤੇ ਮੈਂ ਉਹਨੂੰ ਪੁੱਛ ਲਿਆ ਵੀ ਪਹਿਲਾਂ ਕਦੇ ਫਾਈਲ ਲਾਈ ਤੇ ਨਹੀਂ ਕੋਈ ਵੀਜ਼ਾ ਕੁਛ ਨਹੀਂ ਉਹ ਕਹਿੰਦਾ ਜੀ ਪਾਸਪੋਰਟ ਦਿੱਤਾ ਸੀ 2018 ਚ ਕਿਸੇ ਨੂੰ ਮੈਂ ਕਿਹਾ ਵੀ ਉਦੋਂ ਬਾਇਓਮੈਟ੍ਰਿਕ ਨਹੀਂ ਹੁੰਦੇ ਸੀ ਇੱਕ ਵਾਰੀ ਚੈੱਕ ਕਰਾ ਲਗਦੇ ਨੇ ਫਾਈਲ ਤੇ ਨਹੀਂ ਲਾਈ ਕਹਿੰਦਾ ਜੀ ਕੀ ਸਿਸਟਮ ਮੈਂ ਕੰਬੈਸੀ ਚ ਰਿਕਾਰਡ ਢੜਾ ਲੈਣੇ ਆ ਫਾਈਲ ਕਢਾ ਲੈਣੇ ਤੁਸੀਂ ਮੰਨੋ ਕਿ ਜਿਸ ਦਿਨ ਉਹਨੇ ਫਾਈਲ ਲਗਾਈ ਕਢਾਈ ਅੰਬੈਸੀ ਤੋਂ ਤੇ ਅੱਜ ਤੱਕ ਮੈਨੂੰ ਲੱਗਦਾ ਨਹੀਂ ਜਦੋਂ ਵੀ ਉਹਨੇ ਮੈਨੂੰ ਫੋਨ ਕੀਤਾ ਤੇ ਕਦੇ ਰੋਇਆ ਨਾ ਵੇ ਹੂੰ ਉਹਨੂੰ ਕੈਂਸਰ ਦਾ ਡਾਕਟਰ ਬਣਾਇਆ ਹੂੰ आईवीआई हॉस्पिटल ਚ ਨੌਕਰੀ ਦਿਖਾਈ ਤੇ ਵਿਆਹ ਆ ਦਿਖਾਇਆ ਹੂੰ ਜਿਹਦਾ ਜਿਹੜੇ ਚ ਕੋਈ ਹੱਲ ਹੈ ਨਹੀਂਗਾ ਹੁਣ ਉਹਦੀ ਵਾਈਫ ਕੈਨੇਡਾ ਚ ਬੈਠੀ ਐ ਪ੍ਰੈਗਨੈਂਟ ਆ ਉਹ ਇੰਡੀਆ ਤੋਂ ਜਾ ਨਹੀਂ ਸਕਦਾ ਵਾਈਫ ਹੋ ਕੇ ਦੋ ਵਾਰੀ ਚੱਲ ਗਈ ਐ ਐਂਡ ਉਸ ਨੂੰ ਕੋਈ ਉਮੀਦ ਨਹੀਂ ਹੈਗੀ ਕਿ ਉਹ ਪੀਆਰ ਤੋਂ ਬਾਅਦ ਵੀ ਬਾਹਰ ਜਾ ਸਕਦਾ ਇਹ ਏਜੰਟਾਂ ਨੂੰ ਸਲਾਹ ਇਸ ਕਰਕੇ ਦੇ ਰਿਹਾ ਕਿ ਮੈਨੂੰ ਨਹੀਂ ਪਤਾ ਉਸ 2018 ਚ ਉਹਨੇ ਕਿੱਥੋਂ ਲਾਈ ਕਿੱਥੋਂ ਨੇ ਲਾਈ ਪਰ ਜੇ ਸ਼ਾਇਦ 1% ਉਸ ਬੰਦੇ ਨੇ ਮੈਨੂੰ ਨਹੀਂ ਪਤਾ ਉਹਦੇ ਪੈਸੇ ਵੀ ਉਹਦੇ ਲੱਗੇ ਕਿ ਨਹੀਂ ਲੱਗੇ ਹੂੰ ਪਰ ਉਹਦੇ ਕਰਕੇ ਉਹਦਾ ਆਣ ਵਾਲਾ ਸਾਰੀ ਜ਼ਿੰਦਗੀ ਦਾ ਵਰਕਾ ਪਾੜੇਗਾ ਸੋ ਜੇ ਆਪਣਾ ਪਾਸਪੋਰਟ ਕਾਗਜ਼ ਪੱਤਰ ਦਿਨੇ ਹੋ ਪੈਸੇ ਨਹੀਂ ਵੀ ਦਿਨੇ ਪਰ ਐਦਾਂ ਦੀਆਂ ਚੀਜ਼ਾਂ ਦਾ ਖਿਆਲ ਜ਼ਰੂਰ ਰੱਖੋ ਕਿਉਂ ਕਾਗਜ਼ ਜਿਹੜੇ ਤੁਹਾਡੀ ਫਾਈਲ ਦੇ ਲੱਗਣੇ ਆ ਜ਼ਿੰਮੇਵਾਰੀ ਤੁਹਾਡੀ ਆ ਉਹ ਕਹਿੰਦੇ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਉਹ ਸਾਹਿਬ ਪਰ ਕਈ ਏਜੰਟ ਨਹੀਂ ਦੱਸਦੇ ਉਹਨੇ ਨਾ ਜੀ ਉਹ ਤੁਹਾਡੀ ਗਲਤੀ ਹੈ ਨਾ ਫਿਰ ਮੈਂ ਬਾਰ-ਬਾਰ ਕਹਿ ਰਿਹਾ ਜਦੋਂ ਤੁਸੀਂ ਏਸੀ ਤੇ ਆ ਹੀ ਗਏ ਆ ਵੀ ਸਾਰੇ ਨੇ ਮੰਨਾਂ ਕਰਤਾ ਇਹ ਲਵਾ ਦੇਗਾ ਇਨਾ ਵੀ ਲੱਖ ਰੁਪਏ ਦਾ ਪੈਕੇਜ ਕਰਦਾ ਜਿੱਦਾਂ ਤੁਸੀਂ ਬੰਦੇ ਦੀ ਕਹਾਣੀ ਦੱਸੇ ਉਹਨੂੰ ਮਨ ਲੱਗਦਾ ਜੀ ਮੈਂ ਵੀ ਕਹਿ ਦਵਾਂ ਨਾ ਵੀ ਭਾਜੀ ਮੈਂ ਤੁਹਾਡਾ ਵੀ ਕਰ ਲਾਵਾਂ ਦਾ ਮਨ ਲੱਗਦਾ ਮੇਰੇ ਕੋਲ ਵੀ ਅਪਲਾਈ ਕਰ ਦੇਗਾ ਭਾਜੀ ਹੁਣ ਨਹੀਂ ਕਰਦਾ ਜੋ ਮੈਨੂੰ ਹਾਲਾਤ ਲਾਦੇ ਹੁਣ ਤੇ ਉਹ ਤਿੰਨ ਚਾਰ ਜਗ੍ਹਾ ਕੋ ਜਾ ਆ ਉਹ ਸਾਰਿਆਂ ਨੇ ਜਦੋਂ ਹਾਲਤ ਸੀ ਕਹਿੰਦੇ ਨਾ ਕਹਿੰਦਾ ਭਾਜੀ ਮੈਨੂੰ ਪਤਾ ਲੱਗਿਆ ਕਹਿੰਦਾ ਜਿੰਮੇਦਾਰ ਉਹਨਾਂ ਦੀ ਗੱਲਾਂ ਤੋਂ ਪਤਾ ਲੱਗਿਆ ਵੀ ਇਹ ਨਾ ਕੋਈ ਕੰਫੀਡੈਂਸ ਹੈ ਨਹੀਂ ਉਸ ਚੀਜ਼ ਦਾ ਅੱਛਾ ਇਦਾਂ ਵੀ ਹੁੰਦਾ ਜਿਹੜੇ ਬੰਦੇ ਤੁਸੀਂ ਤੁਹਾਡੇ ਤੁਸੀਂ ਜ਼ਿਆਦਾ ਬਿਹਤਰ ਦੱਸ ਸਕਦੇ ਹੋ ਪੰਜ ਛੇ ਵਾਰ ਬੰਦੇ ਦਾ ਵੀਜ਼ਾ ਰਿਫਿਊਜ਼ ਹਮ ਤੁਹਾਡਾ ਯੂਐਸਏ ਟੂਰਿਸਟ ਵੀਜ਼ਾ ਰਿਫਿਊਜ਼ ਹੋਇਆ ਤੂੰ ਯੂਐਸਏ ਦੇ ਟੂਰਿਸਟ ਵੀਜ਼ੇ ਬਾਰੇ ਦੱਸ ਦੋਗੇ ਹੁਣ ਤੁਹਾਡੇ ਕੋਲ ਸਟੱਡੀ ਵਾਲਾ ਆ ਗਿਆ ਹਾਂ ਮੈਨੂੰ ਪੁੱਛਦੇ ਆਂ ਕਈ ਕਹਿੰਦੇ ਆਂ ਇੰਟਰਵਿਊ ਕਿਦਾਂ ਦਾ ਮੈਂ ਸਲਾਹ ਦੇ ਦਿੰਦਾ ਭਾਈ ਹੁਣ ਤੁਹਾਡੇ ਕੋਲ ਸਟੂਡੈਂਟ ਵਾਲਾ ਆ ਗਿਆ ਸਲਾਹ ਟੂਰਿਸਟ ਵਾਲੀ ਚੱਲ ਜਾਣੀ ਉੱਥੇ ਤੁਹਾਡੇ ਕੋਲ ਆਸਟ੍ਰੇਲੀਆ ਵਾਲਾ ਆ ਗਿਆ ਸਲਾਹ ਯੂਐਸਏ ਦਾ ਮੈਂ ਟੂਰਿਸਟ ਵੀਜ਼ਾ ਵਾਲਾ ਏਜੰਟ ਬਣ ਸਕਦਾ ਏਜੰਟ ਹਾਂ ਇਹਨੂੰ ਏਜੰਟ ਵੀ ਕਹਿ ਸਕਦੇ ਆਂ ਹਾਂ ਤੁਸੀਂ ਇਹ ਕਰ ਸਕਦੇ ਆਂ ਅਗਲੇ ਦੀ ਹੈਲਪ ਕਰ ਸਕਦੇ ਕੀ ਠੀਕ ਆ ਯਾਰ ਮੈਨੂੰ ਇੰਨਾ ਕੁ ਕੁਝ ਪਤਾ ਬਾਕੀ ਤੂੰ ਜਿਹੜਾ ਬੰਦਾ ਇਸ ਸੀ ਇਹ ਨਾਲ ਡੀਲ ਕਰਦਾ ਜਿਹਨੂੰ ਜ਼ਿਆਦਾ ਐਕਸਪੀਰੀਅੰਸ ਹੈਗਾ ਤੂੰ ਉਹਦੇ ਕੋਲ ਜਰੂਰ ਜਾ ਕੇ ਮਿਲ ਅੱਜ ਵੀ ਤੁਸੀਂ ਦੇਖ ਲਓ ਜਿਹੜੀ ਗੱਲ ਕਰਦੇ ਪਏ ਇੰਡਸਟਰੀ ਚ ਮੈਨੂੰ ਨਹੀਂ ਲੱਗਦਾ ਕੋਈ ਮਾਲਕ ਐਹੋ ਜਿਹਾ ਹੈਗਾ ਜਿਹੜਾ ਅੱਜ ਵੀ ਕਲਾਇੰਟਸ ਨੂੰ ਆਪ ਮਿਲਦਾ ਜਾਂ ਫੋਨ ਕਰਦਾ ਸਾਡੇ 20 ਸਾਲ ਤੋਂ ਗੁਰਿੰਦਰ ਪਾਜੀ ਅੱਜ ਵੀ ਬੱਚਿਆਂ ਨੂੰ ਆਪ ਮਿਲਦੇ ਆ ਜਿਹੜੀ ਮੈਂ ਤੁਹਾਨੂੰ ਸੈਮੀਨਾਰਸ ਵਾਲੀ ਗੱਲ ਕਹੀਆਂ ਹੋਰ ਵੀ ਕਿਹਾ ਤੁਸੀਂ ਦੇਖ ਲਓ ਪਿਛਲੇ ਸਾਲ ਦੇ ਵੀ ਸਾਡੇ ਕਾਫੀ ਸਾਰੇ ਬੱਚੇ ਨੂੰ ਆਪ ਮਿਲੇ ਉਹ ਹੁਣ ਜਿੱਥੇ ਫਿਰ ਤੁਹਾਡਾ ਟੱਚ ਹੀ ਕਲਾਈਂਟ ਨਾਲ ਖਤਮ ਹੋ ਗਿਆ ਤਾਂ ਤੁਸੀਂ ਕਿਵੇਂ ਉੱਥੇ ਜਸਟੀਫਾਈ ਕਰ ਉਹੀ ਮੈਡਮਾ ਰੱਖਿਆ ਫੇ ਸੋਹਣੀਆ ਸੋਹਣੀ ਵਾਲੀ ਗੱਲ ਤਾਂ ਢੀ ਮੈਨੂੰ ਯਾਦ ਆ ਗਈ ਰੁਪਿਆ ਪਿਆ ਪਿਆਰ ਲਈ ਜਾਓ ਪਰਚੀ ਕੱਟੀ ਜਾਓ ਇਸ ਚੀਜ਼ ਦਾ ਕੋਈ ਸੋਲੂਸ਼ਨ ਨਹੀਂ ਇਸ ਚੀਜ਼ ਦੇਖੋ ਇਹ ਜ਼ਿੰਮੇਵਾਰੀ ਆਪਣੀ ਆ ਤੁਹਾਡੀ ਇੱਥੇ ਆਪਣੇ ਅਸੀਂ ਸਿਰਫ ਤੇ ਸਿਰਫ ਦੱਸ ਸਕਦੇ ਆਂ ਕਿ ਇਸ ਚੀਜ਼ ਤੋਂ ਬਚ ਜਾਓ ਬਾਕੀ ਜੇ ਤੁਸੀਂ ਦੇ ਹੀ ਦਿੱਤੇ ਕਾਗਜ਼ ਫਿਰ ਜੋ ਹੋਏਗਾ ਹੋਏਗਾ ਕਿੰਨਾ ਜ਼ਿਆਦਾ ਲੱਗ ਜਾਏਗਾ ਤੇ ਜਾਂ ਰਹਿ ਜਾਏਗਾ ਜੇ ਰਹਿ ਗਈ ਵਾਲੀ ਸਿਚੁਏਸ਼ਨ ਆ ਗਈ ਫੇ ਪੱਕਾ ਬੰਦ ਵੀ ਹੋ ਸਕਦਾ ਕਿਹਨਾਂ ਤੇ ਬੈਨ ਵੀ ਲੱਗ ਜਾਂਦੇ ਨੇ ਬੈਨ ਮੈਂ ਦੱਸਿਆ ਮੈਂ ਤੇ ਉਹਨੂੰ ਕਿਹਾ ਜੇ ਉਹ ਮੁੰਡੇ ਤੇ ਬੈਨ ਲੱਗ ਜਾਂਦਾ ਜਿਆਦਾ ਵਧੀਆ ਸੀ ਏਜੰਟ ਨੂੰ ਦੱਸ ਦਿੰਦਾ ਕਮ ਸੇ ਕਮ ਆਪਣੀ ਜਨਾਨੀ ਨੂੰ ਬਾਹਰ ਤੇ ਨਾ ਭੇਜਦਾ ਜਿੱਦੀ ਜਨਾਨੀ ਬਾਹਰ ਬੈਠੀ ਆ ਪ੍ਰੈਗਨੈਂਟ ਆ ਤੇ ਉਹ ਬੰਦੇ ਦਾ 10 ਸਾਲ ਦਾ ਬੈਨ ਲੱਗ ਜਾਏ ਫਿਰ ਇੱਕੋ ਆਪਸ਼ਨ ਆ ਉਹਨੂੰ ਘਰ ਦੀ ਨੂੰ ਵਾਪਸ ਕੋ ਲੈਣਾ ਪੈਣਾ ਮੈਂ ਹੋਈ ਦੱਸਿਆ ਅੱਜ ਦੀ ਡੇਢ 'ਚ ਅਜੇ ਤੱਕ ਜੋਰ ਤੋੜ ਸੀ ਲੱਗਾ ਹੋਇਆ ਵੀ ਕੀ ਕਰ ਸਕਦੇ ਕੀ ਨਹੀਂ ਕਰ ਸਕਦੇ ਉਹਨੂੰ ਤੇ ਇਹ ਵੀ ਨਹੀਂ ਦੱਸਿਆ ਵਿਚਾਰੇ ਦਾ ਕੋਈ ਆਪਣਾ ਕਲੀਨਿਕਾ ਮਾੜਾ ਮੋਟਾ ਉਹ ਤੇ ਡਾਕਟਰ ਵੀ ਕੈਂਸਰ ਦਾ ਬਣਾਇਆ ਪਰ ਇਹਦੇ ਲਈ ਤਾਂ ਮਤਲਬ ਜਿਹੜੇ ਬੰਦੇ ਇਦਾਂ ਦਾ ਕੰਮ ਕਰਦੇ ਆ ਜਿੱਦਾਂ ਹੁਣ ਪਿੱਛੇ ਜੇ ਪਾਣਾ ਸਿੱਧੂ ਨੇ ਕਦਮ ਚੁੱਕਿਆ ਵੀ ਕਰਨਾ ਚਾਹੀਦਾ ਇਦਾਂ ਇਹ ਇਦਾਂ ਦੀ ਚੀਜ਼ ਦੀ ਰਿਕੁਆਇਰਮੈਂਟ ਰਹੇਗੀ ਫਿਰ ਤਾਂ ਫਿਰ ਤਾਂ ਕੋਈ ਨਾ ਕੋਈ ਬੋਲਣ ਵਾਲਾ ਬੰਦਾ ਆਂਧਰ ਰਹੇਗਾ ਅੱਗੇ ਨਹੀਂ ਦੇਖੋ ਜਿੱਥੇ ਜਿਹੜੀ ਚੀਜ਼ ਜਾਇਜ਼ ਆ ਜਾਇਜ਼ ਆ ਜਿੱਥੇ ਗਲਤ ਆ ਉੱਥੇ ਕਹਿਣਾ ਚਾਹੀਦਾ ਹਾਂ ਹੋ ਸਕਦਾ ਵੀ ਉਸ ਕੇਸ ਦੇ ਵਿੱਚ ਕਈ ਵਾਰੀ ਕਹਿੰਦੇ ਨਾ ਜਦੋਂ ਕੋਈ ਬੰਦਾ ਇੱਕ ਕੰਮ ਨੂੰ ਬਾਰ ਬਾਰ ਕਰਦਾ ਤੇ ਕਈ ਜਗ੍ਹਾ ਤੇ ਗਲਤ ਵੀ ਹੋ ਜਾਂਦਾ ਕਈ ਵਾਰੀ ਜੇ ਤੁਹਾਨੂੰ ਲੱਗਦਾ ਕਿ ਕਿਸੇ ਬੰਦੇ ਨੇ ਤੁਹਾਡੇ ਐਕਚੁਅਲ ਚ ਪੈਸੇ ਲਏ ਹੋਏ ਆ ਐਂਡ ਗਲਤ ਤਰੀਕੇ ਬੰਦਾ ਨਹੀਂ ਪੈਸੇ ਵਾਪਸ ਕਰਦਾ ਤੁਸੀਂ ਉੱਥੇ ਜ਼ਰੂਰ ਗੱਲਬਾਤ ਕਰੋ ਇੱਥੇ ਕੋਈ ਗਲਤੀ ਨਹੀਂ ਹੈਗੀ ਤੁਹਾਡੇ ਕੋਲ ਵੀ ਤੇ ਤੁਹਾਡਾ ਸਿਆਣਾ ਕੋਈ ਨਾਲ ਕਈ ਵਾਰੀ ਕਈ ਮਤਲਬ ਬੌਂਸਰ ਫਿਰ ਰੱਖੇ ਹੋਏ ਆ ਉਹ ਤੇ ਫਿਰ ਇਸੇ ਕਰਕੇ ਤੇ ਰੱਖੇ ਹੋਏ ਤੁਹਾਡੇ ਪੈਸੇ ਨਰੇ ਦਾ ਕੋਈ ਸੋਲੂਸ਼ਨ ਨਹੀਂ ਹੈਗਾ ਜੀ ਤੁਸੀਂ ਕਿਸੇ ਦਾ ਵੀਜ਼ਾ ਫਲਾਈ ਤੁਹਾਡੇ ਪੈਸੇ ਨੇ ਬੌਂਸਰ ਆਏ ਭਾਜੀ ਨਾ ਪੈਸੇ ਦਾ ਨਾ ਬੌਂਸਰ ਉਹਨਾਂ ਦੀ ਜਿਹੜੀ ਸੈਲਰੀ ਦੇ ਰਹੇ ਉਹ ਆਪਣੇ ਪੈਸੇ ਨਾਲ ਇਹ ਚੀਜ਼ ਦਾ ਕੋਈ ਸੋਲੂਸ਼ਨ ਨਹੀਂ ਹੈਗਾ ਇਸ ਚੀਜ਼ ਦਾ ਬਸ ਮੈਨੂੰ ਜੋ ਲੱਗਦਾ ਇੱਕੋ ਸੋਲੂਸ਼ਨ ਨਾ ਜਿਹੜੇ ਕਾਫੀ ਪੁਰਾਣੇ ਬੰਦੇ ਬੈਠੇ ਆ ਜਿਹੜਾਂ ਦਾ ਪੱਕਾ ਕੰਮ ਆ ਆਪ ਮੇਰੇ ਜਿਹਦਾ ਟਿਕਾਣਾ ਪਿਛਲੇ 15-20 ਸਾਲਾਂ ਤੋਂ ਇੱਕੋ ਹੀ ਆ ਇਹਦਾ ਮਤਲਬ ਉਹ ਬੰਦਾ ਜੈਨੂਇਨ ਆ ਤੇ ਬਹੁਤ ਸਰ ਨਹੀਂ ਰੱਖੇ ਇਹਨੇ ਜਿਹਦਾ 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 ਟਕਾਣਾ ਬਦਲਦਾ ਰਹਿੰਦਾ ਤੇ ਪਲੱਸ ਉਹ ਗੈਪ ਹੋ ਜਾਂਦਾ 2 4 5 ਸਾਲ ਬਾਅਦ ਉਹ ਤੁਹਾਨੂੰ ਪਤਾ ਹੀ ਹੈ ਕੀ ਠੀਕ ਹੈ ਤੇ ਬਹੁਤ ਬਹੁਤ ਧੰਨਵਾਦ ਬਾਜੀ ਤੁਹਾਡਾ ਤੁਸੀਂ ਆਏ ਸਾਨੂੰ ਮਿਲਣ ਤੁਹਾਡਾ ਬਹੁਤ ਬਹੁਤ ਸਾਰੇ ਦਾ ਤੁਸੀਂ ਸਾਨੂੰ ਸਮਾਂ ਦਿੱਤਾ ਹੀ ਸਾਨੂੰ ਆਪਣਾ ਤੁਸੀਂ ਸਾਨੂੰ ਤੇ ਟਾਈਮ ਦਿੰਦੇ ਰਹੋ ਤੇ ਅਸੀਂ ਤੁਹਾਡੇ ਨਾਲ ਇਦਾਂ ਦੇ ਐਕਸਪੀਰੀਅੰਸ ਸ਼ੇਅਰ ਕਰਦੇ ਰਹਾਂਗੇ ਅਜੇ ਬਹੁਤ ਸਾਰੇ ਸੀ ਆ ਤੇ ਕੁਦਰਤੀ ਐਂਡ ਦੇ ਵਿੱਚ ਜਿਹੜਾ ਤੁਸੀਂ ਗੱਲ ਕੀਤੀ ਯਾਦ ਆ ਏਜੰਟ ਵਰਡ ਦੇ ਨਾਂ ਤੋਂ ਪਰ ਇਹ ਕਿਤੇ ਨਾ ਕਿਤੇ ਜ਼ਰੂਰਤ ਵੀ ਸੀ ਬਿਲਕੁਲ ਹੈ ਸੀ ਇਸੀ ਸੱਚ ਮਤਲਬ ਮੈਂ ਤੇ ਸੋਚਦਾ ਜੇ ਉਸ ਬੰਦੇ ਦਾ ਵੀਜ਼ਾ ਲਵਾਤਾ ਤੇ ਮੈਂ ਜਰੂਰ ਤੁਹਾਡੇ ਕੋਲ ਇਹਨੂੰ ਲੈ ਕੇ ਆਉਂਗਾ ਪ੍ਰੋਮਿਸ ਆ 100% ਇੱਥੇ ਬੈਠ ਕੇ ਮੈਂ ਉਹ ਸਾਰੀ ਸਟੋਰੀ ਬੰਦਾ ਆਪ ਦੱਸੇਗਾ ਤੁਹਾਨੂੰ ਪਰਮਾਤਮਾ ਅੱਗੇ ਕਰਦਾਸ ਰੋ ਦਾ ਵੀਜ਼ਾ ਲੱਗ ਜੇ ਮਤਲਬ ਸਾਰੇ ਏਜੰਟ ਕੱਲੀ ਵੱਦੂਆ ਹੀ ਨਹੀਂ ਲੰਦੇ ਦੋਆਵਾ ਹੀ ਬੜੀਆਂ ਲੰਦੇ ਹੁੰਦੇ ਨੇ ਬਹੁਤ ਪਾਜੀ ਬਹੁਤ ਇੱਕ ਹੁਣ ਰੀਸੈਂਟ ਜਦੋਂ ਕੈਨੇਡਾ ਨੇ ਸਪਾਊਸ ਬੰਦ ਕੀਤੇ ਉਦੋਂ ਵੀਜ਼ਾ ਆਇਆ ਮਤਲਬ ਉਸ ਮੁੰਡੇ ਦੀ ਤੁਸੀਂ ਸਟੋਰੀ ਸੁਣੋਗੇ ਤੇ ਤੁਹਾਨੂੰ ਲੱਗੇਗਾ ਕਿ ਉਹਦੇ ਲਈ ਤੇ ਤੁਸੀਂ ਵਾਕੇ ਰੱਬ ਕੀ ਆਖਰੀ ਜੀਆਈਸੀ ਡਬਲ ਹੋਣ ਤੋਂ ਪਹਿਲਾਂ ਫਾਈਲਾਂ ਸੀ ਹਾਂ ਆਖਰੀ ਸਪੌਸ ਬੰਦ ਹੋਣ ਤੋਂ ਪਹਿਲਾਂ ਉਹਦੇ ਵੀਜ਼ੇ ਸੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸੋ ਮੱਚ ਬਹੁਤ ਬਹੁਤ ਤੁਹਾਡਾ ਬੱਚਾ ਧੰਨਵਾਦ